नानक सिंह का नावल खून दे सोले का सतारवां कांड। गोलियां दी ठा ठा ते हाल पारियां दी आवाज़ां कन्नां दे परदे पाड़ रहियां सन। चौधरी फजल करीम दे मकान अगे काफ़ी खप पई हुई सी, जिस तो अंदरलियां छियां बंदियां नूं समझण च देर ना लगी कि बलवइयां नाल पिंड वालियां दी लापा हो रही है। बूटे शाह, अजीज़ ते नसीम तिने बाहरले बूहे नाल कन्न लाई सुनण दी कोशिश कर रहे सन। रौला कुछ कस्सा हो गया जापता ते फिर उन्होंने चौधरी की आवाज़ सुनाई दिती, जिहड़ा वास्ते पा पा के किसी नूं कह रहा सी, तुसी यकीन करो मेरी गल दा भी मेरे घर च कोई खतरी नहीं। अंदर जा मेरी नूँह है जां दोवें कुड़ियां, तुसी आप ही सोचो भी काफरां नूं अंदर लुका के मैं मौत करी देनी सी। ਇਹਦੇ ਉੱਤਰ 'ਚ ਇੱਕ ਉਪਰੇ ਭਾਰੇ ਜਿਹੇ ਗਲੇ 'ਚੋਂ ਸੁਣਾਈ ਦਿੱਤਾ, ਖਾ ਕੁਰਾਨ ਦੀ ਕਸਮ। ਚੌਧਰੀ ਨੇ ਕੁਰਾਨ ਦੀ ਕਸਮ ਚੁੱਕ ਕੇ ਕਹਿ ਦਿੱਤਾ ਕਿ ਉਹਦੇ ਘਰ ਅੰਦਰ ਕੋਈ ਹਿੰਦੂ ਜਾਂ ਸਿੱਖ ਨਹੀਂ, ਪਰ ਇੰਨੇ ਉੱਤੇ ਵੀ ਸ਼ਾਇਦ ਉਹਨਾਂ ਲੋਕਾਂ ਦੀ ਤਸੱਲੀ ਨਹੀਂ ਹੋਈ। ਇੱਕ ਹੋਰ ਆਵਾਜ਼ ਆਈ, ਸੋਹਣੇ ਚੌਧਰੀ ਦੇ ਬੱਚੇ, ਹਰਾਮਜ਼ਾਦੇ, ਜੇ ਤੇਰੇ ਅੰਦਰੋਂ ਇੱਕ ਵੀ ਕਾਫਰ ਨਿਕਲ ਆਇਆ ਤਾਂ ਮੈਂ ਇਸੇ ਬੰਦੂਕ ਦੀ ਗੋਲੀ ਨਾਲ ਤੇਰੀ ਖੋਪਰੀ ਚੂਰ ਕਰ ਦਿਆਂਗਾ, ਯਾਦ ਰੱਖੀ। ਚੌਧਰੀ ਫਿਰ ਆਜ਼ੀ ਨਾਲ ਗਿੜਗਿੜਾਇਆ, जनाब सूबेदार साहब, बेशक अंदर वड़ के मेरे घर की तलाशी ले लो, जे मेरे घरों ही कोपरा बंदा निकले तां मेरे उत्ते जन तलाक। सौं बहुत वड्डी सी, शायद पहली नालों भी भारी, पर इसका असर खाली नहीं गया। फौजी कदमां दी आवाज़ तो अंदरलियां ने अंदाजा लाया कि बला टल गई है। सारियां नूं जरा मासा चैन का सह आया। अद्धा पौना घंटा होर बीत गया। ਰੌਲੇ ਦੀ ਆਵਾਜ਼ ਹੁਣ ਲਗਭਗ ਥੰਮ ਚੁੱਕੀ ਸੀ। ਕੇਵਲ ਕਿਸੇ ਕਿਸੇ ਵੇਲੇ ਕੋਈ ਬੂਹਾ ਭੱਜਣ ਦਾ ਅਤੇ ਜਾਂ ਭਾਰੇ ਭਾਰੇ ਕਦਮਾਂ ਨਾਲ ਗਲੀ 'ਚੋਂ ਕਿਸੇ ਦੇ ਲੰਘਣ ਦਾ ਖੜਾਕ ਸੁਣਾਈ ਦਿੰਦਾ ਸੀ। ਸਭਨਾਂ ਦੇ ਸੋਤਰ ਸੁੱਕੇ ਮੂੰਹਾਂ ਉੱਤੇ ਕੁਝ ਬੇਫਿਕਰੀ ਦੀ ਝਲਕ ਆਉਣੀ ਸ਼ੁਰੂ ਹੋ ਗਈ। ਕੇਵਲ ਬਾਬਾ ਹੀ ਇਹਨਾਂ ਸਾਰਿਆਂ 'ਚ ਐਸਾ ਸੀ ਜਿਹੜਾ ਇਸ ਵੇਲੇ ਡਰ ਖਤਰੇ ਤੋਂ ਉਚੇਰਾ ਹੋ ਕੇ ਉੱਚੀ ਉੱਚੀ ਸੁਰ 'ਚ ਰੱਖੇ ਰੱਖਣ ਹਾਰ ਪੜ ਰਿਹਾ ਸੀ। ਜਿਹਦੀ ਪੰਜਵੀਂ ਤੁੱਕ ਸਾਕਤ ਨਿੰਦਕ ਦੁਸ਼ਟ ਅਜੇ ਉਹਨੇ ਪੂਰੀ ਵੀ ਨਹੀਂ ਸੀ ਕੀਤੀ ਕਿ ਬਾਹਰਲਾ ਬੂਹਾ ਖੜਕਿਆ। ਨਾਲ ਹੀ ਉੱਚੀ ਸਾਰੀ ਆਵਾਜ਼ 'ਚ ਕਿਸੇ ਨੇ ਪੁਕਾਰਿਆ, ਬਾਬਾ ਜੀ, ਬਾਬਾ ਜੀ। ਆਵਾਜ਼ ਪਛਾਤੀ ਹੋਈ ਸੀ ਚੌਧਰੀ ਹੋਰਾਂ ਦੀ। ਅਜੀਜ਼ ਨੇ ਝਟਪਟ ਬੂਹਾ ਖੋਲ੍ਹ ਦਿੱਤਾ। ਆਪਣੇ ਨਾਲ ਤਿੰਨ ਚਾਰ ਹੋਰ ਆਦਮੀ ਲਈ ਚੌਧਰੀ ਅੰਦਰ ਆਇਆ। ਉਹਦੇ ਕਾਲੇ ਬੋਲਾਂ ਅਤੇ ਘਬਰਾਏ ਚਿਹਰੇ ਤੋਂ ਜਾਪਦਾ ਸੀ ਸੁੱਖ ਨਹੀਂ। ਅਜੀਜ਼ ਨੇ ਬੂਹੇ ਦਾ ਕੁੰਡਾ ਫੇਰ ਅੜਾ ਦਿੱਤਾ। ਆਉਂਦਿਆਂ ਹੀ ਬਿਨਾਂ ਸਲਾਮ ਦੁਆ ਤੋਂ ਉਹਨੇ ਬਾਬੇ ਨੂੰ ਸੰਬੋਧਨ ਕੀਤਾ। ਉਹਦੀ ਆਵਾਜ਼ 'ਚ ਰੋਣ ਵਰਗਾ ਲਹਿਜਾ ਸੀ, ਬਾਬਾ ਜੀ, ਦਾਈਏ ਤੇ ਅਸਾਂ ਤੁਹਾਡੇ ਅੱਗੇ ਬੜੇ ਬੱਦੇ ਸਨ, ਪਰ ਹੁਣ ਕੋਈ ਵਾਹ ਨਹੀਂ ਜੇ ਸਾਡੀ। ਕਸੂਰ ਵੀ ਕਿਸੇ ਹੋਰ ਦਾ ਨਹੀਂ, ਸਾਡੇ ਹੀ ਪਿੰਡ ਦੇ ਮੁੰਡਿਆਂ ਦਾ ਬੇੜਾ ਗਰਕ ਹੋਇਆ, ਜਿਨ੍ਹਾਂ ਸਭ ਕੁਛ ਉਹਨਾਂ ਨੂੰ ਜਾ ਦੱਸਿਆ। ਹੁਣ ਬਚਣ ਦੀ ਇੱਕੋ ਸੂਰਤ ਜੇ ਕਿ ਜਿੰਨੀ ਛੇਤੀ ਹੋ ਸਕੇ ਇੱਥੋਂ ਨਿਕਲ ਤੁਰੋ। ਚੰਗੇ ਕਰਮਾਂ ਨੂੰ ਖਬਰ ਸਾਨੂੰ ਅਗੇਤਰੀ ਮਿਲ ਗਈ ਹੈ, ਤੁਹਾਡੇ ਲਹੂ ਦੇ ਤਿਹਾਏ ਬਸ ਪਹੁੰਚੇ ਕਿ ਪਹੁੰਚੇ। ਉੱਠੋ ਝੱਟ ਕਰੋ ਅਤੇ ਐਸ ਬਾਰੀ ਥਾਣੀ ਨਿਕਲ ਚੱਲੋ। ਬਾਹਰ ਸਾਡੇ ਕੁਝ ਆਦਮੀ ਖੜ੍ਹੇ ਨੇ, ਉਹਨਾਂ ਨੂੰ ਜਿੱਥੇ ਕੋਈ ਠਾਰ ਜਾਪੇਗੀ ਤੁਹਾਨੂੰ ਪਹੁੰਚਾ ਦੇਣਗੇ, ਪਰ ਰੱਬ ਦੇ ਵਾਸਤੇ ਇੱਥੇ ਹੋਰ ਇੱਕ ਘੜੀ ਵੀ ਨਾ ਠਹਿਰੋ। ਪਲ ਦੀ ਪਲ 'ਚ ਹਰੋਲੀ ਮੱਚ ਗਈ। ਨਸੀਮ ਅਤੇ ਰੁਕਮਣ ਘਬਰਾਈਆਂ ਹੋਈਆਂ ਅਸਬਾਬ ਦੇ ਆਲੇ ਦੁਆਲੇ ਭੌਂ ਰਹੀਆਂ ਸਨ। ਸ਼ੁਗਰਾ ਕੁਝ ਤਾਂ ਅੱਗੇ ਹੀ ਨਿਡਾਲ ਹੋਈ ਪਈ ਸੀ, ਬਾਕੀ ਦੀ ਕਸਰ ਇਸ ਖਬਰ ਨੇ ਪੂਰੀ ਕਰ ਦਿੱਤੀ। ਉਹ ਆਖਰੀ ਦਮਾਂ 'ਤੇ ਸੀ, ਉਹਦੀਆਂ ਨਾੜਾਂ ਛੁੜਕ ਚੁੱਕੀਆਂ ਅਤੇ ਸਾਹ ਟੁੱਟ ਟੁੱਟ ਕੇ ਆ ਰਿਹਾ ਸੀ। ਚੌਧਰੀ ਅਤੇ ਉਹਦੇ ਬਾਕੀ ਸਾਥੀਆਂ ਦਾ ਉੱਕਾ ਖਿਆਲ ਨਹੀਂ ਸੀ ਕਿ ਨਸੀਮ ਅਤੇ ਅਜੀਜ਼ ਆਪਣੀ ਮਾਂ ਨੂੰ ਮੌਤ ਦੇ ਮੂੰਹ ਛੱਡ ਕੇ ਬਾਬੇ ਦੇ ਪਰਿਵਾਰ ਨਾਲ ਹੀ ਤਿਆਰ ਹੋ ਪੈਣਗੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਨਸੀਮ ਨੇ ਚੌਧਰੀ ਨੂੰ ਕਿਹਾ, ਚਾਚਾ ਜੀ, ਮਾਂ ਹੁਣ ਅੱਲਾ ਦੇ ਅਤੇ ਤੁਹਾਡੇ ਹਵਾਲੇ ਜੇ, ਅਤੇ ਕਹਿੰਦਿਆਂ ਕਹਿੰਦਿਆਂ ਉਹਦੀਆਂ ਅੱਖਾਂ 'ਚੋਂ ਪਰਲ ਪਰਲ ਅੱਥਰੂ ਜਾਰੀ ਹੋ ਗਏ। ਚੌਧਰੀ ਭਾਵੇਂ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਜ਼ਿੱਦ ਅੱਗੇ ਪਹਿਲਾਂ ਹੀ ਹਾਰ ਮੰਨ ਚੁੱਕਾ ਸੀ, ਪਰ ਇੱਕ ਵਾਰੀ ਫਿਰ ਕੋਸ਼ਿਸ਼ ਕਰਨ ਦੇ ਇਰਾਦੇ ਨਾਲ ਉਹ ਨਸੀਮ ਨੂੰ ਕਹਿਣ ਲੱਗਾ, ਸੀਮਾ ਪੁੱਤਰ, ਮਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਜਾਣਾ ਤੁਸਾਂ ਦੋਵਾਂ ਲਈ ਚੰਗਾ ਨਹੀਂ, ਮੇਰੇ ਆਖੇ ਲੱਗੋ। ਅਤੇ ਇਸ ਜਵਾਬ ਨੇ ਚੌਧਰੀ ਜਾਂ ਕਿਸੇ ਹੋਰ ਲਈ ਮੁੜ ਬੋਲਣ ਦੀ ਗੁੰਜਾਇਸ਼ ਨਹੀਂ ਛੱਡੀ। ਉੱਧਰ ਸੁਗਰਾ ਨੂੰ ਉੱਕਾ ਕੋਈ ਹੋਸ਼ ਨਹੀਂ ਸੀ ਕਿ ਉਹਦੇ ਮੰਜੇ ਕੋਲ ਕੀ ਹੋ ਰਿਹਾ। ਬਾਬਾ ਜੀ ਨੇ ਵਾਰੋ ਵਾਰੀ ਦੋਵਾਂ ਭੈਣ ਭਰਾਵਾਂ ਨੂੰ ਇਸ ਹੱਟ ਤੋਂ ਵਰਜਿਆ, ਪਰ ਉਹ ਨਹੀਂ ਮੰਨੇ। ਬਾਹਰੋਂ ਫਿਰ ਦਗੜ ਦਗੜ ਅਤੇ ਠਾਹ ਠਾਹ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਅਜੀਜ਼ ਅਤੇ ਰੁਕਮਣ ਨੇ ਅਸਬਾਬ ਵਿੱਚੋਂ ਅਜੇ ਮੱਸੇ ਦੋ ਕੁ ਪੋਟਲੀਆਂ ਫੜੀਆਂ ਸਨ। ਸਭਨਾਂ ਦਾ ਖਿਆਲ ਸੀ ਜਿੰਨਾ ਕੁ ਚੁੱਕ ਲੈਣਗੇ, ਪਰ ਜਿਉਂ ਹੀ ਬਾਹਰੋਂ ਕੰਨ ਪਾੜਵੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਕਿ ਜਿੱਥੇ ਕੋਈ ਖੜੋਤਾ ਸੀ ਉੱਥੋਂ ਹੀ ਛਲਾਂਗ ਮਾਰ ਕੇ ਪਿਛਲੀ ਬਾਰੀ ਥਾਣੀ ਬਾਹਰ ਹੋ ਗਿਆ।
केवल वह दोवें छोटिया गंढा ही बहर लिया जा सकदियां सन। जान लग्या वारो वारी नसीम अजीज रुकमन ते बूटे शाह ने बेहोश पई सुगरा दे पैर छूए। बाबे ने अपना कम का हाथ एक दो बारी उहदे सिर ते फेरिया। इह तों बाद खुले मैदान च सन। फगण की तेज़ हवा ते नाल ही बूंदाबांदी भी शुरू सी। इस डुराने ते जान सुकाऊ समय यह पंजे जीव चौधरी दे घर की बारी टपके बाहर खड़े सन। बाबे नूं उंजी नाम मात्र दिसदा सी। इस काली बोली रात विच तां उह विचारा बिल्कुल कंध की कंध बनिया सी, जिहदी एक बांह बूटे शाह ने थम्मी सी ते दूजी नसीम ने। अजीज ने रुकमन नूं संभालिया होया सी, जिहड़ी इस भयानक होनी की सहमाई हुई उक्का ही बेहरकत जी मालूम हुंदी सी। जिस पासे अजीज का हाथ उहनूं खिंचदा उसे पासे बिना सोचे समझे तुरी जा रही सी। नसीम जिहड़ी हुण तीक घबराहट के डर नाल बेजान जी हुई पई सी, मकान तो बहर हुंदियां जिवें उहदी काया पलट हो गई। इस वेले उहदी इह हालत सी कि जे कदी तोप दे गोले अगे जाण दी वी उहनूं लोड़ पैंदी तां छाती ताण के सीधे मत्थे उठ तुरदी। डर भौ ते सहम जिवें उहदे अंदरों खंभ ला के उड गया सी। शरीर का मोह हुण उस विच नाम मात्र भी बाकी नहीं सी। जे सी तां केवल इक्को तमन्ना कि उह अपणे ते अपने सारे परिवार की जान दे के भी जे एक वारी बाबा जी दे कुनबे नूं बचा सकी तां इस सौदे नूं सस्ता जाणेगी। चौधरी दे मकान दा पिछवाड़ा एक खुले मोकले मैदान की शकल च सी, जिहदे लागे नीवें थां सुहां अपनी निरंतर वानी विच वह रहा सी। जिहदे कंढे खब्बे पासे थोड़ी जिनी वाट ते चौधरी दा खूह बाग ते खेत सन। रात दे 11 कु वजे दा वक्त सी जां इस तों वी कुछ वध। बारी चो बाहर निकल के इन्हां सभनां ने एक डूंघी नज़र नाल अपने आले दुआले झाकिया। सब पासे काला सन्नाटा छाया होया सी। केवल सुहां दे वहण दी मध्यम आवाज़ सुनाई दे रही सी। आसमान उत्ते कुछ काले ते कुछ घसमैले बदलां दा जाल जिहा विछिया होया सी, जिस विचों किसे किसे वेले चन्न दा छोटा जिहा टुकड़ा दिखाई दे जांदा सी। इहदी निम्मी निम्मी लोअ च सुहां दा दूर तोड़ी फैलिया होया विंग वलावें खांदा चमकीला आकार दृष्टी गोचर हुंदा सी। भा जी, ठरी हुई आवाज़ च नसीम ने बूटे शाह नूं पुछया, इत्थे ते कोई भी बंदा नहीं। जवाब च बूटे शाह कुछ कहण ही वाला सी कि तो पहले ही परले पास्यों लालटेन दा चानण दिखाई दिता ते नाल ही आवाज़ आई, बूटे शाह इस पासे सुहां दे कंढे कंढे खब्बे हत्थ टोराओ खूह दी सीधे। बिना बोलियां चालियां सारे उधर ही टुर पए। इस वेले इन्हां पंजां पास छुट उन्हां दो गंढड़ियां तो होर कोई समान नहीं सी, जिहड़ियां अंदरों निकलण लग्गियां उन्हां फड़ लईआं सन। मकान पासों इह सारे अध कु फरलांग अगां गए सन कि पिछों उसी मकान दे बूहे बारियां टुटदे उन्हां नूं सुनाई दित्ते। सारिआं ने महसूस कीता कि विचारे चौधरी नूं इह इसे काम की सज़ा दित्ती जा रही है जिहड़ा उन्हें आसरा देण दा गुनाह कीता है। सभना ने गर्दना मोड़ मुड़ के कई बारी चौधरी दे मकान वल ते सारे पिंड वल जिहड़ा इस वेले हनेरे दी काली कंबली च ढकिया होया सी तकिया ते अरमान भरे हौके लैंदे हुए अपनी सेध वल टुरी गए। चौधरी दे खूह कोल पहुँच के एक बारी फिर उन्हां सारिआं दा ध्यान पिछां मुड़िया, जद उच्ची उच्ची पै रहे रौले दे नाल ही उन्हां नूं चोखा तेज़ चानण भी दिखाई दिता। सब नूं यकीन हो गया कि बल रिहा घर चौधरी फजल करीम दा ही है, होर किसे दा नहीं। बाग च जाके उन्हां वेख्या चौं पंजां बेरियां दे इक संघणे झुंड हेठ 8-10 नौजवान लम्मियां लम्मियां डांगां हत्थां च फड़ी बड़ी बेसबरी नाल उन्हां दी उडीक च खड़े सन। बूटे शाह, उन्हां दे पहुँचदियां चौधरी दे पुत्तर फत्ते ने जिहड़ा सभनां तों अगे सी पुकारिया, कदम जरा तेज़ करो जे जानां लोड़ींदियां जी, उन्हां नूं सारी गल दा पता लग गया, साडे ही आदमियां ने एक खंजीर पौणा कीता है। उन्हां नूं इह वी खबर मिल गई है कि असां तुहानूं पिछली बारी थाणी नसा दिता है, ताइयें वेखदे पए हो ना साडे घर नूं अग ला दित्ती है। पर खैर सलाह, इह घर च घर फिर बन जाएगा, पहलां तुसीं जानां बचाओ किसे तरां। उन्हां इस वेले सभनीं पासीं आदमी भजाए हुए ने तुहाडे मगर। कुछ सर्दी नाल कुछ इस नवीं बिपता का सुनेहा सुन के सभना दियां लत्तां कंब रही सन। केवल बाबा ते नसीम ही उन्हां पंजां च ऐसे सन जिन्हां उत्ते हुण किसे डर खतरे का कोई असर नहीं सी। ते उन्हां दा की कीता जे गुरद्वारे वालिआं दा? बाबे ने अपने निरंतर पाठ की लड़ी तोड़दिआं होया फत्ते नूं पुछिआ।
ਫਤਿਹ ਨੇ ਸਵਾਲ ਦਾ ਜੋ ਜਵਾਬ ਦਿੱਤਾ ਉਹਨੂੰ ਸੁਣਦਿਆਂ ਹੀ ਸਾਰੇ ਸਿਰ ਧੁਨ ਕੇ ਰਹਿ ਗਏ। ਉਹਨੇ ਦੱਸਿਆ, ਉਹਨਾਂ ਵਿਚਾਰਿਆਂ ਦੀ ਕੁਝ ਨਾ ਪੁੱਛੋ ਬਾਬਾ ਜੀ, ਬੜੀ ਕੋਸ਼ਿਸ਼ ਕੀਤੀ ਸਾਡੇ ਬੰਦਿਆਂ ਨੇ ਉਹਨਾਂ ਨੂੰ ਬਚਾਉਣ ਦੀ, ਪਰ ਬੇਈਮਾਨਾਂ ਨੇ ਕੋਈ ਪੇਸ਼ ਨਾ ਜਾਣ ਦਿੱਤੀ। ਸਾਡੇ ਦੋ ਆਦਮੀ ਉਹਨਾਂ ਦੀ ਗੋਲੀ ਨਾਲ ਮਾਰੇ ਗਏ ਅਤੇ ਬਾਕੀ ਜਾਨਾਂ ਬਚਾ ਕੇ ਨੱਸ ਗਏ। ਗੋਲੀ ਅੱਗੇ ਕਿਹਦੀ ਪੇਸ਼ ਜਾਂਦੀ ਹੈ? ਅੰਦਰਲੇ ਚਾਲੀਆਂ ਵਿੱਚ ਜਿਹੜੀਆਂ 8-9 ਜਵਾਨ ਕੁੜੀਆਂ ਸਨ, ਉਹਨਾਂ ਨੂੰ ਢੇਰੀ ਵਾਲੇ ਗੁਰਮੁਖ ਸਿੰਘ ਸਾਹਨੀ ਨੇ ਪਹਿਲਾਂ ਹੀ ਅਫੀਮ ਘੋਲ ਕੇ ਪਿਆਲ ਦਿੱਤੀ ਸੀ। ਉਹ ਤਾਂ ਵਿਚਾਰੀਆਂ ਕੁਝ ਮਰ ਚੁੱਕੀਆਂ ਅਤੇ ਕੁਝ ਸਹਿਕ ਰਹੀਆਂ ਸਨ। ਬਾਕੀਆਂ ਨੂੰ ਜ਼ਾਲਮਾਂ ਨੇ ਕੋਹ ਕੋਹ ਕੇ ਮਾਰ ਦਿੱਤਾ, ਇੱਕ ਵੀ ਜਿਉਂਦਾ ਨਹੀਂ ਨੇ ਛੱਡਿਆ। ਡੋਲਦੀਆਂ ਲੱਤਾਂ ਨਾਲ ਅਤੇ ਇਸ ਦਿਲ ਚੀਰਵੀਂ ਖਬਰ ਤੋਂ ਪੁਰ ਪੁਰ ਦੁਖੀ ਹੁੰਦੇ ਹੋਏ ਸਾਰੇ ਡੰਗਰਾਂ ਵਾਲੇ ਇੱਕ ਕੋਠੇ 'ਚ ਜਾ ਵੜੇ। ਕੋਠਾ ਚੰਗਾ ਮੋਕਲਾ ਸੀ, 10-12 ਡੰਗਰ ਅੰਦਰ ਬੱਧੇ ਹੋਣ 'ਤੇ ਵੀ ਉਸ 'ਚ ਕਾਫੀ ਥਾਂ ਖਾਲੀ ਸੀ। ਇੱਕ ਪਾਸੇ ਇੱਕ ਵੱਡਾ ਸਾਰਾ ਮੰਜਾ ਪਿਆ ਸੀ, ਸਾਰੇ ਉਸ ਉੱਤੇ ਬੈਠ ਗਏ। ਬਾਬਾ ਜੀ ਵੀ ਮੰਜੇ ਦੇ ਇੱਕ ਨੁਕਰੇ ਬੈਠਾ ਆਪਣੇ ਰੱਖੇ ਰੱਖਣ ਹਾਰ ਪਾਠ 'ਚ ਮਸਤ ਸੀ। ਫਤਿਹ ਨੇ ਇੱਕ ਵਾਰੀ ਨਸੀਮ ਵੱਲ ਤੱਕਿਆ, ਜਿਉਂ ਜਿਉਂ ਇਸ ਦੇ ਅਨੋਖੇ ਹੱਟ ਬਾਰੇ ਸੋਚਦਾ ਉਹਦੀ ਹੈਰਾਨੀ ਵਧਦੀ ਜਾ ਰਹੀ ਸੀ। ਅਖੀਰ ਉਹ ਤੁਰਿਆ ਨਾ ਗਿਆ ਅਤੇ ਨਸੀਮ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਸੀਮਾ ਅੱਛਾ ਭੈਣਾ, ਜੇ ਅਜ਼ੀਜ਼ ਜਾਂਦਾ ਹੈ ਤਾਂ ਉਹ ਚਲਾ ਜਾਵੇ, ਪਰ ਤੂੰ ਤਾਂ ਇੰਨੀ ਗੱਲ ਸੋਚ ਪਈ, ਮਾਂ ਤੇਰੀ ਉੱਧਰ ਮੌਤ ਦੀਆਂ ਘੜੀਆਂ ਗਿਣ ਰਹੀ ਹੈ ਅਤੇ ਤੂੰ? ਨਸੀਮ ਗੱਲ ਟੋਕ ਕੇ ਬੋਲੀ, ਭਰਾ ਫਤਿਆ, ਨਾ ਤੂੰ ਮੈਨੂੰ ਵਰਜ ਅਤੇ ਨਾ ਹੀ ਮੈਂ ਵਰਜਿਆਂ ਰਹਿਣਾ ਹੀ। ਬਾਪੂ ਨੇ ਮੇਰੇ ਪਿਓ ਨਾਲ, ਤੈਨੂੰ ਪਤਾ ਹੈ, ਉਹਨੇ ਮਰਦਿਆਂ ਤੱਕ ਸਾਂਝ ਨਿਭਾਈ ਸੀ। ਅਸੀਂ ਵੀ ਜਦੋਂ ਤੀਕ ਬਾਪੂ ਦਾ ਦਮ ਏ, ਇਹਨਾਂ ਨਾਲ ਨਿਖੜ ਨਹੀਂ ਹੋ ਸਕਦੇ। ਬਾਕੀ ਰਹੀ ਮਾਂ ਦੀ ਗੱਲ, ਹੁਣ ਉਹ ਵਿਚਾਰੀ ਤਾਂ ਹੁਣ ਘੜੀ ਪਲ ਦੀ ਮਹਿਮਾਨ ਏ, ਖਬਰੇ ਤੁਹਾਡੇ ਘਰ ਅੱਪੜਦਿਆਂ ਤੋੜੀ ਦਮ ਦੇ ਦੇਵੇ। ਸੋ ਜਿਵੇਂ ਕਿਵੇਂ ਹੋਵੇ, ਜਿੱਥੇ ਅੱਗੇ ਏਡੀਆਂ ਘਾਲਾਂ ਘਾਲੀਆਂ ਜੇ, ਉਹਨੂੰ ਵੀ ਗੋਰ ਕਫਨ ਦੇ ਕੇ ਅੱਲਾ ਦੇ ਹਵਾਲੇ ਕਰ ਛੱਡਣਾ। ਕਿਆਮਤ ਦੇ ਦਿਨ ਖੁਦਾ ਤਾਲਾ ਨੇ ਮੇਲ ਕਰਾਇਆ ਅਤੇ ਮਿਲ ਪਵਾਂਗੇ ਉਹਨੂੰ ਜਾ ਕੇ। ਨਹੀਂ, ਬੋਲਦਿਆਂ ਬੋਲਦਿਆਂ ਨਸੀਮ ਦਾ ਗਲਾ ਛਲਕ ਆਇਆ ਅਤੇ ਸੁਣਨ ਵਾਲਿਆਂ ਦੀਆਂ ਅੱਖਾਂ ਵੀ ਤਰ ਹੋ ਗਈਆਂ। ਫਿਰ ਇਸ ਬਹਿਸ ਨੂੰ ਕਿਸੇ ਨਹੀਂ ਛੇੜਿਆ। ਕਾਂਡ 18 ਚੱਕਰੀ ਅਤੇ ਢੇਰੀ। ਇਹਨਾਂ ਦੋਹਾਂ ਪਿੰਡਾਂ 'ਚ ਕੇਵਲ ਉਸ ਛੋਟੀ ਜਿਹੀ ਨਦੀ ਦਾ ਹੀ ਫਾਸਲਾ ਸੀ। ਰਾਤ ਦਾ ਦੂਜਾ ਪਹਿਰ ਬੀਤ ਰਿਹਾ ਸੀ ਜਦ ਚੌਧਰੀ ਦੇ ਬਾਗ 'ਚ ਬੈਠੇ ਉਹਨਾਂ 12-13 ਬੰਦਿਆਂ ਦੇ ਵੇਖਦਿਆਂ ਵੇਖਦਿਆਂ ਚੱਕਰੀ ਤੋਂ ਬਾਅਦ ਢੇਰੀ ਪਿੰਡ ਵਿੱਚ ਵੀ ਅੱਗ ਦੇ ਲੰਬੇ ਉੱਠਣੇ ਸ਼ੁਰੂ ਹੋਏ। ਇਹਨਾਂ 5 ਵਤਨ ਛੋੜਾਂ ਪਾਸ ਬੈਠੇ ਹੋਏ ਗੱਭਰੂਆਂ ਵਿੱਚੋਂ ਕਦੀ ਕੋਈ ਬਾਹਰ ਨਿਕਲ ਜਾਂਦਾ, ਕਦੀ ਕੋਈ, ਅਤੇ ਜਿਹੜਾ ਵੀ ਬਾਹਰੋਂ ਹੋ ਕੇ ਆਉਂਦਾ ਕੋਈ ਨਾ ਕੋਈ ਨਵੀਂ ਖਬਰ ਲਿਆਉਂਦਾ, ਜਿਹੜੀ ਪਹਿਲਾਂ ਨਾਲੋਂ ਵੀ ਵੱਧ ਡਰਾਉਣੀ ਹੁੰਦੀ। ਢੇਰੀ, ਚੱਕਰੀ ਅਤੇ ਕੋਹਲੀਆਂ ਬਾਬਤ ਤਾਂ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਹੀ ਨਹੀਂ ਸੀ, ਜਦਕਿ ਉਹਨਾਂ ਦੀ ਹਾਲਤ ਸਾਰੀਆਂ ਅੱਖਾਂ ਤੱਕ ਰਹੀਆਂ ਸਨ। ਅਤੇ ਹੌਲੀ ਹੌਲੀ ਲਾਗ ਪਾਸ ਦੇ ਦੂਸਰੇ ਪਿੰਡਾਂ ਬਾਰੇ ਵੀ ਖਬਰਾਂ ਆਉਣ ਲੱਗੀਆਂ। ਘੀਲਾਂ ਦੇ 250 ਖੱਤਰੀਆਂ ਨੂੰ ਕਤਲ ਕਰ ਦਿੱਤਾ ਗਿਆ, ਸਿਹਾਲਾਂ ਦੇ ਸਾਰੇ ਖਤਰਮੇ ਘਰ ਲੁੱਟ ਕੇ ਸਾੜ ਦਿੱਤੇ ਗਏ, ਝਾੜਾਂ ਦੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਪਰ ਛੇਕੜ ਸਭ ਮਾਰੇ ਗਏ ਅਤੇ ਉਹਨਾਂ ਦੀਆਂ ਸੁਆਣੀਆਂ ਅਗਵਾਹ ਕਰ ਲਈਆਂ। ਮੈਰਾ ਸਾਰੇ ਦਾ ਸਾਰਾ ਖਤਰਮੀ ਆਬਾਦੀ ਤੋਂ ਸਾਫ਼ ਕਰ ਦਿੱਤਾ ਗਿਆ। ਟੁਟੰਬਰ ਤੋਂ ਲੈ ਕੇ ਤਲਾਗੰਗ ਤੀਕ ਕਿਸੇ ਪਿੰਡ ਵਿੱਚ ਵੀ ਹਿੰਦੂ ਸਿੱਖ ਨੂੰ ਜਿਉਂਦਾ ਨਹੀਂ ਛੱਡਿਆ ਗਿਆ। ਜਿਉਂ ਜਿਉਂ ਇਹ ਭਿਆਨਕ ਖਬਰਾਂ ਪਹੁੰਚਦੀਆਂ ਤਿਉਂ ਤਿਉਂ ਇਹਨਾਂ ਪੰਜਾਂ ਮੁਸਾਫਰਾਂ ਦੀ ਯਾਤਰਾ ਪਛੜਦੀ ਜਾਂਦੀ। ਇਹਨਾਂ ਦੇ ਪਛੜਨ ਦਾ ਇੱਕ ਇੱਕ ਮਿੰਟ ਆਉਣ ਵਾਲੀ ਮੁਸੀਬਤ ਨੂੰ ਉੱਚੀ ਤੋਂ ਉੱਚੀ ਆਵਾਜ਼ਾਂ ਮਾਰਨ ਵਾਲੀ ਗੱਲ ਸੀ। ਛੇਕੜ ਰਖਵਾਲੀ ਲਈ ਨਾਲ ਜਾਣ ਵਾਲੇ 12 ਜਵਾਨਾਂ ਨੇ, ਜਿਨ੍ਹਾਂ ਦਾ ਮੋਢੀ ਸੀ ਚੌਧਰੀ ਦਾ ਪੁੱਤਰ ਫੱਤਾ, ਇਹੋ ਫੈਸਲਾ ਕੀਤਾ ਕਿ ਜੋ ਹੋਵੇਗਾ ਦੇਖਿਆ ਜਾਏਗਾ, ਹੁਣ ਇੱਥੋਂ ਟੁਰ ਹੀ ਪੈਣਾ ਚਾਹੀਦਾ ਕਿਉਂਕਿ ਮੁਕਾਬਲਤਨ ਟੁਰ ਪੈਣ ਨਾਲੋਂ ਟਿਕੇ ਰਹਿਣ 'ਚ ਖਤਰਾ ਵਧੀਕ ਸੀ। 2-4 ਮਿੰਟ ਇਸ ਮਾਮਲੇ 'ਤੇ ਬਹਿਸ ਹੁੰਦੀ ਰਹੀ ਕਿ ਕਿਹੜੇ ਰਸਤੇ ਥਾਣੀ ਕਿਹੜੇ ਪਾਸੇ ਜਾਇਆ ਜਾਵੇ। ਪਹਿਲਾਂ ਸਲਾਹ ਬਣਾਈ ਗਈ ਰਾਵਲਪਿੰਡੀ ਵਾਲੀ ਸੜਕੇ ਪੈਣ ਦੀ, ਪਰ ਇਸ ਰਸਤੇ ਨੂੰ ਜ਼ਿਆਦਾ ਖਤਰਨਾਕ ਸਮਝਿਆ ਗਿਆ। ਉਹਨਾਂ ਸੋਚਿਆ, ਇੱਕ ਤਾਂ ਇਸ ਪਾਸੇ ਉੱਚੀਆਂ ਉੱਚੀਆਂ ਪਹਾੜੀਆਂ ਅਤੇ ਸੰਘਣੇ ਖੱਡਾਂ ਦੀ ਓਟ ਮਦਦਗਾਰ ਸਾਬਤ ਹੋਏਗੀ, ਦੂਜਾ ਉਹਨਾਂ ਇਹ ਵੀ ਸੋਚਿਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਦੁੱਲੇ ਪਿੰਡ ਪਹੁੰਚਾ ਦਿੱਤਾ ਜਾਏ ਜਿੱਥੇ ਇੱਕ ਛੋਟਾ ਜਿਹਾ ਸਰਕਾਰੀ ਰੀਸੈਟ ਕੈਂਪ ਨਾਲੇ ਥਾਣਾ ਵੀ ਸੀ। ਇਹ ਤੋਂ ਛੁੱਟ ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਇਸ ਇਲਾਕੇ ਦੇ ਭੱਜੇ ਹੋਏ ਹਿੰਦੂ ਸਿੱਖ ਅੱਗੇ ਵੀ ਬਹੁਤ ਸਾਰੀ ਗਿਣਤੀ 'ਚ ਦੁੱਲੇ ਇਕੱਠੇ ਹੋ ਰਹੇ ਸਨ, ਜਿੱਥੋਂ ਉਹਨਾਂ ਨੂੰ ਕੱਢਣ ਲਈ ਮਿਲਟਰੀ ਦਾ ਕਾਫੀ ਇੰਤਜ਼ਾਮ ਹੈ। 12-12 ਦਾ ਵਕਤ ਸੀ ਜਦ ਉੱਠ ਕੇ ਸਾਰੇ ਜਣੇ ਤਿਆਰ ਹੋ ਪਏ।
ਅੰਦਰੋਂ ਨਿਕਲ ਕੇ ਅਜੇ ਸੁਹਾਂ ਵੱਲ ਹੋਈ ਸੀ ਕਿ ਪਿੰਡ ਵੱਲੋਂ ਦੋ ਆਦਮੀ ਆਉਂਦੇ ਉਹਨਾਂ ਤੱਕੇ, ਜਿਨ੍ਹਾਂ ਨੂੰ ਵੇਖ ਕੇ ਪਹਿਲਾਂ ਤਾਂ ਸਭਨਾਂ ਨੂੰ ਦੁਸ਼ਮਣ ਦਾ ਸ਼ੱਕ ਹੋਇਆ, ਪਰ ਨੇੜੇ ਆਉਣ 'ਤੇ ਪਤਾ ਲੱਗਾ ਕਿ ਇਹ ਆਪਣੇ ਹੀ ਬੰਦੇ ਸਨ। ਇੱਕ ਸੀ ਚੌਧਰੀ ਫਜ਼ਲ ਕਰੀਮ ਅਤੇ ਦੂਜਾ ਉਹਦਾ ਕੋਈ ਕਾਮਾ ਮਜ਼ਹਿਰਾ ਸੀ। ਇਹਦੇ ਸਿਰ 'ਤੇ ਉਹਨੇ ਦੋ ਟਰੰਕ ਚੁਕਾਏ ਹੋਏ ਸਨ। ਆਪ ਚੌਧਰੀ ਨੇ ਹੱਥ 'ਚ ਰੋਟੀਆਂ ਦੀ ਗੰਢ ਫੜੀ ਹੋਈ ਸੀ। ਲਓ ਬਾਬਾ ਜੀ, ਅਗਾਂਹ ਹੋ ਕੇ ਚੌਧਰੀ ਬੋਲਿਆ, ਤੁਹਾਡਾ ਗਹਿਣਾ ਗੱਟਾ ਅਤੇ ਨਕਦੀ ਜੋ ਕੁਝ ਵੀ ਲੱਭਾ ਸਾਰਾ ਮੈਂ ਇਕੱਠਾ ਕਰਕੇ ਇਸ ਵੱਡੇ ਟਰੰਕ 'ਚ ਪਾ ਲਿਆਂਦਾ ਜੀ, ਨਾਲੇ ਕੁਝ ਰੇਸ਼ਮੀ ਕੱਪੜੇ ਵੀ। ਅਤੇ ਫਿਰ ਨਸੀਮ ਨੂੰ ਕਹਿਣ ਲੱਗਾ, ਕੁੜੀਏ ਆਹ ਛੋਟਾ ਟਰੰਕ ਤੇਰਾ ਵੇ ਨਾ, ਇਹ ਵੀ ਮੈਂ ਚੁਕਾ ਲਿਆਂਦਾ। ਖੋਲ੍ਹ ਕੇ ਤਾਂ ਨਹੀਂ ਵੇਖਿਆ, ਪਰ ਮੈਂ ਸੋਚਿਆ ਕੱਪੜਾ ਲੱਤਾ ਜੋ ਕੁਝ ਵੀ ਇਸ 'ਚ ਹੋਏਗਾ ਕੰਮ ਆਏਗਾ ਤੇਰੇ। ਅਤੇ ਰੋਟੀਆਂ ਵਾਲੀ ਗੰਢ ਅਜੀਜ਼ ਨੂੰ ਫੜਾ ਕੇ ਕਹਿਣ ਲੱਗਾ, ਹੋਰ ਤਾਂ ਇਸ ਵੇਲੇ ਕੁਝ ਨਹੀਂ ਬਣ ਸਕਿਆ, 5-10 ਪਰੌਂਠੇ ਅਤੇ ਥੋੜ੍ਹੀ ਜਿਹੀ ਸ਼ੱਕਰ ਨਾਲ ਪਾ ਲਿਆਂਦੀ ਹੈ। ਮੈਂ ਆਖਿਆ, ਰਾਜ ਖਬਰੇ ਕਦੋਂ ਕੁਝ ਖਾਣ ਨੂੰ ਲੱਭੇ। ਫਿਰ ਉਹਨੇ ਆਪਣੇ ਲੜਕੇ ਨੂੰ ਚੇਤਾਵਨੀ ਕੀਤੀ, ਸੁਣੋ ਫਤਿਆ, ਬਾਬੇ ਹੋਰਾਂ ਦੇ ਟਰੰਕ ਦਾ ਜ਼ਰਾ ਚੰਗੀ ਤਰ੍ਹਾਂ ਖਸਮਾਨਾ ਰੱਖੀ ਪੁੱਤਰ, 20-25 ਹਜ਼ਾਰ ਦੀ ਜੋਖੋਂ ਹੀ ਇਸ ਵਿੱਚ ਸੁਣਿਆ ਹੀ। ਇਸ ਚੇਤਾਵਨੀ ਤੋਂ ਬਾਅਦ ਵੱਡਾ ਟਰੰਕ ਫਤਿਹ ਨੇ ਆਪ ਸਿਰ 'ਤੇ ਚੁੱਕ ਲਿਆ ਅਤੇ ਛੋਟਾ ਨਸੀਮ ਵਾਲਾ ਇੱਕ ਹੋਰ ਨੇ। ਤੁਰਨ ਵਾਲੇ ਕਾਹਲੀ ਮਚਾ ਰਹੇ ਸਨ ਅਤੇ ਇੱਧਰ ਬਾਬੇ ਅਤੇ ਚੌਧਰੀ ਦੀਆਂ ਬਾਹਾਂ ਇੱਕ ਦੂਜੇ ਦੇ ਗਲ 'ਚ ਇਸ ਤਰ੍ਹਾਂ ਕਸੀਆਂ ਹੋਈਆਂ ਸਨ ਕਿ ਮੁਸ਼ਕਲ ਨਾਲ ਇਹ ਲਫ਼ਜ਼ ਕਹੇ, ਅੱਛਾ ਜਾਓ ਅੱਲਾ ਦੇ ਹਵਾਲੇ, ਖੁਦਾਵੰਦ ਕਰੀਮ ਜੇ ਸੱਚਾ ਹੈ ਤਾਂ ਸਾਨੂੰ ਇੱਕ ਵਾਰੀ ਫਿਰ ਮਿਲਾਏਗਾ। ਅਤੇ ਸਾਰਿਆਂ ਦੀਆਂ ਭੁੱਬਾਂ ਨਿਕਲ ਗਈਆਂ। ਫਿਰ ਉਹਨੇ ਸਭਨਾਂ ਨੂੰ ਵਾਰੋ ਵਾਰੀ ਅਲਵਿਦਾ ਆਖੀ। ਸਭਨਾਂ ਟੁਰਨ ਵਾਲਿਆਂ ਦਾ ਖਿਆਲ ਸੀ ਚੌਧਰੀ ਜ਼ਰੂਰ ਥੋੜ੍ਹੀ ਬਹੁਤੀ ਵਾਟ ਉਹਨਾਂ ਦੇ ਨਾਲ ਜਾਏਗਾ, ਪਰ ਚੌਧਰੀ ਨੇ ਇਹ ਕਹਿੰਦਿਆਂ ਹੋਇਆਂ ਉੱਥੋਂ ਹੀ ਰੁਖਸਤ ਲੈ ਲਈ। ਦਿਲ 'ਤੇ ਨਹੀਂ ਕਰਦਾ ਨਿਕੜਨ ਨੂੰ, ਪਰ ਕੀ ਕਰਾਂ, ਵਿਚਾਰੀ ਸੀਮਾ ਨੂੰ ਇਹ ਚੰਦਰੀ ਖਬਰ ਮੈਨੂੰ ਹੀ ਸੁਣਾਉਣੀ ਪੈਣੀ ਸੀ। ਫਿਰ ਨਸੀਮ ਵੱਲ ਤੱਕ ਕੇ ਬੋਲਿਆ, ਪੁੱਤਰ ਤੇਰੀ ਮਾਂ ਵਿਚਾਰੀ ਅੱਲਾ ਦੇ ਘਰ ਚਲੀ ਗਈ, ਚੰਗਾ ਹੋਵੇ ਜੇ ਤੂੰ ਅਜੇ ਹੀ ਮੁੜ ਚੱਲੇ, ਅੱਗੇ ਜਿੱਕਣ ਤੇਰੀ ਮਰਜ਼ੀ। ਦੋਵਾਂ ਭੈਣ ਭਰਾਵਾਂ ਨੇ ਸੁਣ ਕੇ ਆਹ ਦਾ ਨਾਰਾ ਮਾਰਿਆ। ਮਾਂ ਦੀ ਮੌਤ ਦੇ ਖਿਆਲ ਨੇ ਇੱਕ ਵਾਰੀ ਉਹਨਾਂ ਦੇ ਕਦਮ ਰੋਕੇ, ਪਰ ਉਹ ਰੁਕੇ ਨਹੀਂ। ਨਸੀਮ ਦੀਆਂ ਅੱਖਾਂ 'ਚ ਰੁਕਿਆ ਹੋਇਆ ਪਾਣੀ ਦੋ ਮੋਟੀਆਂ ਬੂੰਦਾਂ ਬਣ ਕੇ ਧਰਤੀ 'ਤੇ ਡਿੱਗ ਪਿਆ। ਤੂੰ ਇਸ ਤਰ੍ਹਾਂ ਡਡਿਆ ਕੇ ਚੌਧਰੀ ਦੇ ਗਲ ਜਾਣ ਲੱਗੀ, ਜਿੱਕਣ ਚੌਧਰੀ ਨਾਲ ਨਹੀਂ ਆਪਣੀ ਮਰ ਚੁੱਕੀ ਮਾਂ ਦੀ ਛਾਤੀ ਨਾਲ ਲੱਗ ਕੇ ਉਸ ਪਾਸੋਂ 32 ਧਾਰਾ ਬਖਸ਼ਵਾਉਂਦੀ ਹੋਈ ਅੰਤਮ ਵਿਦਾਇਗੀ ਮੰਗ ਰਹੀ ਸੀ। ਚਾਚਾ ਜੀ, ਮੇਰੀ ਇਹ ਗੱਲ ਮਿਲਣੀ ਮਾਂ ਨੂੰ ਪਹੁੰਚ ਅਤੇ ਬਾਕੀ ਵਾਕ ਨੂੰ ਅਧੂਰਾ ਛੱਡ ਕੇ ਉਹ ਆਪਣੇ ਸਾਥੀਆਂ ਨਾਲ ਜਾ ਰਹੀ। ਚੌਧਰੀ ਨੇ ਫਿਰ ਕੁਝ ਨਹੀਂ ਕਿਹਾ। ਬਾਬਾ ਜਿਹੜਾ ਲਾਗੇ ਖੜਾ ਨਸੀਮ ਦੀ ਹਾਲਤ ਵੇਖ ਰਿਹਾ ਸੀ, ਬਿਨਾਂ ਬੋਲਿਆਂ ਆਪਣੇ ਰੱਖੇ ਰੱਖਣਹਾਰ ਨੂੰ ਜਾਰੀ ਰੱਖਦਿਆਂ ਉਹਨੇ ਅਗਾਂਹ ਹੋ ਕੇ ਨਸੀਮ ਦਾ ਸਿਰ ਬਾਹਾਂ 'ਚ ਘੁੱਟ ਲਿਆ। ਜਦ ਬਾਬਾ ਆਪਣੇ ਮੁੱਢ ਕਦੀਮੀ ਦੋਸਤ ਨਾਲੋਂ ਵਿਛੜ ਕੇ ਟੁਰ ਹੀ ਪਿਆ ਤਾਂ ਇੰਨੀ ਕੁ ਗੱਲ ਚੌਧਰੀ ਨੂੰ ਕਹਿੰਦਾ ਗਿਆ, ਚੌਧਰੀ ਸਾਡੀ ਖਾਤਰ ਜਿਹੜੀ ਜਾਨ ਹੁਲਵੀ ਖੇਡ ਤੂੰ ਖੇਡੀ, ਇਹਦਾ ਬਦਲਾ ਤੈਨੂੰ ਉਹ ਪਰਮਾਤਮਾ ਦੇਵੇਗਾ, ਤੇਰਾ ਘਰ ਵੀ ਉਹਨਾਂ ਜ਼ਾਲਮਾਂ ਸਾੜ ਸੁੱਟਿਆ ਹੈ। ਬਾਬਾ ਜੀ, ਚੌਧਰੀ ਇੱਕ ਵਾਰੀ ਫਿਰ ਉਹਦੇ ਨਾਲ ਆ ਜੁੜਿਆ, ਘਰ ਦੀ ਕਿਹੜੀ ਗੱਲ, ਇਹ ਅੱਲਾ ਚਾਹਿਆ ਤੇ ਫਿਰ ਬਣ ਜਾਏਗਾ। ਇੰਨਾ ਹੀ ਪਰਵਰਦਗਾਰ ਦਾ ਸ਼ੁਕਰ ਹੈ ਕਿ ਸਾਡੇ ਘਰ 'ਚੋਂ ਮੈਂ ਤੁਹਾਡਾ ਕੁਝ ਥੋੜ੍ਹਾ ਬਹੁਤ ਅਸਾਸਾ ਕੱਢ ਸਕਿਆ ਵਾਂ। ਅਤੇ ਚੌਧਰੀ ਨੇ ਗੱਲ ਕਰਦਿਆਂ ਕਰਦਿਆਂ ਫਤਿਹ ਦੇ ਸਿਰ 'ਤੇ ਚੁੱਕੇ ਟਰੰਕ ਵੱਲ ਤੱਕਿਆ। ਪੰਜੇ ਵਾਰੀ ਵਾਰੀ ਜਦ ਚੌਧਰੀ ਦੇ ਗਲ ਲੱਗ ਕੇ ਮਿਲ ਚੁੱਕੇ ਤਾਂ ਇਹ ਛੋਟਾ ਜਿਹਾ ਕਾਫਲਾ ਆਪਣੇ ਰਸਤੇ ਪੈ ਗਿਆ। ਅੰਗ 19 ਅੱਧੀ ਰਾਤ ਬੀਤ ਚੁੱਕੀ ਸੀ ਅਤੇ ਅੱਧੀ ਬਾਕੀ ਸੀ। ਅਸਮਾਨ ਉੱਤੇ ਛਾਏ ਹੋਏ ਕਾਲੇ ਬੱਦਲਾਂ ਨੇ ਹਨੇਰੇ ਨੂੰ ਗੂੜਾ ਕਰ ਦਿੱਤਾ ਸੀ। ਠੰਡੀ ਹਵਾ ਦੇ ਨਾਲ ਹੀ ਮਹੀਨ ਮਹੀਨ ਕਣੀਆਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਸਨ। ਚੱਕਰੀ ਤੋਂ ਨਿਕਲ ਕੇ ਪੰਜੇ ਰਾਹੀਂ ਆਪਣੇ ਦਰਜਨ ਕੁ ਰਾਖਿਆਂ ਦੇ ਘੇਰੇ 'ਚ ਤੁਰਦੇ ਹੋਏ ਤਲਾਗੰਗ ਵਾਲੀ ਸੜਕੇ ਪੈ ਗਏ। ਉਹਨਾਂ ਦੇ ਸਾਥੀ ਕਦਮ ਕਦਮ 'ਤੇ ਰੁਕ ਕੇ ਇੱਧਰ ਉੱਧਰ ਦੀਆਂ ਬਿੜਕਾਂ ਲਈ ਜਾਂਦੇ ਸਨ। ਦਿਖਾਈ ਤਾਂ ਕਿਸੇ ਪਾਸੇ ਕੁਝ ਦਿੰਦਾ ਨਹੀਂ ਸੀ, ਕੇਵਲ ਆਵਾਜ਼ ਸੁਣਨ ਲਈ ਜਾਂ ਕੁਝ ਚਾਨਣ ਵੇਖਣ ਲਈ ਉਹਨਾਂ ਨੂੰ ਪਤਾ ਸੀ ਰਾਤ ਵੇਲੇ ਲੁਟੇਰਿਆਂ ਪਾਸ ਮਸ਼ਾਲਾਂ ਹੁੰਦੀਆਂ ਨੇ। ਉਹ ਘੜੀ ਮੁੜੀ ਰੁਕ ਜਾਂਦੇ ਅਤੇ ਜਦ ਚੰਗੀ ਤਰ੍ਹਾਂ ਉਹਨਾਂ ਨੂੰ ਤਸੱਲੀ ਹੋ ਜਾਂਦੀ ਕਿ ਖਤਰੇ ਦਾ ਕੋਈ ਚਿੰਨ੍ਹ ਕਿਤੇ ਨਹੀਂ ਤਾਂ ਫਿਰ ਅਗਾਂਹ ਤੁਰ ਪੈਂਦੇ। ਬਾਬੇ ਦੀ ਤਕਲੀਫ ਇਸ ਵੇਲੇ ਸਾਰਿਆਂ ਨਾਲੋਂ ਅਸਹਿ ਮਲੂਮ ਹੁੰਦੀ ਸੀ। ਇੱਕ ਤਾਂ ਅੱਖਾਂ ਤੋਂ ਨਾ ਦਿਸਣ ਕਰਕੇ ਉਹ ਠੁੱਡੇ ਠੇਡੇ ਖਾਈ ਜਾ ਰਿਹਾ ਸੀ, ਦੂਜਾ ਸਰਦੀ ਬਹੁਤੀ ਹੋਣ ਕਰਕੇ ਉਹਦੀਆਂ ਲੱਤਾਂ ਪੂਰੀ ਤਰ੍ਹਾਂ ਸਾਥ ਨਹੀਂ ਸਨ ਦੇ ਰਹੀਆਂ। ਨਸੀਮ ਨੇ ਆਪਣੀ ਛੋਟੀ ਗੰਢੜੀ ਇੱਕ ਹੋਰ ਨੂੰ ਫੜਾ ਦਿੱਤੀ ਅਤੇ ਆਪ ਉਹ ਬਰਾਬਰ ਬਾਬੇ ਦੇ ਨਾਲ ਹੋ ਕੇ ਆਪਣੇ ਮੋਢੇ ਉੱਤੇ ਉਹਦਾ ਹੱਥ ਟਿਕਾਈ ਤੁਰੀ ਜਾ ਰਹੀ ਸੀ। ਦੂਜੇ ਪਾਸੇ ਅਜੀਜ਼ ਸੀ ਜਿਹਨੇ ਉਹਨੂੰ ਆਸਰਾ ਦਿੱਤਾ ਹੋਇਆ ਸੀ। ਮੀਲ ਸਵਾ ਮੀਲ ਦੀ ਦੂਰੀ 'ਤੇ ਜਾ ਕੇ ਜਦ ਬਾਬੇ ਦੀ ਤਕਲੀਫ ਵਿੱਚ ਹੋਰ ਵਾਧਾ ਹੁੰਦਾ ਵੇਖਿਆ ਤਾਂ ਫਤਿਹ ਨੇ ਟਰੰਕ
एक होर नूं चुका के अछोपले बाबे नूं कंधाड़े ते चुक लिया। चुप चुपाते सब टुरे जा रहे सन, बोलण जां खड़ा करन दी मनाही सी क्योंकि कदम कदम ते खतरा सी। सफर दे अजे पूरे 2 मील भी नहीं सन मुके कि पिछले पास्यों आ रही किसी लिश्क ने सभना दे सोतर सुका दिते। सब नूं यकीन हो गया कि भावें मगरों उही गुंडियां दी धाड़ा पहुंची है जिन्हों ढेरी चक्री ते कूलियां विच उधर धूमी पांदियां वेख चुके सन। इस वेले जिस थान तो यह लंघ रहे सन इहदे लागे एक उच्ची सारी चट्टान सी। होर कोई हीला ना वेख के सब ने इहदे पिछे लुक जाण दा फैसला कीता ते सड़क छड के उधर हो तुरे। चट्टान असलों ही सड़क दे लागे सी जिथे बैठ के सड़क दा बहुत सारा हिस्सा वेख्या जा सकता सी। उधर कदमां दी आवाज़ उच्ची तो उच्ची हुंदी गई ते हनेरे च ही अंदाज़ा लाया गया कि आउण वालियां दी गिनती जे घट तो घट होएगी तो 20-25 तो घट नहीं होनी। तो जब होर थोड़े चिर बाद उन्हां नूं हनेरे च एक काले बदल जिहे दे आकार चो ढाणी सड़क ते तुरदी दिखाई देण लग पई तो उन्हां चो बहुतियां दा ख्याल हो गया कि डाकू लुटेरे नहीं, क्योंकि ना तो उन्हां पास कोई मशाल सी ना ही लुटेरियां वांग उच्ची उच्ची खप पाई जा रहे सन। सगों इहदे उल्ट बिल्कुल उन्हां वांग ही चुप चुप ते दब के सहमे हुए। ते जदों लोग होर जरा नेड़े आ गए तो सब नूं पक्का यकीन बज गया होवे ना तो यह भी उन्हां वर्गे ही वतन छोड़ हों। वो लोग जद ऐन उस चट्टान दे कोलों लंघ रहे सन तो एक आवाज़ सुनाई दिती, तू जरा फिक्र ना कर मासी, उहदी ऐसी तैसी जिहड़ा तुहाडे वल अख चुक के तक जावे। ते इहदे जवाब च एक हौली जी डरी हुई आवाज़, झावला ते इंज पिया सी जिकन साडे अगे अगे कोई टोला लंघ के गया है, पता नहीं किहड़े पासे छाइमा ही हो गया। ਤਾਂ ਡਰਨ ਦੀ ਲੋੜ ਨਹੀਂ, ਇਹ ਕਹਿੰਦੇ ਹੋਏ ਇਸ ਪਾਰਟੀ ਦੇ ਸਾਰੇ ਜਣੇ ਮੁੜ ਚਟਾਨ ਦੇ ਪਿੱਛੋਂ ਨਿਕਲ ਕੇ ਸੜਕ 'ਤੇ ਆ ਪਹੁੰਚੇ ਅਤੇ ਜਿਉਂ ਹੀ ਉਸ ਦੂਜੇ ਟੋਲੇ ਨੇ ਜਿਨ੍ਹਾਂ 'ਚ ਬਹੁਤੀ ਗਿਣਤੀ ਜਨਾਨੀਆਂ ਦੀ ਸੀ ਇਹਨਾਂ ਨੂੰ ਤੱਕਿਆ ਕਿ ਇੱਕ ਚੀਕ ਚਿਹਾੜਾ ਮੱਚ ਗਿਆ। ਪਰ ਫੱਤੇ ਅਤੇ ਦੋ ਤਿੰਨਾਂ ਆਦਮੀਆਂ ਨੇ ਝਟਪਟ ਅਗਾਂਹ ਹੋ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਦੀ ਜਾਨ 'ਚ ਜਾਨ ਆਈ। ਦੋਵੇਂ ਟੋਲੇ ਜਦ ਇਕੱਠੇ ਹੋ ਗਏ ਤਾਂ ਇੱਧਰ ਦੇ ਟੋਲੇ ਵਾਲਿਆਂ ਨੇ ਵੇਖਿਆ ਉੱਧਰ ਸਾਰੀ ਗਿਣਤੀ 35 ਦੇ ਲਗਭਗ ਸੀ, ਜਿਨ੍ਹਾਂ 'ਚ 10 ਕੁ ਜਨਾਨੀਆਂ ਅਤੇ ਜਵਾਨ ਕੁੜੀਆਂ, 10 ਕੁ ਬੱਚੇ, 5-6 ਮਰਦ ਸਨ ਜਿਨ੍ਹਾਂ ਦੇ ਦੁਆਲੇ 10-12 ਹਥਿਆਰਬੰਦ ਮੁਸਲਮਾਨਾਂ ਨੇ ਚੱਕਰ ਜਿਹਾ ਵਲਿਆ ਹੋਇਆ ਸੀ। ਕਈਆਂ ਨੇ ਕਈਆਂ ਨੂੰ ਇੱਧਰੋਂ ਉੱਧਰੋਂ ਪਛਾਣ ਲਿਆ। ਇਹ ਕਾਫਲਾ ਸਿਹਾਲਾ ਤੋਂ ਆ ਰਿਹਾ ਸੀ ਅਤੇ ਚੱਕਰੀ ਦੇ ਮੁਹਾਫਜ਼ਾਂ ਵਾਂਗ ਹੀ ਉਸ ਪਿੰਡ ਦੇ ਮੁਸਲਮਾਨਾਂ ਨੇ ਇਹਨਾਂ ਨਿਕਾਸੀਆਂ ਨੂੰ ਕਿਸੇ ਬੇਖਤਰ ਟਿਕਾਣੇ ਪਹੁੰਚਾਉਣ ਲਈ ਜਾਨਾਂ ਤਲੀ 'ਤੇ ਰੱਖੀਆਂ ਹੋਈਆਂ ਸਨ। ਰਲਵਾਂ ਸਫ਼ਰ ਦੋਹਾਂ ਕਾਫਲਿਆਂ ਲਈ ਤਸੱਲੀ ਭਰਿਆ ਅਤੇ ਕੁਝ ਸੌਖਾ ਵੀ ਜਾਪਣ ਲੱਗ ਪਿਆ। ਖਤਰੇ ਦੀ ਸੰਭਾਵਨਾ ਕੁਝ ਤਾਂ ਇਸ ਕਰਕੇ ਵੀ ਘੱਟ ਸੀ ਕਿ ਖਤਰੇ ਵਾਲੇ ਥਾਂ ਤੋਂ ਜ਼ਰਾ ਦੂਰ ਨਿਕਲ ਆਏ ਸਨ। ਦੂਜਾ ਇਹ ਵੀ ਸੀ ਕਿ ਸਾਰੇ ਰਲਾ ਕੇ 25-30 ਲੱਠਬਾਜ਼ ਜਵਾਨ ਹੁਣ ਉਹਨਾਂ ਨਾਲ ਸਨ ਜਿਹੜੇ ਕਿਸੇ ਅੱਛੇ ਖਾਸੇ ਹਜੂਮ ਦਾ ਮੁਕਾਬਲਾ ਕਰਨ ਜੋਗੀ ਹਿੰਮਤ ਰੱਖਦੇ ਸਨ। ਚਾਨਣੇ ਪੱਖ ਦੀ ਤੀਜ ਹੋਣ ਕਰਕੇ ਰਾਤ ਲਗਭਗ ਹਨੇਰੀ ਸੀ। ਫਿਰ ਬੱਦਲਾਂ ਦੀ ਸੰਘਣੀ ਕਾਲੋ ਨੇ ਤਾਂ ਇਹਨੂੰ ਮੱਸਿਆ ਵਰਗੀ ਬਣਾਇਆ ਹੋਇਆ ਸੀ। ਕਾਫਲਾ ਤੁਰਿਆ ਜਾ ਰਿਹਾ ਸੀ ਅਤੇ ਉਹਨਾਂ ਦੇ ਮੁਹਾਫਜ਼ਾਂ ਦਾ ਟੋਲਾ ਬਰਾਬਰ ਇਧਰੋਂ ਉਧਰੋਂ ਸੱਜਿਓਂ ਖੱਬਿਓਂ ਬਿੜਕਾਂ ਲੈਂਦਾ ਹੋਇਆ ਕਦਮ ਵਧਾਈ ਜਾ ਰਿਹਾ ਸੀ। ਬਾਬੇ ਨੂੰ ਮਨੁੱਖੀ ਪਿੱਠ ਦੀ ਸਵਾਰੀ ਇਸ ਵੇਲੇ ਵਧੇਰੇ ਔਖੀਆਂ ਕਰ ਰਹੀ ਸੀ, ਜਦਕਿ ਕਦਮ ਕਦਮ ਉੱਤੇ ਫਤਿਹ ਦੇ ਪੈਰ ਪੱਥਰਾਂ ਨਾਲ ਟਕਰਾਈ ਜਾਂਦੇ ਸਨ। ਉਹਨੂੰ ਅੱਜ ਤੋਂ 2.5 ਮਹੀਨੇ ਪਹਿਲਾਂ ਦਾ ਇੱਕ ਇਹੋ ਜਿਹਾ ਵਾਕਿਆ ਯਾਦ ਆਇਆ ਜਦ ਇਸ ਤਰ੍ਹਾਂ ਦੀ ਹਨੇਰੀ ਰਾਤ ਸੀ। ਇਸੇ ਤਰ੍ਹਾਂ ਮਨੁੱਖੀ ਸਵਾਰੀ ਕਰਦਿਆਂ ਉਹਨੇ ਕਿੰਨਾ ਹੀ ਚਿਰ ਝੂਟੇ ਲਏ ਸਨ, ਪਰ ਉਸ 'ਤੇ ਇਸ ਸਵਾਰੀ 'ਚ ਕਿੰਨਾ ਫਰਕ ਸੀ, ਸ਼ਾਇਦ ਜ਼ਿੰਦਗੀ ਅਤੇ ਮੌਤ ਜਿੰਨਾ। ਬਦੋ ਬਦੀ ਫਤਿਹ ਨੂੰ ਖੜਿਆਂ ਕਰਕੇ ਬਾਬਾ ਉਹਦੀ ਪਿੱਠ ਤੋਂ ਉਤਰ ਪਿਆ ਅਤੇ ਫਿਰ ਸਾਰੀ ਵਾਟ ਉਹ ਕਿਸੇ ਦੀ ਪਿੱਠ 'ਤੇ ਸਵਾਰ ਨਹੀਂ ਹੋਇਆ, ਭਾਵੇਂ ਕਿ ਸਭਨਾਂ ਵੱਲੋਂ ਕੋਸ਼ਿਸ਼ ਕੀਤੀ ਗਈ। ਨਸੀਬ ਦਾ ਮੋਢਾ ਫੜੇ ਉਹ ਠੁੱਡੇ ਠੇਡੇ ਖਾਂਦਾ ਖੋਲਦਾ ਢਹਿੰਦਾ ਤੁਰਿਆ ਹੀ ਗਿਆ। ਨਵੇਂ ਆਏ ਰਾਹੀਆਂ 'ਚ ਕਿਉਂਕਿ ਜਨਾਨੀਆਂ ਦੀ ਗਿਣਤੀ ਕਾਫੀ ਸੀ, ਜਿਸ ਕਰਕੇ ਘੜੀ ਮੁੜੀ ਉਹ ਪਿੱਛੇ ਰਹਿ ਜਾਂਦੀਆਂ ਅਤੇ ਮੁੜ ਮੁੜ ਉਹਨਾਂ ਦੇ ਸਾਥੀ ਕਦਮ ਪੁੱਟੋ ਹਿੰਮਤ ਕਰੋ ਕਹਿ ਕੇ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਕਾਫਲਿਆਂ ਦੇ ਕਈ ਆਦਮੀ ਜਨਾਨੀਆਂ ਇੱਕ ਦੂਜੇ ਨਾਲ ਆਪੋ ਆਪਣੇ ਦੁੱਖ ਸੁੱਖ ਫੋਲ ਰਹੇ ਸਨ। ਨਸੀਬ ਮੀ ਜਿਹਨੇ ਬਾਬੇ ਨੂੰ ਮੋਢੇ ਦਾ ਸਹਾਰਾ ਦਿੱਤਾ ਹੋਇਆ ਸੀ, ਇੱਕ ਸੱਜ ਵਿਆਹੀ ਕੁੜੀ ਨਾਲ ਗੱਲਾਂ ਕਰਦੀ ਜਾ ਰਹੀ ਸੀ। ਕੁੜੀ ਨੇ ਉਹਨੂੰ ਦੱਸਿਆ, ਮੇਰੇ ਮਾਮੇ ਦੇ ਪੁੱਤਰ ਦਾ ਵਿਆਹ ਸੀ, ਅਸੀਂ ਸਾਰੇ 8 ਜਨਾਨੀਆਂ ਅਤੇ 5 ਮਰਦ ਨਾਲ 4-5 ਬੱਚੇ ਕਮੜਿਆਲਾ ਤੋਂ ਇੱਥੇ ਸਿਹਾਲੀ ਮੇਲ ਆਏ ਹੋਏ ਸਾਂ। ਕੱਲ੍ਹ ਮੁੰਡਾ ਮਾਈਏ ਪਿਆ, ਜੰਜ ਅਜੇ ਪਰਸੋਂ ਚੜ੍ਹਨੀ ਸੀ ਕਿ ਬੀਤੀ ਰਾਤੀ ਪਿੰਡ ਨੂੰ ਮੁਸਲਮਾਨ ਲੁਟੇਰਿਆਂ ਨੇ ਆ ਘੇਰਿਆ।
ਸਾਡੇ ਨਾਨਕਿਆਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ, ਘਰ ਬਾਰ ਲੁੱਟ ਕੇ ਮਕਾਨਾਂ ਨੂੰ ਅੱਗ ਲਾ ਦਿੱਤੀ ਗਈ। ਅਸੀਂ ਵੀ ਕਿੱਥੇ ਬਚਣਾ ਸੀ, ਭਲਾ ਹੋਇਆ ਨਾ ਪਿੰਡ ਦੇ ਮੁਸਲਮਾਨਾਂ ਦਾ, ਜਿਨ੍ਹਾਂ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਸਾਨੂੰ ਮੌਤ ਦੇ ਮੂੰਹੋਂ ਬਚਾਇਆ। ਗੱਲਾਂ ਹੀ ਗੱਲਾਂ 'ਚ ਕੁੜੀ ਨਸੀਮ ਨੂੰ ਦੱਸ ਰਹੀ ਸੀ, ਵੱਡਾ ਫਿਕਰ ਸਾਨੂੰ ਗਹਿਣੇ ਦਾ ਏ। ਤੂੰ ਜਾਣਨੀ ਹੈ ਭੈਣ, ਸਾਡੇ ਖਤਰਮੇ ਲੋਕਾਂ 'ਚ ਵਿਆਹਾਂ ਸ਼ਾਦੀਆਂ 'ਤੇ ਗਹਿਣੇ ਦਾ ਵਿਖਾਲਾ ਬੜਾ ਹੁੰਦਾ ਹੈ। ਜਿਨ੍ਹਾਂ ਕੋਲ ਆਪਣਾ ਘੱਟ ਹੋਵੇ ਉਹ ਬਗਾਨਾ ਵੀ ਮੰਗ ਕੇ ਪਾ ਆਉਂਦੀਆਂ ਨੇ। ਇਸ ਵੇਲੇ ਅਸਾਂ ਸਾਰੀਆਂ ਦੇ ਹੱਥੀਂ ਕੰਨੀ ਘੱਟੋ ਘੱਟ ਵੀ ਹੋਏਗਾ ਅਤੇ 300-400 ਤੋਲੇ ਸੋਨਾ ਜ਼ਰੂਰ ਹੋਏਗਾ। ਇਸੇ ਤਰ੍ਹਾਂ ਹੋਰ ਵੀ ਕਈ ਦੋ ਦੋ ਤਿੰਨ ਤਿੰਨ ਬੰਦੇ ਆਪੋ ਵਿੱਚ ਖਿਆਲਾਂ ਦਾ ਵਟਾਂਦਰਾ ਕਰੀ ਜਾ ਰਹੇ ਸਨ। ਸਭਨਾਂ ਦਾ ਮਜ਼ਮੂਨ ਇੱਕੋ ਹੀ ਸੀ, ਲੁਟੇਰਿਆਂ ਵੱਲੋਂ ਹੋ ਚੁੱਕੇ ਹਮਲਿਆਂ ਦੀ ਦਰਦਨਾਕ ਵਾਰਤਾ। ਉਹਨਾਂ ਦੇ ਹੱਥੋਂ ਕੋਏ ਗਏ, ਲੁੱਟੇ ਗਏ, ਸਾੜੇ ਗਏ, ਅਗਵਾ ਕੀਤੇ ਗਏ ਬਦਨਸੀਬਾਂ ਦੇ ਲੰਮੇ ਲੰਮੇ ਜ਼ਿਕਰ ਅਤੇ ਜਾਂ ਫਿਰ ਭਵਿੱਖ ਬਾਰੇ ਕੁਝ ਜਵਾਬ ਸਵਾਲ ਕਿ ਉਹਨਾਂ ਨੂੰ ਕਿੱਥੇ ਜਾਣਾ ਹੋਏਗਾ, ਕਿਹੜੇ ਢੰਗ ਨਾਲ ਆਪਣੇ ਬਚੇ ਖੁੱਚੇ ਜੀਆਂ ਅਤੇ ਪੈਸਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ। ਮੁਹਾਫਜ਼ਾਂ ਦੇ ਦੋਵੇਂ ਟੋਲੇ ਆਪੋ 'ਚ ਰਲ ਮਿਲ ਗਏ ਸਨ, ਜਿਸ ਕਰਕੇ ਵਤਨ ਛੋੜਾਂ ਦੇ ਦੁਆਲੇ ਉਹਨਾਂ ਦਾ ਘੇਰਾ ਕਾਫ਼ੀ ਚੌੜਾ ਅਤੇ ਸੰਘਣਾ ਹੋ ਗਿਆ ਸੀ। ਸੜਕ ਹੁਣ ਸਿੱਧੀ ਦੇ ਥਾਂ ਵਿਲ ਵਾਂਗ ਪਾ ਕੇ ਪਹਾੜੀ ਖੁੰਦਰਾਂ ਅਤੇ ਚਟਾਨਾਂ ਦੇ ਨਾਲ ਉੱਚਾਈਆਂ ਨਿਵਾਣਾਂ ਵਿੱਚੋਂ ਲੰਘ ਰਹੀ ਸੀ। ਪਰਾਂ ਕੋਈ ਮੀਲ ਸਵਾ ਮੀਲ ਦੀ ਦੂਰੀ 'ਤੇ ਕਾਫ਼ੀ ਪਹਾੜੀ ਦਿਖਾਈ ਦੇ ਰਹੀ ਸੀ, ਜਿਹੜੀ ਜਿਉਂ ਜਿਉਂ ਨੇੜੇ ਆਈ ਜਾਂਦੀ ਉਸ ਉੱਤੇ ਉੱਗੇ ਹੋਏ ਕਰੀਰ ਅਤੇ ਫਲਾਈਆਂ ਦੇ ਦਰਖਤ ਕਿਸੇ ਕਿਸੇ ਵੇਲੇ ਬਿਜਲੀ ਚਮਕਣ ਨਾਲ ਦ੍ਰਿਸ਼ਟੀ ਗੋਚਰ ਹੋ ਜਾਂਦੇ ਸੀ। ਜਨਾਨੀਆਂ ਦੇ ਛੋਟੇ ਬਾਲ ਕਾਫ਼ੀ ਥੱਕ ਗਏ ਸਨ ਅਤੇ ਸਭਨਾਂ ਦੀ ਸਲਾਹ ਸੀ ਕਿ ਸਾਹਮਣੀ ਪਹਾੜੀ ਤੋਂ ਸੱਜੇ ਹੱਥ ਹੋ ਕੇ ਸਰਨਿਹਾਲੀ ਦੀ ਖੁੰਦਰ ਜਾਂ ਝੱਟ ਘੜੀ ਲਈ ਆਰਾਮ ਕਰ ਲਿਆ ਜਾਏ। ਇਹ ਖੁੰਦਰ ਕਈ ਫੁਰਲਾਂਗ ਲੰਮੀ ਚੌੜੀ ਸੀ, ਜਿਸ 'ਚ ਪਾਣੀ ਦੇ ਅਨੇਕਾਂ ਚਸ਼ਮੇ ਸਨ ਅਤੇ ਐਸੀਆਂ ਐਸੀਆਂ ਥਾਵਾਂ ਇਸ ਖੁੰਦਰ 'ਚ ਮੌਜੂਦ ਸਨ ਜਿੱਥੇ ਲੁਕੇ ਹੋਏ ਆਦਮੀ ਦਾ ਰਾਤੀ ਛੱਡ ਕੇ ਦਿਨ ਦੀਵੀ ਲੱਭਣਾ ਵੀ ਮੁਸ਼ਕਲ ਸੀ। ਪਹਾੜੀ ਜਦੋਂ ਅੱਧੇ ਮੀਲ ਨਾਲੋਂ ਵੀ ਥੋੜ੍ਹੀ ਵਾਟ 'ਤੇ ਰਹਿ ਗਈ ਤਾਂ ਕਣੀਆਂ ਦੀ ਕਿਣਮਣ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਵੇਖਦਿਆਂ ਹੀ ਵੇਖਦਿਆਂ ਅੱਛਾ ਖਾਸਾ ਮੀਂਹ ਵਰਨ ਲੱਗ ਪਿਆ, ਬੱਦਲ ਹੋਰ ਵੀ ਨੀਵੇਂ ਹੋ ਗਏ, ਜਿਸ ਕਰਕੇ ਹਨੇਰਾ ਹੋਰ ਸੰਘਣਾ ਹੋ ਗਿਆ, ਕਦਮਾਂ 'ਚ ਹੋਰ ਤੇਜ਼ੀ ਆ ਗਈ। ਜਿਸ ਮੁਸਾਫਰ 'ਚ ਟੁਰਨ ਦੀ ਸਮਰੱਥਾ ਨਹੀਂ ਸੀ ਉਹਨੇ ਦੌੜਨਾ ਸ਼ੁਰੂ ਕਰ ਦਿੱਤਾ, ਪਰ ਮੁਸੀਬਤ ਇਹ ਕਿ ਸਾਰੇ ਹੀ ਭਾਰ ਨਾਲ ਲੱਦੇ ਸਨ, ਜਿਸ ਕਰਕੇ ਦੌੜਨਾ ਸਭ ਲਈ ਮੁਸ਼ਕਲ ਹੋ ਰਿਹਾ ਸੀ। ਮਾੜਿਆਂ ਪਾਸੋਂ ਤਗੜਿਆਂ ਨੇ ਹੱਥੋਂ ਹੱਥ ਪੋਟਲੀਆਂ ਫੜ ਫੜਾ ਲਈਆਂ ਅਤੇ ਇਹ ਬੇਤਰਤੀਬੀ ਜੀ ਦੌੜ ਇਸੇ ਤਰ੍ਹਾਂ ਜਾਰੀ ਰਹੀ। ਥੋੜ੍ਹੀ ਵਾਟ 'ਤੇ ਜਾ ਕੇ ਮੀਂਹ ਦਾ ਜ਼ੋਰ ਕੁਝ ਮੱਠਾ ਪੈ ਗਿਆ, ਪਰ ਕੱਪੜੇ ਸਾਰਿਆਂ ਦੇ ਭਿੱਜ ਚੁੱਕੇ ਸਨ। ਸਰਦੀ ਨਾਲ ਸਭ ਦਾ ਦੰਦੋ ਡਿੱਕਾ ਵੱਜ ਰਿਹਾ ਸੀ, ਤੀਵੀਆਂ ਅਤੇ ਬਾਲਾਂ ਦਾ ਸਖ਼ਤ ਬੁਰਾ ਹਾਲ ਸੀ, ਬਾਬੇ ਦੀ ਹਾਲਤ ਵੀ ਚੰਗੀ ਨਹੀਂ ਸੀ। ਅਚਾਨਚਕ ਇਸ ਮੰਡਲੀ ਵਿੱਚੋਂ ਇੱਕ ਐਸੀ ਆਵਾਜ਼ ਸੁਣੇਗੇ ਜਿਸ ਨੇ ਸਾਰਿਆਂ ਨੂੰ ਡਰਾ ਦਿੱਤਾ। ਆਵਾਜ਼ ਸੀ, ਉਹ ਵੇਖੋਗਾ ਸਾਹਮਣੇ ਪਹਾੜ ਦੀ ਕੰਢੀ ਕੌਣ ਤੁਰੇ ਜਾ ਰਹੇ ਨੇ। ਸਾਰਿਆਂ ਦੀਆਂ ਅੱਖਾਂ ਪਹਾੜੀ ਦੇ ਉਸ ਹਿੱਸੇ 'ਤੇ ਗੱਡੀਆਂ ਗਈਆਂ ਜਿੱਧਰ ਇਸ਼ਾਰਾ ਕੀਤਾ ਗਿਆ ਸੀ। ਕਾਲੇ ਘੁਸਮੁਸੇ ਵਿੱਚ ਕਾਲੀ ਪਹਾੜੀ ਉੱਤੇ ਕੁਝ ਵੀ ਸਪਸ਼ਟ ਦਿਖਾਈ ਨਹੀਂ ਸੀ ਦਿੰਦਾ, ਜਿਸ ਕਰਕੇ ਸਾਰੇ ਬੜੀ ਬੇਤਾਬੀ ਨਾਲ ਬਿਜਲੀ ਚਮਕਣ ਦੀ ਉਡੀਕ ਵਿੱਚ ਸਨ। ਬਿਜਲੀ ਦਾ ਜਦ ਚਮਕਾਰਾ ਵੱਜਾ ਤਾਂ ਸਭਨਾਂ ਦੀ ਨਜ਼ਰ ਉਸ ਪਹਾੜੀ ਦੀ ਵੱਖੀ 'ਤੇ ਗੱਡੀ ਹੋਈ ਸੀ, ਜਿੱਥੇ ਧੁੰਦਲੀ ਜਿਹੀ ਇੱਕ ਵਿੰਗ ਤੜਿੰਗੀ ਲੀਕ ਦਿਖਾਈ ਦੇ ਰਹੀ ਸੀ, ਕੁਝ ਹਿਲਦੀ ਹੋਈ ਸੱਪ ਵਾਂਗ, ਕੁਝ ਰਿੰਗਦੀ ਹੋਈ। ਇੱਕ ਹੋਰ ਆਵਾਜ਼ ਆਈ, ਲੁਟੇਰਿਆਂ ਦੀ ਬੜੀ ਭਾਰੀ ਵਾਹਰ। ਸੁਣ ਕੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਨਾਲ ਦੇ ਰਾਖੇ ਭਾਵੇਂ ਬਥੇਰੀਆਂ ਦਿਲ ਬਰੀਆਂ ਦੇ ਰਹੇ ਸਨ, ਪਰ ਬੇਅਰਥ, ਸਭ ਦੇ ਹੌਸਲੇ ਡਿੱਗਦੇ ਜਾਂਦੇ ਸਨ। ਇੱਥੋਂ ਤੱਕ ਕਿ ਰਾਖਿਆਂ ਵਿੱਚੋਂ ਵੀ ਬਹੁਤ ਸਾਰੇ ਦਿਲ ਛੱਡ ਖੜੋਤੇ। ਇਸ 'ਚ ਸ਼ੱਕ ਨਹੀਂ ਕਿ ਦੋਵਾਂ ਪਿੰਡਾਂ ਦੀਆਂ ਦੋਵੇਂ ਰਖਵਾਲੀਆਂ ਪਾਰਟੀਆਂ ਤਨੋ ਮਨੋ ਆਪਣੇ ਹਮਸਾਇਆਂ ਨੂੰ ਖਤਰਿਆਂ 'ਚੋਂ ਕੱਢਣ ਦਾ ਇਰਾਦਾ ਕਰਕੇ ਹੀ ਘਰੋਂ ਨਿਕਲੀਆਂ ਸਨ, ਪਰ ਦੂਸਰੇ ਦੀ ਜਾਨ ਬਚਾਉਣ ਖਾਤਰ ਆਪਣੀ ਜਾਨ ਨਿਛਾਵਰ ਕਰਨ ਦਾ ਹੌਸਲਾ ਕਿਸੇ ਕਿਸੇ ਵਿਰਲੇ ਮਾਂ ਦੇ ਲਾਲਚ ਹੁੰਦਾ। ਫਿਰ ਉਹ ਲੋਕ ਇਸ ਗੱਲੋਂ ਵੀ ਤਾਂ ਬੇਖਬਰ ਨਹੀਂ ਸਨ ਕਿ ਲੁਟੇਰੇ ਇੰਨੇ ਹਿੰਦੂਆਂ ਸਿੱਖਾਂ ਦੇ ਵੈਰੀ ਨਹੀਂ ਜਿੰਨੇ ਕਿ ਉਹਨਾਂ ਨੂੰ ਬਚਾਉਣ ਵਾਲਿਆਂ ਦੇ, ਖਾਸ ਕਰਕੇ ਇਸ ਵੇਲੇ ਉਹਨਾਂ ਸੋਨੇ ਨਾਲ ਲੱਦੀਆਂ ਹੋਈਆਂ ਸਿਹਾਲ ਪਿੰਡ ਵਾਲੀਆਂ ਤੀਵੀਆਂ ਦੀ ਬਹੁਤ ਹੀ ਬੁਰੀ ਹਾਲਤ ਸੀ, ਜਿਨ੍ਹਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਜੇ ਸਾਰੇ ਆਦਮੀ ਦਬਕੇ ਮਾਰ ਮਾਰ ਕੇ ਉਹਨਾਂ ਨੂੰ ਰੋਕ ਦੇਣਾ ਤੇ ਸ਼ਾਇਦ ਇੱਥੇ ਹੀ ਕੁਰਲਾਟ ਮੱਚ ਜਾਂਦਾ। ਇੱਕ ਹੋਰ ਚਮਕਾਰਾ ਵੱਜਾ ਤੇ ਉਹਦੇ ਚਾਨਣ 'ਚ ਸਪਸ਼ਟ ਦਿਸ ਪਿਆ ਕਿ ਪਹਾੜੀ ਉੱਤੋਂ ਲੰਘ ਰਹੀ ਹੈ ਮਨੁੱਖਾਂ ਦੀ ਲੰਮੀ ਕਤਾਰ, ਛੁੱਟ ਲਟੇਰਿਆਂ ਤੋਂ ਹੋਰ ਕੁਝ ਨਹੀਂ। ਸਭਨਾਂ ਦੇ ਮੋਢਿਆਂ ਉੱਤੇ ਡਾਂਗਾਂ, ਬਰਛੀਆਂ, ਕੁਹਾੜੀਆਂ ਸਨ, ਕਿਸੇ ਕਿਸੇ ਕੋਲ ਬੰਦੂਕ ਦਾ ਵੀ ਝੋਲਾ ਪੈਂਦਾ ਸੀ। ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਬਿਜਲੀ ਦੇ ਚਮਕਾਰੇ 'ਚ ਲੁਟੇਰਿਆਂ ਨੇ ਵੀ ਉਹਨਾਂ ਨੂੰ ਜ਼ਰੂਰ ਤੱਕ ਲਿਆ ਹੋਏਗਾ। ਹੁਣ ਜੇ ਬਚਾਅ ਦੀ ਕੋਈ ਸੂਰਤ ਸੀ ਤਾਂ ਇਹੋ ਸੀ ਕਿ ਜਿਸ ਤਰ੍ਹਾਂ ਵੀ ਹੋ ਸਕੇ
ਸਰ ਨਿਹਾਲੀ ਦੀ ਖੁੰਦਰ ਤੀ ਪਹੁੰਚਿਆ ਜਾਵੇ। ਭਾਵੇਂ ਬਹੁਤਿਆਂ ਨੂੰ ਇਹ ਜੁਗਤ ਵੀ ਨਿਰਾ ਮਰਦਿਆਂ ਦਾ ਤਰਲਾਈ ਮਾਲੂਮ ਹੁੰਦੀ ਸੀ। ਉਹ ਜਾਣਦੇ ਸਨ ਕਿ ਲੁਟੇਰਿਆਂ ਨੇ ਜੇ ਉਹਨਾਂ ਨੂੰ ਵੇਖ ਲਿਆ ਤਾਂ ਹੁਣ ਪਿੱਛਾ ਕੀਤੇ ਬਗੈਰ ਉਹਨਾਂ ਟਲਣਾ ਨਹੀਂ। ਫਿਰ ਵੀ ਸਾਰਿਆਂ ਨੇ ਖੁੰਦਰ ਵੱਲ ਭੱਜਣਾ ਸ਼ੁਰੂ ਕੀਤਾ। ਇਹੋ ਸੀ ਉਹਨਾਂ ਡੁੱਬਦਿਆਂ ਲਈ ਤਿਨਕੇ ਦਾ ਸਹਾਰਾ। ਹਫਦੇ ਕਰਕਦੇ ਅਖੀਰ ਕਿਸੇ ਤਰ੍ਹਾਂ ਇਹ ਸਾਰੇ ਖੁੰਦਰ ਤੀਕ ਜਾਈ ਪਹੁੰਚੇ। ਨਸੀਮ ਨੇ ਹੋਰ ਸਭ ਗੱਲਾਂ ਦਾ ਖਿਆਲ ਛੱਡ ਕੇ ਪਹਿਲਾ ਕੰਮ ਇਹ ਕੀਤਾ ਕਿ ਉਹ ਦੋ ਗੰਢੜੀਆਂ ਜਿਹੜੀਆਂ ਇਸ ਵੇਲੇ ਅਜੀਜ਼ ਨੇ ਚੁੱਕੀਆਂ ਹੋਈਆਂ ਸਨ, ਅਜੀਜ਼ ਪਾਸੋਂ ਲੈ ਕੇ ਸਿਰ 'ਤੇ ਚੁੱਕ ਲਈਆਂ ਅਤੇ ਬਾਬੇ ਦੀ ਬਾਂਹ ਫੜ ਕੇ ਉਹਨੂੰ ਖਿੱਚਦੀ ਖਿਚਾਉਂਦੀ ਸਭ ਤੋਂ ਪਹਿਲਾਂ ਖੁੰਦਰ 'ਚ ਜਾ ਦਾਖਲ ਹੋਈ। ਇਹ ਜਲਦਬਾਜ਼ੀ ਸ਼ਾਇਦ ਇਸ ਕਰਕੇ ਕਰਨੀ ਪਈ ਕਿ ਲੰਮੇ ਸਫ਼ਰ ਤੋਂ ਬਾਅਦ ਬਾਬੇ ਦੀ ਤਬੀਅਤ ਸਖ਼ਤ ਘਬਰਾਈ ਹੋਈ ਅਤੇ ਪਿੰਡਾ ਵੀ ਕੁਝ ਗਰਮ ਜਾਪਦਾ ਸੀ। ਉਹਨੂੰ ਫਿਕਰ ਪੈ ਗਿਆ ਕਿ ਮਤੇ ਰਸਤੇ 'ਚ ਹੀ ਬਾਬਾ ਬਿਮਾਰ ਹੋ ਜਾਏ। ਠੁੱਡੇ ਅੱਡੀ ਖੋੜੇ ਖਾਂਦਾ ਹੋਇਆ ਕੰਬਦੀਆਂ ਅਤੇ ਡੋਲਦੀਆਂ ਲੱਤਾਂ ਨਾਲ ਬਾਬਾ ਉਹਦੇ ਨਾਲ ਤੁਰਿਆ ਜਾ ਰਿਹਾ ਸੀ ਬਿਨਾਂ ਕੁਝ ਦਿਖਾਈ ਦਿੱਤਿਆਂ ਹੀ। ਅਤੇ ਇਸੇ ਹਾਲਤ 'ਚ ਉਹਨੇ ਧੋਤੀ ਦੀ ਡੱਬ 'ਚੋਂ ਪੁਰਾਣੇ ਜਿਹੇ ਮਿਆਨ ਵਾਲੀ ਕਟਾਰ ਕੱਢ ਕੇ ਨਸੀਮ ਨੂੰ ਫੜਾਉਂਦਿਆਂ ਕਿਹਾ, ਲੈ ਪੁੱਤਰ ਇਹਨੂੰ ਸਾਂਭ ਰੱਖ, ਇੱਜ਼ਤ ਉੱਤੇ ਆ ਬਣੇ ਤਾਂ ਇਹਦੀ ਮਦਦ ਨਾਲ ਬਚਾਈ, ਭਾਵੇਂ ਦੁਸ਼ਮਣ ਨੂੰ ਮਾਰਨਾ ਪਵੇ ਭਾਵੇਂ ਆਪਣੇ ਆਪ ਨੂੰ, ਪਰ ਜਿਉਂਦੀ ਕਿਸੇ ਦੇ ਕਾਬੂ ਨਾ ਆਈ। ਨਸੀਮ ਨੇ ਕਟਾਰ ਲੈ ਲਈ, ਤੇਜ਼ੀ ਨਾਲ ਉਹਨੂੰ ਆਪਣੇ ਮਗਰ ਖਿੱਚਦੀ ਨਸੀਮ ਇੱਕ ਵਿੰਗ ਵਲਾਵੇਂ ਖਾਣ ਤੋਂ ਬਾਅਦ ਖੁੰਦਰ ਦੀ ਕੈਸੀ ਨੁੱਕਰ 'ਚ ਜਾ ਪਹੁੰਚੀ ਜਿੱਥੇ ਉਹਦੇ ਪੈਰਾਂ ਨੇ ਕੁਲੇ ਕੁਲੇ ਘਾਹ ਦਾ ਅਨੁਭਵ ਕੀਤਾ ਅਤੇ ਲਾਗੇ ਹੀ ਕਿਸੇ ਚਸ਼ਮੇ ਦਾ ਪਾਣੀ ਵਗਣ ਦੀ ਆਵਾਜ਼ ਵੀ ਉਹਨੂੰ ਸੁਣਾਈ ਦੇ ਰਹੀ ਸੀ। ਬਾਬੇ ਦੇ ਆਰਾਮ ਲਈ ਨਸੀਮ ਨੇ ਉਸੇ ਥਾਂ ਨੂੰ ਪਸੰਦ ਕੀਤਾ ਅਤੇ ਹੱਥਾਂ ਪੈਰਾਂ ਨਾਲ ਢੋ ਢੋ ਕੇ ਇੱਕ ਪ੍ਰਸਿੱਧੀ ਜਿਹੀ ਨੁੱਕਰ 'ਚ ਉਹਨੇ ਸਿਰ ਤੋਂ ਦੋਵੇਂ ਗੰਢੜੀਆਂ ਹੇਠਾਂ ਸੁੱਟ ਦਿੱਤੀਆਂ। ਫਿਰ ਇਹਨਾਂ ਨੂੰ ਖੋਲ੍ਹ ਕੇ ਅਤੇ ਬਿਨਾਂ ਇਸ ਗੱਲ ਦਾ ਖਿਆਲ ਕੀਤਿਆਂ ਕਿ ਕਿਹੜੇ ਕੱਪੜੇ ਵਧੀਆ ਅਤੇ ਕਿਹੜੇ ਘਟੀਆਂ ਹਨ, ਉਹਨੇ ਕੱਢ ਕੇ ਵਿਛਾਈ ਵਾਂਗ ਭੁੰਜੇ ਖਿਲਾਰ ਦਿੱਤੇ। ਬਾਬੇ ਨੂੰ ਸਹਿਜ ਨਾਲ ਉਹਨੇ ਇਸ ਬਿਸਤਰੇ 'ਤੇ ਲਟਾ ਦਿੱਤਾ ਅਤੇ ਇਸੇ ਅਸਬਾਬ 'ਚੋਂ ਨਿਕਲੀ ਹੋਈ ਇੱਕ ਦੂਰੀ ਲੋਈ ਖੋਲ੍ਹ ਕੇ ਉਹਦੇ ਉੱਤੇ ਲਪੇਟ ਦਿੱਤੀ। ਬਾਬੇ ਦੇ ਕੱਪੜੇ ਮੀਂਹ ਨਾਲ ਭਿੱਜ ਚੁੱਕੇ ਸਨ, ਪਰ ਨਸੀਮ ਨੇ ਇਹਨਾਂ ਦੇ ਬਦਲਣ ਆਦਿ ਦੀ ਵਿਹਲ ਨਹੀਂ ਸੀ। ਠੰਡ ਨਾਲ ਬਾਬੇ ਦਾ ਦੰਦੋ ਡਿੱਕਾ ਵੱਜ ਰਿਹਾ ਸੀ ਅਤੇ ਉਹਦੇ ਹੱਥਾਂ ਦੀਆਂ ਉਂਗਲਾਂ ਆਕੜੀਆਂ ਹੋਈਆਂ ਸਨ। ਨਸੀਮ ਨੇ ਬਿਨਾਂ ਇਹ ਵਿਚਾਰ ਕੀਤਿਆਂ ਕਿ ਉਹਦੇ ਬਾਕੀ ਸਾਥੀ ਕਿੱਥੇ ਅਤੇ ਕੀ ਕਰ ਰਹੇ ਹੋਣਗੇ, ਬਾਬੇ ਦੇ ਹੱਥਾਂ ਪੈਰਾਂ ਅਤੇ ਲੱਤਾਂ ਬਾਹਾਂ ਨੂੰ ਦਬਾ ਦਬ ਘੁੱਟਣਾ ਸ਼ੁਰੂ ਕਰ ਦਿੱਤਾ। ਉਹਦੇ ਆਪਣੇ ਹੱਥ ਵੀ ਕਾਫ਼ੀ ਠੰਡੇ ਸਨ, ਜਿਨ੍ਹਾਂ ਨੂੰ ਮੂੰਹ ਦੀ ਹਵਾੜ ਨਾਲ ਹੀ ਬਗਲਾਂ 'ਚ ਦਬਾ ਦਬਾ ਕੇ ਨਿੱਘੇ ਕਰਦੀ ਹੋਈ ਕਿੰਨਾ ਹੀ ਚਿਰ ਇਸ ਕੰਮ 'ਚ ਲੱਗੀ ਰਹੀ। ਇਸ ਸਾਰੇ ਵਕਤ 'ਚ ਉਹਨੂੰ ਕਈ ਵਾਰੀ ਖਿਆਲ ਆਇਆ ਕਿ ਇੱਕ ਵਾਰੀ ਬਾਹਰ ਜਾ ਕੇ ਆਪਣੇ ਸਾਥੀਆਂ ਦੀ ਖਬਰ ਸੁਰਤ ਲਵੇ, ਪਰ ਉਹ ਨਹੀਂ ਜਾ ਸਕੀ, ਜਾਣਾ ਚਾਹੁੰਦੀ ਹੋਈ ਵੀ। ਯਕੀਨੀ ਗੱਲ ਸੀ ਕਿ ਇਸ ਵੇਲੇ ਜੇ ਨਸੀਮ ਝੱਟ ਪੱਟੀਏ ਤਰੀਕੇ ਨਾ ਵਰਤਦੀ ਤਾਂ ਬਾਬੇ ਨੇ ਬੇਹੋਸ਼ ਹੋ ਜਾਣਾ ਸੀ। ਜਿਉਂ ਹੀ ਬਾਬੇ ਨੇ ਕੁਝ ਚਿਰ ਤੋਂ ਰੁਕਿਆ ਹੋਇਆ ਰੱਖੇ ਰੱਖਣ ਹਾਰ ਪਾਠ ਉਚਾਰਨ ਸ਼ੁਰੂ ਕੀਤਾ, ਨਸੀਮ ਦੀ ਜਾਨ 'ਚ ਜਾਨ ਆਈ, ਭਾਵੇਂ ਕਿ ਉਹ ਉਚਾਰਨ ਬਹੁਤ ਹੀ ਕਮਜ਼ੋਰ ਅਤੇ ਅੱਤ ਨੀਵਾਂ ਸੀ। ਸਾਰਾ ਤਾਣ ਲਾ ਕੇ ਨਸੀਮ ਬਾਬੇ ਨੂੰ ਗਰਮਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ ਅਤੇ ਜਿਉਂ ਹੀ ਬਾਹਰੋਂ ਹੱਲਾ ਗੁੱਲਾ ਮੱਚਣ ਦੀ ਉੱਚੀ ਉੱਚੀ ਆਵਾਜ਼ ਆਈ ਕਿ ਬਾਬੇ ਨੂੰ ਉਸੇ ਹਾਲਤ ਛੱਡ ਕੇ ਉਹ ਬਾਹਰ ਵੱਲ ਉੱਠ ਭੱਜੀ। ਅੰਗ ਵੀਵਾਂ ਆਪਣੀ ਥਾਂ ਤੋਂ ਉੱਠ ਕੇ ਨਸੀਮ ਉਸ ਪਾਸੇ ਮੁੜੀ ਜਿੱਧਰੋਂ ਆਵਾਜ਼ਾਂ ਆ ਰਹੀਆਂ ਸਨ। ਹਨੇਰੇ 'ਚੋਂ ਬੜੀ ਮੁਸ਼ਕਲ ਨਾਲ ਟਟੋਲ ਟਟੋਲ ਕੇ ਤੁਰੀ ਜਾ ਰਹੀ ਸੀ, ਕੇਵਲ ਆਵਾਜ਼ ਦੀ ਸੇਧ ਵੱਲ। ਉਹਨਾਂ ਨੂੰ ਜਨਾਨੀਆਂ ਅਤੇ ਬੱਚਿਆਂ ਦਾ ਚੀਕ ਚਿਹਾੜਾ ਸਾਫ਼ ਸੁਣਾਈ ਦੇ ਰਿਹਾ ਸੀ ਅਤੇ ਲੁਟੇਰਿਆਂ ਦੀਆਂ ਕੜਕਦੀਆਂ ਹੋਈਆਂ ਗਾਲਾਂ ਵੀ। ਉਹਦੇ ਕਦਮ ਰੁਕ ਗਏ, ਖਤਰੇ ਦੀ ਸੰਭਾਵਨਾ ਨੇ ਉਹਦਾ ਦਿਲ ਡਾਵਾਂਡੋਲ ਕਰ ਦਿੱਤਾ, ਪਰ ਝੱਟ ਹੀ ਉਹਨੂੰ ਬਾਬੇ ਦੀ ਦਿੱਤੀ ਉਸ ਕਟਾਰ ਦਾ ਚੇਤਾ ਆ ਗਿਆ। ਉਹਨੂੰ ਡੱਬ 'ਚੋਂ ਕੱਢ ਕੇ ਨਸੀਮ ਨੇ ਹੱਥ 'ਚ ਫੜ ਲਿਆ ਅਤੇ ਫਿਰ ਅਗਾਂਹ ਵਧਣਾ ਸ਼ੁਰੂ ਕੀਤਾ। ਬਾਬੇ ਨੂੰ ਇਸ ਹਾਲਤ 'ਚ ਇਕੱਲਿਆਂ ਛੱਡ ਆਉਣ ਦੀ ਮੂਰਖਤਾ ਉੱਤੇ ਨਸੀਮ ਇਸ ਵੇਲੇ ਪਛਤਾ ਰਹੀ ਸੀ। ਉਹਦੇ ਕਦਮ ਇੱਕ ਵਾਰੀ ਫਿਰ ਰੁਕੇ ਅਤੇ ਪਿੱਛਾ ਮੁੜ ਜਾਣ ਲਈ ਉਹ ਪਰਤੀ ਵੀ, ਪਰ ਜਿਉਂ ਹੀ ਹਾਏ ਮਾਰੇ ਗਏ ਮਾਰ ਦਿਓ ਫੜ ਲਓ ਦੀਆਂ ਕੁਝ ਸਪਸ਼ਟ ਆਵਾਜ਼ਾਂ ਉਹਨੂੰ ਸੁਣਾਈ ਦਿੱਤੀਆਂ ਕਿ ਫਿਰ ਉਸੇ ਪਾਸੇ ਤੁਰ ਪਈ। ਬੌਂਦਲੀ ਜਿਹੀ ਹਾਲਤ 'ਚੋਂ ਬਿਨਾਂ ਇਸ ਖਤਰੇ ਦੀ ਪਰਵਾਹ ਤੋਂ ਕਿ ਕੋਈ ਹਮਲਾਵਰ ਉਸ ਉੱਤੇ ਵੀ ਵਾਰ ਕਰ ਸਕਦਾ, ਬਰਾਬਰ ਇਹ ਚਿੱਲਾਉਂਦੀ ਹੋਈ ਗਾਂਹ ਵਧੀ ਜਾ ਰਹੀ ਸੀ, ਵੇ ਅਜੀਜ਼ ਨੀ ਭਾਬੀ ਰੁਕਮਣੇ ਭਾਜੀ ਭਾਜੀ, ਪਰ ਬੇਅਰਥ। ਨਸੀਮ ਇਸ ਵੇਲੇ ਪੁਕਾਰ ਰਹੀ ਸੀ ਅਤੇ ਪੱਥਰਾਂ ਨਾਲ ਠੋਕਰਾਂ ਖਾਂਦੀ ਨੱਸੀ ਜਾ ਰਹੀ ਸੀ। ਉਹਦੀ ਘਬਰਾ ਟੋੜਕ 'ਤੇ ਪਹੁੰਚੀ ਹੋਈ ਸੀ। ਇੱਕ ਪਾਸੇ ਬਾਬੇ ਨੂੰ ਛੱਡ ਆਉਣ ਦੀ ਚਿੰਤਾ, ਦੂਜੇ ਪਾਸੇ ਬਾਕੀ ਸਾਥੀਆਂ ਦਾ ਫਿਕਰ। ਇਸ ਹਨੇਰੀ ਗੁਫਾ 'ਚ ਨੱਠਦਿਆਂ ਨੱਠਦਿਆਂ ਕੁੜੀ ਦੀ ਹੋਸ਼ ਜਵਾਬ ਦੇਣ ਲੱਗੀ, ਮਾਨੋ ਹੁਣੇ ਇੱਥੇ ਕਿਤੇ ਚੁਫਾਲ ਡਿੱਗ ਕੇ ਉਹ ਸਦਾ ਲਈ ਖਤਮ ਹੋ ਜਾਏਗੀ। ਇੱਛਰ ਨੂੰ ਉਹਨੇ ਤੱਕਿਆ, ਪਰੋਂ ਕਾਫ਼ੀ ਦੂਰੋਂ ਦੋ ਮਸ਼ਾਲਾਂ ਇਸੇ ਪਾਸੇ ਦੌੜੀਆਂ ਆ ਰਹੀਆਂ ਸਨ, ਜਿਨ੍ਹਾਂ ਦਾ ਚਾਨਣ ਜਿੱਥੋਂ ਜਿੱਥੋਂ ਲੰਘਦਾ ਨਸੀਮ ਦੀਆਂ ਅੱਖ ਪੁਤਲੀਆਂ
ਉਹਨਾਂ ਦੇ ਨਾਲ ਨਾਲ ਹੀ ਫਿਰਦੀਆਂ ਜਾ ਚਲੀਆਂ ਗਈਆਂ, ਜਿਨ੍ਹਾਂ ਦੇ ਨਾਲ ਕਈ ਉੱਚੇ ਲੰਮੇ ਖੂੰਖਾਰ ਸ਼ਕਲਾਂ ਵਾਲੇ ਆਦਮੀ ਨੇਜ਼ਿਆਂ, ਤਲਵਾਰਾਂ, ਕੁਹਾੜੀਆਂ ਅਤੇ ਡਾਂਗਾਂ ਦੀ ਵਰਤੋਂ ਨਾਲ ਜਿਹੜਾ ਵੀ ਉਹਨਾਂ ਦੇ ਅੱਗੇ ਆਉਂਦਾ ਸੱਥਰ ਲਾਈ ਜਾ ਰਹੇ ਸਨ। ਨਸੀਮ ਨੇ ਵੇਖਿਆ ਪਰਾਂ ਕੁਝ ਹਟਵੇਂ ਥਾਂ 'ਤੇ ਇੱਕ ਬੁੱਢੀ ਜਿਹੀ ਜਨਾਨੀ ਆਪਣੇ ਤਿੰਨਾਂ ਨਿਆਣਿਆਂ ਨੂੰ ਆਪਣੇ ਸਰੀਰ ਹੇਠ ਦਬਾਈ ਬੈਠੀ ਸੀ ਅਤੇ ਕੋਲ ਇੱਕ ਮੁਟਿਆਰ ਬੈਠੀ ਚੀਕ ਝੇੜਾ ਪਾਈ ਜਾਂਦੀ ਸੀ, ਜਿਨ੍ਹਾਂ ਪਾਸ ਪਹੁੰਚਦਿਆਂ ਹੀ ਜ਼ਾਲਮਾਂ ਦੇ ਹਥਿਆਰ ਮਸ਼ਾਲਾਂ ਦੇ ਚਾਨਣ 'ਚ ਚਮਕ ਉੱਠੇ ਅਤੇ ਨਸੀਮ ਦੇ ਵੇਖਦਿਆਂ ਹੀ ਵੇਖਦਿਆਂ ਬੁੱਢੀ ਅਤੇ ਉਹਦੇ ਸਰੀਰ ਹੇਠ ਲੁਕੇ ਤਿੰਨੇ ਬੱਚੇ ਲੋਥਾਂ ਦਾ ਢੇਰ ਬਣ ਗਏ। ਫਿਰ ਉਹ ਰੋ ਰਹੀ ਮੁਟਿਆਰ ਦੋ ਬਲਵਾਨ ਬਾਹਾਂ ਦੀ ਪਕੜ ਚਾ ਕੇ ਅੱਖ ਦੇ ਫੋਰ 'ਚ ਛਾਈ ਮਾਈ ਹੋ ਗਈ। ਨਸੀਮ ਨੇ ਇੱਕ ਉੱਚੀ ਅਤੇ ਨੁੱਕਰਦਾਰ ਜਿਹੀ ਚਟਾਨ ਦੇ ਓਹਲੇ ਆਪਣੇ ਆਪ ਨੂੰ ਉਸੇ ਤਰ੍ਹਾਂ ਲੁਕਾ ਲਿਆ ਜਿੱਥੇ ਕਿਸੇ ਲੰਘਦੇ ਦੀ ਨਜ਼ਰ ਉਸ ਉੱਤੇ ਨਾ ਪੈ ਸਕੇ। ਉੱਥੇ ਖੜਿਆਂ ਖੜਿਆਂ ਉਹਨੇ ਹੋਰ ਬਹੁਤ ਕੁਝ ਵੇਖਿਆ। ਮਸ਼ਾਲਾਂ ਦੇ ਚਾਨਣ 'ਚ ਵਾਰੋ ਵਾਰੀ ਥਾਂ ਥਾਂ ਤੋਂ ਕੁਝ ਚੀਕਾਂ ਦੀ ਕਿਲਕਾਰੀ ਉੱਠਦੀ ਅਤੇ ਝੱਟ ਹੀ ਸ਼ਾਂਤ ਹੋ ਜਾਂਦੀ। ਕਈ ਜਵਾਨ ਕੁੜੀਆਂ ਨੂੰ ਉਹਨੇ ਜਾਬਰਾਂ ਦੇ ਕਲਾਵਿਆਂ 'ਚ ਲਿਜਾਈਆਂ ਜਾਂਦੀਆਂ ਤੱਕਿਆ ਅਤੇ ਫਿਰ ਉਹਨੇ ਵੇਖਿਆ ਟਰੰਕਾਂ, ਗੱਡੜੀਆਂ, ਬੋਰੀਆਂ ਨੂੰ ਇਕੱਠਿਆਂ ਕਰ ਕਰਕੇ ਢੋਣ ਦਾ ਦ੍ਰਿਸ਼। ਫਿਰ ਉਹਦੀਆਂ ਅੱਖਾਂ ਨੇ ਇੱਕ ਹੋਰ ਦਿਲ ਹਿਲਾਓ ਨਜ਼ਾਰਾ ਤੱਕਿਆ। ਤੀਵੀਆਂ ਮਰਦਾਂ ਦੀਆਂ ਲਾਸ਼ਾਂ ਨੂੰ ਹੁੱਥਲ ਹੁੱਥਲ ਕੇ ਉਹਨਾਂ ਦੇ ਨੱਕਾਂ, ਕੰਨਾਂ, ਗਲਿਆਂ, ਖੀਸਿਆਂ 'ਚ ਜੋ ਕੁਝ ਵੀ ਕਿਸੇ ਦੀ ਨਜ਼ਰੀ ਪਿਆ ਧੂੰਦਿਆਂ। ਫਿਰ ਉਹਨੇ ਵੇਖਿਆ ਲਾਸ਼ਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਹਰ ਇੱਕ ਤਹਿ ਨੂੰ ਫੋਲਦਿਆਂ, ਟਟੋਲਦਿਆਂ। ਇਸ 'ਚ ਉਹਨਾਂ ਲੋਕਾਂ ਨੂੰ ਕਾਫ਼ੀ ਸਫਲਤਾ ਮਿਲ ਰਹੀ ਸੀ। ਬਹੁਤ ਸਾਰੀਆਂ ਫਤੋਈਆਂ, ਸਲਵਾਰਾਂ ਅਤੇ ਕਮੀਜ਼ਾਂ ਆਦਿ ਜਿਹੜੀਆਂ ਉਹਨਾਂ ਨੇ ਮੁਰਦਿਆਂ ਦੇ ਸਰੀਰਾਂ ਤੋਂ ਉਤਾਰੀਆਂ ਸਨ, ਉਹਨਾਂ ਦੀਆਂ ਤਹਿਆਂ 'ਚ ਨੋਟ ਅਤੇ ਸੋਨੇ ਦੀਆਂ ਸਲਾਖਾਂ ਤੱਕ ਨਿਕਲ ਰਹੀਆਂ ਸਨ। ਨੇਜ਼ਿਆਂ, ਤਲਵਾਰਾਂ ਅਤੇ ਡਾਂਗਾਂ ਦੇ ਵਾਰਿਸ ਬੇਦਰਦੀ ਨਾਲ ਕੀਤੇ ਜਾ ਰਹੇ ਸਨ ਕਿ ਅਕਸਰ ਪਹਿਲੇ ਵਾਰ ਤੋਂ ਬਾਅਦ ਹੀ ਮਰਨਾਊ ਦੀ ਆਵਾਜ਼ ਖਤਮ ਹੋ ਜਾਂਦੀ। ਜਾਣ ਤੋਂ ਪਹਿਲਾਂ ਨਿਰਦਈ ਟੋਲਾ ਜਿਸ ਕਿਸੇ ਲੋਥ ਵਿੱਚ ਕੁਝ ਹਰਕਤ ਵੇਖਦਾ ਜਾਂ ਆਵਾਜ਼ ਸੁਣਦਾ ਉਸੇ ਨੂੰ ਬਰਛੀਆਂ ਅਤੇ ਛੁਰਿਆਂ ਦੀ ਮਦਦ ਨਾਲ ਸਦਾ ਲਈ ਖਾਮੋਸ਼ ਕਰ ਦਿੰਦਾ, ਮਾਨੋ ਕਿਸੇ ਵੀ ਜਾਨਦਾਰ ਨੂੰ ਇਸ ਸੁਰੰਗ 'ਚ ਛੱਡ ਕੇ ਜਾਣ ਦੀ ਉਹਨਾਂ ਸਹੁੰ ਖਾਧੀ ਸੀ। ਇਹਨਾਂ ਭਿਆਨਕ ਨਜ਼ਾਰਿਆਂ ਨੂੰ ਤੱਕਦੇ ਰਹਿਣਾ ਜਦ ਨਸੀਮ ਦੇ ਵੱਸੋਂ ਬਾਹਰ ਹੋ ਗਿਆ ਤਾਂ ਉਹਨੇ ਅੱਖਾਂ ਬੰਦ ਕਰ ਲਈਆਂ, ਜਿਸ ਤੋਂ ਬਾਅਦ ਉਹਨੂੰ ਕੋਈ ਖਬਰ ਨਾ ਰਹੀ ਕਿ ਕਿੰਨਾ ਚਿਰ ਇਸੇ ਹਾਲਤ 'ਚ ਇੱਕ ਪੱਥਰ ਦੀ ਢਾਸਣੇ ਨਾਲ ਲੱਗੀ ਰਹੀ। ਉਹਦੇ ਸਿਰ ਨੂੰ ਸਖ਼ਤ ਚੱਕਰ ਆ ਰਹੇ ਸਨ। ਥੋੜ੍ਹੀ ਦੇਰ ਬਾਅਦ ਜਦ ਉਹਨੇ ਆਪਣੇ ਸਰੀਰ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਿਆਂ ਅੱਖਾਂ ਖੋਲ੍ਹੀਆਂ ਤਾਂ ਖੁੰਦਰ 'ਚ ਤੇਜ਼ ਚਾਨਣ ਹੋ ਰਿਹਾ ਸੀ। ਪਰਾਂ ਕਰਕੇ ਇੱਕ ਥਾਵੇਂ ਕੁਝ ਕੱਪੜੇ ਸੜ ਰਹੇ ਸਨ। ਉਹਨੂੰ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਸੇ ਨੇ ਜਾਣ ਕੇ ਲਾਈ ਸੀ ਜਾਂ ਕਿਸੇ ਮਸ਼ਾਲ ਦੇ ਡਿੱਗਣ ਨਾਲ ਆਪਣੇ ਆਪ ਲੱਗ ਗਈ ਸੀ। ਅਤੇ ਇਸੇ ਚਾਨਣ 'ਚ ਉਹਨੇ ਵੇਖਿਆ ਹਰ ਪਾਸੇ ਲਹੂ ਦਾ ਚਿੱਕੜ ਹੋਇਆ ਪਿਆ ਸੀ। ਅਨੇਕਾਂ ਨੰਗੀਆਂ ਲੋਥਾਂ ਖੁੰਦਰ ਦੀ ਉੱਚੀ ਨੀਵੀਂ ਧਰਤੀ 'ਤੇ ਖਿਲ ਰਹੀਆਂ ਸਨ, ਜਿਨ੍ਹਾਂ ਦੇ ਅੰਗਾਂ ਨੂੰ ਹਥਿਆਰਾਂ ਦੀ ਮਾਰ ਨੇ ਬੇਤਰ੍ਹਾਂ ਵਿਗਾੜ ਦਿੱਤਾ ਹੋਇਆ ਸੀ। ਲੁਟੇਰਿਆਂ ਦਾ ਹੁਣ ਕਿਤੇ ਨਾ ਥੇ ਨਹੀਂ ਸੀ, ਸਾਰੇ ਆਪਣਾ ਕੰਮ ਖਤਮ ਕਰਕੇ ਰਫੂ ਚੱਕਰ ਹੋ ਚੁੱਕੇ ਸਨ। ਨਸੀਮ ਨੇ ਡਰ ਕੇ ਫਿਰ ਅੱਖਾਂ ਬੰਦ ਕਰ ਲਈਆਂ ਅਤੇ ਪਤਾ ਨਹੀਂ ਕਿੰਨਾ ਚਿਰ ਕੀਤੀ ਰੱਖੀਆਂ। ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਹੋਸ਼ ਵਿੱਚ ਹੈ, ਕਿ ਉਹ ਹੋਸ਼ ਵਿੱਚ ਹੈ ਜਾਂ ਬੇਹੋਸ਼ ਅਥਵਾ ਜਿਉਂਦੀ ਹੈ ਕਿ ਮਰ ਚੁੱਕੀ ਹੈ। ਅਤੇ ਜਦ ਫਿਰ ਉਸ ਅੱਖਾਂ ਖੋਲ੍ਹੀਆਂ ਤੋਂ ਬਲ ਰਹੀ ਅੱਗ ਕਾਫ਼ੀ ਮੱਠੀ ਪੈ ਚੁੱਕੀ ਸੀ। ਖੁੰਦਰ ਦੇ ਦਹਾਨੇ ਵੱਲੋਂ ਪ੍ਰਭਾਤ ਦੀ ਮੱਧਮ ਜੀ ਲੋਅ ਅੰਦਰ ਆ ਰਹੀ ਸੀ। ਨਸੀਮ ਉੱਠ ਖੜੋਤੀ ਅਤੇ ਉਸੇ ਲੋਅ ਦੀ ਸਿੱਧੇ ਤੁਰਨ ਲੱਗੀ। ਬਿਲਕੁਲ ਸ਼ੁਦਾਈਆਂ ਜਾਂ ਬੇਹੋਸ਼ਾਂ ਦੀ ਹਾਲਤ ਵਿੱਚ ਉਹਦੇ ਦਿਮਾਗ ਦੀ ਮਸ਼ੀਨਰੀ ਜਿਵੇਂ ਰੁਕ ਗਈ ਸੀ, ਕੁਝ ਵੀ ਸੋਚਣ ਦੀ ਸ਼ਕਤੀ ਉਸ 'ਚ ਨਹੀਂ ਸੀ। ਇਸੇ ਹਾਲਤ 'ਚ ਉਹ ਖੁੰਦਰ ਤੋਂ ਬਾਹਰ ਜਾ ਪਹੁੰਚੀ ਅਤੇ ਬਾਹਰ ਦੀ ਹਵਾ ਲੱਗਦਿਆਂ ਹੀ ਉਹਦੀ ਹੋਸ਼ ਪਰਤਣੀ ਸ਼ੁਰੂ ਹੋ ਗਈ। ਬਾਹਰ ਪਥਰੀਲੇ ਮੈਦਾਨ 'ਚ ਪਹੁੰਚ ਕੇ ਨਸੀਮ ਨੇ ਚੁਫੇਰੇ ਤੱਕਿਆ। ਬੱਦਲ ਭਾਵੇਂ ਕਾਫ਼ੀ ਗੂੜੇ ਸਨ, ਸੂਰਜ ਦੀ ਟਿੱਕੀ ਵੀ ਅਜੇ ਪੂਰੀ ਤਰ੍ਹਾਂ ਉਹਦੇ ਮਨ ਨਹੀਂ ਸੀ ਹੋਈ, ਫਿਰ ਵੀ ਸਾਹਮਣੀਆਂ ਚਟਾਨਾਂ 'ਤੇ ਕੁਝ ਕੁਝ ਆਕਾਰ ਨਜ਼ਰੀ ਆਉਣ ਲੱਗ ਪਏ। ਪਰਾਂ ਦੂਰ ਸਾਰੇ ਕਾਫ਼ੀ ਰੌਲਾ ਗੌਲਾ, ਭਰਾਓ ਤੁਸੀਂ ਵੀ ਮੁਸਲਮਾਨ ਹੋ ਅਤੇ ਅਸੀਂ ਵੀ ਤੁਹਾਡੇ ਅੱਗੇ ਖੁਦਾ ਦੇ ਰਸੂਲ ਦਾ ਵਾਸਤਾ ਪਾ ਕੇ ਕਹਿੰਦੇ ਹਾਂ ਕਿ ਇਹਨਾਂ ਵਿਚਾਰਿਆਂ ਦੀ ਜਾਨ ਬਖਸ਼ੀ ਕਰੋ, ਅੱਗੇ ਹੀ ਘਰਾਂ ਬਾਰਾਂ ਤੋਂ ਬਰਬਾਦ ਹੋ ਕੇ ਆਏ ਨੇ, ਮੋਇਆਂ ਨੂੰ ਮਾਰ ਕੇ ਤੁਹਾਡੇ ਹੱਥ ਕੀ ਆਏਗਾ। ਬੜੀ ਗੱਲ ਹੈ, ਤੁਸੀਂ ਇਹਨਾਂ ਦਾ ਅਸਬਾਬ ਜੋ ਵੀ ਇਹਨਾਂ ਕੋਲ ਲੈ ਜਾਓ। ਅਤੇ ਇਹਦੇ ਜਵਾਬ 'ਚ ਕਿਹਾ ਜਾ ਰਿਹਾ ਸੀ, ਕੌਣ ਕਹਿੰਦਾ ਤੁਸੀਂ ਮੁਸਲਮਾਨ ਹੋ, ਤੁਸੀਂ ਕਾਫਰ ਹੋ, ਅਸਲ ਕਾਫਰ, ਜਿਹੜੇ ਕਾਫਰਾਂ ਦੀ ਮਦਦ ਕਰ ਰਹੇ ਹੋ, ਨੱਸ ਜਾਓ ਇੱਥੋਂ, ਨਹੀਂ ਤਾਂ ਇੱਕ ਨੂੰ ਵੀ ਜਿਉਂਦਾ ਨਹੀਂ ਛੱਡਾਂਗੇ ਅਸੀਂ। ਅਤੇ ਕਹਿੰਦਿਆਂ ਵਰਦੀਆਂ ਵਾਲੇ ਤਿੰਨਾਂ 'ਚੋਂ ਆਦਮੀਆਂ ਨੇ ਆਪਣੀਆਂ ਬੰਦੂਕਾਂ ਦੇ ਨਿਸ਼ਾਨੇ ਉਹਨਾਂ ਵੱਲ ਸੇਧ ਦਿੱਤੇ। ਸੁਣ ਕੇ ਨਸੀਮ ਹੱਕੀ ਬੱਕੀ ਰਹਿ ਗਈ ਅਤੇ ਆਪਣੇ ਮੁਹਾਫਜ਼ਾਂ ਦੀ ਅਕਲ ਉੱਤੇ ਉਹਨੂੰ ਗੁੱਸਾ ਆਉਣ ਲੱਗਾ। ਜਿਹੜੇ ਬਲਵਈਆਂ ਦੀ ਚਾਲ ਨੂੰ ਅਜੇ ਤੀਕ ਸਮਝ ਨਹੀਂ ਸੀ ਸਕੇ, ਉਹ ਸੋਚਣ ਲੱਗੀ ਜਿਨ੍ਹਾਂ ਦੀਆਂ ਜਾਨਾਂ ਬਚਾਉਣ ਲਈ
ਸਾਡੇ ਸਾਥੀ ਲੁਟੇਰਿਆਂ ਦੀਆਂ ਮਿੰਨਤਾਂ ਕਰ ਰਹੇ ਨੇ। ਸ਼ਾਇਦ ਇਹਨਾਂ ਵਿਚਾਰਿਆਂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗ ਸਕਿਆ ਕਿ ਉਹ ਸਾਰੇ ਇਹਨਾਂ ਰਾਕਸ਼ਾਂ ਦੇ ਹੱਥੋਂ ਕਦੋਂ ਦੇ ਖਤਮ ਹੋ ਚੁੱਕੇ ਨੇ। ਬਲਵਈਆਂ ਨੇ ਇਹ ਇੱਕ ਬੜੀ ਦੂਰ ਦੀ ਚਾਲ ਚੱਲੀ ਸੀ ਕਿ ਆਪਣੇ ਵਿੱਚੋਂ ਬਹੁਤ ਸਾਰੇ ਆਦਮੀਆਂ ਨੂੰ ਕਿਸੇ ਹੋਰ ਰਸਤੇ ਥਾਣੀ ਖੁੰਦਰ 'ਚ ਦਾਖਲ ਕਰਕੇ ਉੱਧਰ ਉਹਨਾਂ ਨੇ ਲੁੱਟਮਾਰ ਸ਼ੁਰੂ ਕਰਾਤੀ ਅਤੇ ਇੱਧਰ ਇਹਨਾਂ ਰਾਖਿਆਂ ਨੂੰ ਗਲੀ ਕੱਥੀ ਲਾ ਕੇ ਅੰਦਰ ਜਾਣੋਂ ਰੋਕੀ ਰੱਖਿਆ। ਨਸੀਮ ਨੇ ਇੱਕ ਠੰਡੀ ਆਹ ਭਰੀ, ਉਹਦਾ ਦਿਲ ਚਾਹਿਆ ਛੇਤੀ ਨਾਲ ਅਗਾਂਹ ਹੋ ਕੇ ਆਪਣੇ ਰਾਖਿਆਂ ਨੂੰ ਅਸਲ ਗੱਲ ਸਮਝਾ ਦੇਵੇ, ਪਰ ਉਹ ਅਜੇ ਸੋਚ ਹੀ ਰਹੀ ਸੀ ਕਿ ਉੱਧਰ ਗੱਲਕੱਥ ਵੱਧਦੀ ਲੜਾਈ ਤੱਕ ਨੌਬਤ ਪਹੁੰਚ ਗਈ। ਮੁਹਾਫਜ਼ਾਂ ਵਿੱਚੋਂ ਬਹੁਤ ਸਾਰੇ ਡਰਦੇ ਮਾਰੇ ਮੈਦਾਨ ਛੱਡ ਕੇ ਨੱਸ ਗਏ, ਕਿਉਂਕਿ ਦੂਸਰੇ ਪਾਸੇ ਆਪ ਹਥਿਆਰਾਂ ਤੋਂ ਛੁੱਟ ਬੰਦੂਕਾਂ ਪਿਸਤੌਲਾਂ ਦੀ ਵੀ ਬਹੁਤ ਤਾਕਤ ਸੀ, ਨਾਲੇ ਉਹਨਾਂ ਵਿੱਚੋਂ ਕੁਝ ਆਦਮੀ ਪੁਲਿਸ ਜਾਂ ਮਿਲਟਰੀ ਦੇ ਵੀ ਮੌਜੂਦ ਸਨ। ਨਸੀਮ ਨੇ ਦੂਰੋਂ ਹੀ ਉਹਨਾਂ ਦੇ ਫੌਜੀ ਭਾਰੇ ਬੂਟਾਂ ਤੇ ਲੰਮੇ ਵਰਾਂਡੀ ਕੋਟਾਂ ਤੋਂ ਅੰਦਾਜ਼ਾ ਲਾ ਲਿਆ। ਮੁਹਾਫਜ਼ਾਂ ਦੀ ਪਾਰਟੀ ਪਤਲੀ ਪੈਂਦੀ ਪੈਂਦੀ ਛੇਕੜ ਉਸ 'ਚ ਕੁੱਲ 5-4 ਆਦਮੀ ਬਾਕੀ ਰਹਿ ਗਏ। ਨਸੀਮ ਦੇ ਵੇਖਦਿਆਂ ਵੇਖਦਿਆਂ ਬਲਵਈਆਂ ਨੇ, ਜਿਹੜੇ ਗਿਣਤੀ 'ਚ 40-50 ਤੋਂ ਘੱਟ ਨਹੀਂ ਸਨ, ਉਹਨਾਂ ਵਿਚਾਰਿਆਂ ਨੂੰ ਹੱਥੋਂ ਹੱਥੀ ਡੇਗ ਲਿਆ ਅਤੇ ਪਲ 'ਚ ਇਸ ਕੰਮ ਤੋਂ ਵਿਹਲੇ ਹੋ ਕੇ ਯਾ ਅਲੀ ਦੇ ਨਾਅਰੇ ਲਾਉਂਦੇ ਆਪਣੇ ਰਾਹ ਪੈ ਗਏ। ਬਲਵਈਆਂ ਦੇ ਹੱਥੋਂ ਮਾਰੇ ਜਾਣ ਵਾਲੇ 4 ਆਦਮੀ ਕੌਣ ਸਨ ਨਸੀਮ ਇਹ ਜਾਣ ਨਹੀਂ ਸਕੀ, ਪਰ ਉਹਨੂੰ ਇੰਨਾ ਵਿਸ਼ਵਾਸ ਜ਼ਰੂਰ ਸੀ ਕਿ ਉਹਦੇ ਮੁਫਾਜ਼ਾਂ ਜਾਂ ਸੰਬੰਧੀਆਂ 'ਚੋਂ ਹੀ ਹੋ ਸਕਦੇ ਹਨ। ਉਹਦੀ ਸਲਾਹ ਹੋਈ ਕਿ ਇੱਕ ਵਾਰੀ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਵੇਖੇ, ਪਰ ਜਿਉਂ ਹੀ ਖਿਆਲ ਉਹਨੂੰ ਆਇਆ ਬਾਬੇ ਨੂੰ ਇਕੱਲਿਆਂ ਛੱਡ ਆਉਣ ਦਾ, ਉਹ ਸਿਰ 'ਤੇ ਪੈਰ ਰੱਖ ਕੇ ਫਿਰ ਖੁੰਦਰ ਵੱਲ ਉੱਠ ਭੱਜੀ। ਜਾਂਦਿਆਂ ਜਾਂਦਿਆਂ ਉਹਦੀ ਨਜ਼ਰ ਹੱਥ 'ਚ ਫੜੀ ਕਟਾਰ 'ਤੇ ਪਈ, ਜਿਹੜੀ ਬਾਬੇ ਨੇ ਉਹਨੂੰ ਇੱਜ਼ਤ ਅਤੇ ਬਚਾਅ ਲਈ ਦਿੱਤੀ ਸੀ, ਪਰ ਹੁਣ ਇਸ ਖਤਰੇ ਦੀ ਸੰਭਾਵਨਾ ਨਹੀਂ ਸੀ। ਕੋਈ ਵੀ ਬਲਵਈ ਕਿਤੇ ਨਜ਼ਰੀ ਨਹੀਂ ਸੀ ਆਉਂਦਾ। ਉਹਨੇ ਪਹਿਲਾਂ ਵਾਂਗ ਹੀ ਉਹਨੂੰ ਡੱਬ 'ਚ ਦੇ ਲਿਆ ਅਤੇ ਤੇਜ਼ ਤੇਜ਼ ਕਦਮਾਂ ਨਾਲ ਖੁੰਦਰ ਅੰਦਰ ਦੌੜਨ ਲੱਗੀ। ਅੰਦਰ ਦਾਖਲ ਹੁੰਦਿਆਂ ਉਹਨੂੰ ਸਾਰਾ ਕੁਝ ਭੁੱਲਿਆ ਹੋਇਆ ਹੌਲੀ ਹੌਲੀ ਚੇਤੇ ਆਉਣ ਲੱਗਾ। ਭਾਬੀ ਰੁਕਮਣ ਕਿੱਧਰ ਗਈ, ਬੂਟੇ ਸ਼ਾਹ ਕਿੱਥੇ ਆ, ਜੀਸ ਕਿਹੜੇ ਪਾਸੇ ਗੁੰਮ ਹੋ ਗਿਆ। ਉਹਨੂੰ ਕਿਤੇ ਵੀ ਇਹਨਾਂ ਵਿੱਚੋਂ ਕੋਈ ਦਿਖਾਈ ਨਹੀਂ ਸੀ ਦੇ ਰਿਹਾ। ਉਹ ਇਸੇ ਨਤੀਜੇ 'ਤੇ ਪਹੁੰਚੀ ਕਿ ਜਾਂ ਤਾਂ ਉਹ ਕਿਤੇ ਅੰਦਰ ਹੀ ਲੁਕੇ ਹਨ ਜਾਂ ਦੂਜਿਆਂ ਵਾਂਗ ਮੌਤ ਦਾ ਸ਼ਿਕਾਰ ਬਣ ਚੁੱਕੇ ਹਨ। ਅੰਦਰ ਵੜਦਿਆਂ ਇੱਕ ਵਾਰੀ ਫਿਰ ਉਹਦੀ ਹੋਸ਼ ਥਿੜਕਣੀ ਸ਼ੁਰੂ ਹੋ ਗਈ। ਬਾਹਰੋਂ ਆ ਰਹੇ ਚਾਨਣ ਨਾਲ ਹੁਣ ਅੰਦਰ ਦੀ ਹਰ ਇੱਕ ਚੀਜ਼ ਸਾਫ਼ ਦਿਖਾਈ ਦੇ ਰਹੀ ਸੀ ਅਤੇ ਇਹਨਾਂ ਦ੍ਰਿਸ਼ਾਂ ਨੇ ਨਸੀਮ ਦਾ ਦਿਮਾਗ ਇੱਕ ਵਾਰੀ ਫਿਰ ਨਕਾਰਾ ਕਰ ਦਿੱਤਾ। ਉਹ ਉੱਚੀ ਉੱਚੀ ਚਿੱਲਾਂਦੀ ਹੋਈ, ਰੋਂਦੀ ਹੋਈ ਆਪਣੇ ਸੰਬੰਧੀਆਂ ਦੇ ਵਾਰੋ ਵਾਰੀ ਨਾਂ ਲੈ ਕੇ ਪੁਕਾਰਦੀ ਹੋਈ ਇਸ ਲੰਮੀ ਖੁੰਦਰ 'ਚ ਭੱਜੀ ਜਾ ਰਹੀ ਸੀ। ਕਿਤੋਂ ਲੋਥਾਂ ਨੂੰ ਬੁਲਾ ਕੇ ਲੰਘਦੀ, ਕਿਤੋਂ ਉਹਨਾਂ ਦੇ ਉੱਪਰੋਂ ਦੀ ਟੱਪਦੀ, ਪਰ ਛੋਟੇ ਤੋਂ ਕਿ ਉਹਦੀ ਆਵਾਜ਼ ਖੁੰਦਰ ਦੇ ਦੇਵੇ ਦਾਨਵ ਪੱਥਰਾਂ ਨਾਲ ਟਕਰਾ ਕੇ ਪ੍ਰਤੀ ਗੂੰਜ ਬਣ ਕੇ ਮੁੜ ਉਹਦੇ ਕੰਨਾਂ ਨੂੰ ਆ ਟਕਰਾਵੇ, ਹੋਰ ਕੁਝ ਵੀ ਉਹਨੂੰ ਸੁਣਾਈ ਨਹੀਂ ਦਿੱਤਾ। ਉਹ ਪੁਕਾਰਦੀ ਜਾ ਰਹੀ ਸੀ, ਦੌੜਦੀ ਜਾ ਰਹੀ ਸੀ, ਨਾਲੋ ਨਾਲ ਲੋਥਾਂ ਦੇ ਲਹੂ ਲੁਹਾਨ ਚਿਹਰਿਆਂ ਨੂੰ ਘੋਖ ਨਾਲ ਵੇਖਦੀ ਜਾ ਰਹੀ ਸੀ, ਪਰ ਕਿਤੇ ਵੀ ਕੋਈ ਜਾਣੀ ਪਛਾਣੀ ਲੋਥ ਉਹਦੀ ਨਜ਼ਰੀ ਨਾ ਪਈ। ਹੁਣ ਉਹਨੇ ਉਸੇ ਦੀ ਭਾਲ ਵਿੱਚ ਭੱਜਣਾ ਸ਼ੁਰੂ ਕੀਤਾ ਜਿਹਨੂੰ ਆਪਣੇ ਹੱਥੀਂ ਕਿਤੇ ਲਟਾ ਕੇ ਆਈ ਸੀ। ਬਾਪੂ ਜੀ, ਬਾਪੂ ਜੀ, ਤੁਸੀਂ ਕਿੱਥੇ ਹੋ, ਬਰਾਬਰ ਸੰਗ ਪਾੜਦੀ ਜਾ ਰਹੀ ਸੀ, ਪਰ ਸਭ ਬੇਅਰਥ। ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਛੋਟੇ ਜਿਹੇ ਚਸ਼ਮੇ ਦਾ ਕੋਈ ਚਿੰਨ੍ਹ ਉਹਦੀ ਦ੍ਰਿਸ਼ਟੀ ਗੋਚਰ ਹੋਵੇ, ਜਿਸ ਬਾਬਤ ਹੁਣ ਤੋਂ ਕੁਝ ਚਿਰ ਪਹਿਲਾਂ ਉਹਨੇ ਹਨੇਰੇ 'ਚ ਕੇਵਲ ਪਾਣੀ ਦੀ ਆਵਾਜ਼ ਤੋਂ ਹੀ ਚਸ਼ਮਾ ਹੋਣ ਦਾ ਅਨੁਮਾਨ ਲਾਇਆ ਸੀ, ਪਰ ਉਹਦੀ ਮਿਹਨਤ ਸਫਲੀ ਨਾ ਹੋ ਸਕੀ। ਜਿਉਂ ਜਿਉਂ ਸੰਬੰਧੀਆਂ ਖਾਸ ਕਰਕੇ ਬਾਬੇ ਦੀ ਪ੍ਰਾਪਤੀ ਵੱਲੋਂ ਉਹਨੂੰ ਨਿਰਾਸ਼ਤਾ ਹੁੰਦੀ ਗਈ, ਉਹਦੀ ਹੋਸ਼ ਗੁੰਮਦੀ ਗਈ। ਉਹ ਸਖ਼ਤ ਹੈਰਾਨ ਸੀ ਕਿ ਹੁਣ ਕਿੱਧਰ ਜਾਵੇ, ਕਿਸ ਨੂੰ ਪੁੱਛੇ। ਖੁੰਦਰ ਇੰਨੀ ਵਿਸ਼ਾਲ ਸੀ ਕਿ ਲਗਾਤਾਰ ਟੁਰੀ ਜਾਣ 'ਤੇ ਵੀ ਉਹਦੇ ਆਦ ਅੰਤ ਦਾ ਕੋਈ ਪਤਾ ਨਹੀਂ ਸੀ ਲੱਗ ਸਕਦਾ। ਭੱਜ ਭੱਜ ਕੇ ਉਹਦੀਆਂ ਲੱਤਾਂ ਰਹਿ ਗਈਆਂ ਅਤੇ ਚਿੱਲਾ ਚਿੱਲਾ ਕੇ ਗਲਾ ਬੈਠ ਗਿਆ। ਉਹਦੇ ਅੰਗ ਇਸ ਵੇਲੇ ਪਥਰਾਏ ਹੋਏ ਸਨ। ਇੱਥੋਂ ਛੁੱਟ ਪਿਛਲੇ ਪੈਂਡੇ ਦੀ ਥਕਾਵਟ ਅਤੇ ਪਹਿਲੀਆਂ ਕਈ ਰਾਤਾਂ ਦਾ ਉੱਪਰੋਂ ਥੱਲੀ ਉਨੀਂਦਾ, ਇਹਨਾਂ ਸਾਰੀਆਂ ਤਕਲੀਫਾਂ ਦੇ ਮਿਲਵੇਂ ਹੱਲੇ ਅੱਗੇ ਨਸੀਮ ਦਾ ਕਮਜ਼ੋਰ ਸਰੀਰ ਠਹਿਰ ਨਾ ਸਕਿਆ। ਉਸੇ ਹਾਲਤ 'ਚ ਦੌੜਦੀ ਇੱਕ ਥਾਂ ਕਿਸੇ ਲੋਥ ਜਾਂ ਹੋਰ ਕਿਸੇ ਚੀਜ਼ ਦਾ ਠੇਡਾ ਖਾ ਡਿੱਗ ਪਈ ਅਤੇ ਡਿੱਗਦੀ ਬੇਹੋਸ਼ ਹੋ ਗਈ। ਕਾਂਡ 21 ਰੱਖੇ ਰੱਖਣਹਾਰ। ਰੂਹਾਨੀਅਤ ਦੇ ਮਧੁਰ ਰਸ 'ਚ ਡੁੱਬੀ ਹੋਈ ਇਸ ਆਵਾਜ਼ ਨੂੰ ਸੁਣ ਕੇ ਨਸੀਮ ਦੀਆਂ ਅੱਖ ਪੁਤਲੀਆਂ 'ਚ ਹਰਕਤ ਪੈਦਾ ਹੋਈ। ਫਿਰ ਉਹਨੇ ਪੂਰੀ ਚੌੜਾਈ 'ਚ ਅੱਖਾਂ ਖੋਲ੍ਹ ਕੇ ਆਪਣੇ ਆਲੇ ਦੁਆਲੇ ਤੱਕਣਾ ਸ਼ੁਰੂ ਕੀਤਾ। ਆਪਣਾ ਸਿਰ ਉਹਨੇ ਜਿਸ ਗੋਦੀ 'ਚ ਮਹਿਸੂਸ ਕੀਤਾ, ਬਾਬੇ ਦੀ ਗੋਦ ਸੀ। ਸਹਿਜੇ ਸਹਿਜੇ ਬਾਬੇ ਦਾ ਹੱਥ ਨਸੀਮ ਦੇ ਸਿਰ 'ਤੇ ਫਿਰ ਰਿਹਾ ਸੀ। ਜਿਉਂ ਹੀ ਬਾਬੇ ਨੇ ਵੇਖਿਆ ਨਸੀਮ ਹੋਸ਼ 'ਚ ਆ ਰਹੀ ਸੀ ਤਾਂ ਸ਼ੁਕਰ ਭਰਿਆ ਇੱਕ ਸਾਹ ਭਰਦਿਆਂ ਉਹਨੇ ਪੁੱਛਿਆ, ਸੀਮਾ ਕਿਉਂ ਪੁੱਤਰ ਰਾਸਤੀ ਹੈ? ਬਿਨਾਂ ਸਿਰ ਚੁੱਕਿਆ ਨਸੀਮ ਬਾਬੇ ਦੀਆਂ ਸ਼ਾਂਤ ਅਤੇ ਮਮਤਾ ਭਰੀਆਂ ਅੱਖਾਂ 'ਚ ਤੱਕੀ
ਤੇ ਫਿਰ ਉਹਨੇ ਹੱਥਾਂ ਨੂੰ ਦੋਵਾਂ ਹੱਥਾਂ 'ਚ ਘੁੱਟਦੀ ਹੋਈ ਤੇ ਕਹਿੰਦੀ ਹੋਈ ਉੱਠ ਬੈਠੀ, ਬਾਪੂ ਜੀ ਤੁਸੀਂ ਤੁਸੀਂ ਮੈਂ ਤੇਰੇ ਕੋਲ ਹਾਂ ਪੁੱਤਰੀ, ਬਾਬੇ ਨੇ ਕਿਹਾ। ਇੱਕੋ ਬਾਸੀ ਲੈ ਕੇ ਨਸੀਮ ਹੋਰ ਚੇਤੰਨ ਹੋ ਬੈਠੀ। ਉਹਦੀਆਂ ਅੱਖਾਂ 'ਚ ਕਈ ਤਰ੍ਹਾਂ ਦੇ ਪ੍ਰਸ਼ਨ ਵੇਖ ਕੇ ਬਾਬੇ ਨੇ ਬਿਨਾਂ ਉਹਦੇ ਪੁੱਛਣ ਤੋਂ ਹੀ ਦੱਸਣਾ ਸ਼ੁਰੂ ਕੀਤਾ। ਬੇਟਾ ਤੂੰ ਜਦ ਮੈਨੂੰ ਛੱਡ ਕੇ ਚਲੀ ਗਈ ਤੇ ਉੱਧਰ ਕਟਾ ਵੱਢ ਸ਼ੁਰੂ ਹੋ ਗਈ ਤਾਂ ਮੈਂ ਸਖ਼ਤ ਘਬਰਾ ਗਿਆ। ਅੱਖਾਂ ਸਾਹਮਣੇ ਇਹ ਜ਼ੁਲਮ ਹੁੰਦਾ ਵੇਖ ਕੇ ਮੈਂ ਬੇਵੱਸ ਸਾਂ, ਕੁਝ ਵੀ ਨਹੀਂ ਸੀ ਕਰ ਸਕਦਾ। ਇੱਥੋਂ ਤੱਕ ਉੱਠ ਕੇ ਤੁਰਨਾ ਵੀ ਹਨੇਰੇ 'ਚ ਮੇਰੇ ਲਈ ਅਣਹੋਣੀ ਗੱਲ ਸੀ। ਲਾਚਾਰ ਮਨ ਮਾਰੀ ਬੈਠਾ ਰਿਹਾ ਤੇ ਤੇਰੀ ਉਡੀਕ 'ਚ ਘੜੀਆਂ ਗਿਣਦਾ ਰਿਹਾ। ਇਹ ਮੈਨੂੰ ਯਕੀਨ ਹੋ ਚੁੱਕਾ ਸੀ ਕਿ ਸਾਡੇ ਜੀ ਸਭੇ ਕਤਲ ਕਰ ਦਿੱਤੇ ਗਏ ਨੇ। ਸੀਮਾ ਮੈਂ ਪਰਮਾਤਮਾ ਕੋਲੋਂ ਉਹਦੇ ਭਾਣੇ ਤੋਂ ਬੇਮੁੱਖ ਹੋ ਕੇ ਕਦੇ ਵੀ ਕੁਝ ਨਹੀਂ ਸੀ ਮੰਗਿਆ, ਪਰ ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਉਹਦੀ ਦਰਗਾਹ 'ਚ ਗਿੜਗਿੜਾਇਆ ਕਿ ਹੇ ਭਗਵਾਨ, ਜੇ ਤੈਨੂੰ ਇਹ ਮਨਜ਼ੂਰ ਹੈ ਕਿ ਮੇਰਾ ਸਭ ਕੁਝ ਚਲਾ ਜਾਏ ਤਾਂ ਮੈਂ ਤੇਰੇ ਭਾਣੇ 'ਚ ਸ਼ਾਕਰ ਹਾਂ, ਪਰ ਵਾਸਤਾ ਹੀ ਆਪਣੇ ਨਾਮ ਦਾ, ਮੇਰੀ ਬੱਚੀ ਨਾ ਖੋਈ ਮੈਥੋਂ। ਮੈਂ ਜ਼ਮੀਨ 'ਤੇ ਮੱਥਾ ਰਗੜ ਰਗੜ ਕੇ ਭਗਵਾਨ ਪਾਸ ਅਰਜ਼ੋਈਆਂ ਕੀਤੀਆਂ, ਹੇ ਦਾਤਾ ਜੇ ਮੇਰੀ ਬੱਚੜੀ ਦਾ ਦਾਣਾ ਪਾਣੀ ਮੁੱਕ ਚੁੱਕਾ ਹੈ ਤਾਂ ਵੀ ਇੱਕ ਵਾਰੀ ਮੈਨੂੰ ਉਹਦੀ ਲਾਸ਼ ਉੱਤੇ 4 ਅੱਥਰੂ ਵਹਾ ਲੈਣ ਦੇ, ਮੈਨੂੰ ਇੰਨੇ ਨਾਲ ਹੀ ਤਸੱਲੀ ਆ ਜਾਏਗੀ। ਅਤੇ ਬੋਲਦਾ ਬੋਲਦਾ ਬਾਬਾ ਇੱਕ ਵਾਰੀ ਫਿਰ ਦੋਵੇਂ ਹੱਥ ਜੋੜ ਕੇ ਉਤਾਂਹ ਤੱਕਦਾ ਪੁਕਾਰਿਆ, ਦਾਤਾਰ ਤੇਰਾ ਲੱਖ ਲੱਖ ਸ਼ੁਕਰ, ਤੂੰ ਮੇਰੀ ਪੁਕਾਰ ਸੁਣ ਲਈ, ਤੂੰ ਮੇਰੀ ਡੰਗੋਰੀ, ਮੇਰੀਆਂ ਅੱਖਾਂ ਦੀ ਜੋਤ ਮੈਨੂੰ ਮੋੜ। ਅਤੇ ਨਸੀਮ ਨੇ ਵੇਖਿਆ ਬਾਬੇ ਦੇ ਅੱਥਰੂ ਫਰਨ ਫਰਨ ਵਹਿ ਰਹੇ ਸਨ। ਇਹ ਅੱਥਰੂ ਸ਼ਾਇਦ ਨਸੀਮ ਨੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਬਾਬੇ ਦੀਆਂ ਅੱਖਾਂ 'ਚ ਵੇਖੇ। ਉਹ ਡੱਡਿਆ ਕੇ ਉਹਦੇ ਗਲ ਨਾਲ ਚੰਬੜ ਗਈ। ਬਾਬਾ ਇਹ ਤੂੰ ਅੱਗੇ ਨਹੀਂ ਬੋਲ ਸਕਿਆ, ਆਪਣੀ ਛਾਤੀ ਨਾਲ ਜੁੜੇ ਨਸੀਮ ਦੇ ਸਿਰ ਉੱਤੇ ਉਹਦੇ ਦੋਵੇਂ ਹੱਥ ਫਿਰ ਰਹੇ ਸਨ। ਜਦ ਤੀਕ ਫਿਰਦੇ ਰਹੇ ਜਦ ਤੱਕ ਨਸੀਮ ਉਹਦੀ ਛਾਤੀ ਨਾਲੋਂ ਸਿਰ ਹਟਾ ਕੇ ਉੱਠ ਨਹੀਂ ਖੜੋਤੀ। ਬਾਪੂ ਜੀ ਜਿਵੇਂ ਅਚਾਨਕ ਕੋਈ ਭੁੱਲੀ ਯਾਦ ਆ ਗਈ ਹੋਵੇ, ਉਹ ਬੋਲੀ, ਮੈਂ ਇੱਕ ਵਾਰੀ ਫਿਰ ਜਾ ਕੇ ਪਤਾ ਕਰ ਆਵਾਂ ਮਤੇ। ਪਰ ਬਾਬੇ ਨੇ ਉਹਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਇਹ ਕਹਿ ਕੇ ਉਹਦਾ ਵਿਚਾਰ ਧੁੰਦਲਾ ਕਰਤਾ, ਫਜ਼ੂਲ ਹੈ ਬੇਟਾ, ਬੈਠ ਬੈਠ ਜਾ। ਕਿਉਂ ਬਾਪੂ ਜੀ, ਮੁੜ ਬੈਠਦਿਆਂ ਨਸੀਮ ਨੇ ਡਰਦਿਆਂ ਡਰਦਿਆਂ ਸਵਾਲ ਕੀਤਾ। ਬੱਚੀਏ, ਬਾਬਾ ਲਰਜ਼ਦੀ ਆਵਾਜ਼ 'ਚ ਬੋਲਿਆ, ਹੁਣ ਸਬਰ ਤੋਂ ਬਿਨਾਂ ਕੋਈ ਚਾਰਾ ਨਹੀਂ, ਉਹ ਸਾਰੇ ਈਸ਼ਵਰ ਦੇ ਭਾਣੇ। ਸਾਰੇ? ਨਸੀਮ ਨੇ ਗੱਲ ਟੁੱਕੀ। ਹਾਂ ਬੇਟਾ, ਵੱਡੇ ਭਾਅ ਜੀ ਵੀ, ਉਹਨੂੰ ਬਲਵਈਆਂ ਨੇ ਗੋਲੀ ਨਾਲ ਉਡਾ ਦਿੱਤਾ, ਅਤੇ ਅਜੀਜ਼ ਉਹ ਵੀ ਲੜਦਾ ਲੜਦਾ ਕੰਮ ਆ ਗਿਆ, ਅਤੇ ਭਾਬੀ ਉਹਦਾ ਹਾਲੇ ਪਤਾ ਨਹੀਂ ਲੱਗ ਸਕਿਆ, ਪਰ ਮੇਰਾ ਯਕੀਨ ਹੈ ਕਿ ਦੂਜੀਆਂ ਕੁੜੀਆਂ ਨਾਲ ਉਸ ਵਿਚਾਰੀ ਨੂੰ ਵੀ ਜਿਉਂਦੀ ਨੂੰ ਫੜ ਕੇ ਲੈ ਗਏ ਨੇ। ਅਤੇ ਤੁਹਾਨੂੰ ਕੀ ਕਣ ਪਤਾ ਲੱਗਾ ਬਾਪੂ ਜੀ? ਤੈਨੂੰ ਢੂੰਡਦਾ ਢੂੰਡਦਾ ਮੈਂ ਬਾਹਰ ਚਲਾ ਗਿਆ ਸਾਂ, ਮੈਦਾਨ 'ਚ ਉਹਨਾਂ ਤਿੰਨਾਂ ਦੀਆਂ ਲਾਸ਼ਾਂ ਵੇਖੀਆਂ, ਵਿਚਾਰਾ ਚੌਧਰੀ ਦਾ ਪੁੱਤਰ ਫੱਤਾ ਵੀ ਉਹਨਾਂ 'ਚ ਹੀ ਮਾਰਿਆ ਗਿਆ। ਉੱਥੋਂ ਮੁੜ ਕੇ ਜਦ ਮੈਂ ਤੈਨੂੰ ਢੂੰਡਦਾ ਮੁੜ ਖੁੰਦਰ 'ਚ ਆਇਆ ਤਾਂ ਇੱਕ ਜਗ੍ਹਾ ਤੈਨੂੰ ਬੇਹੋਸ਼ ਪਈ ਵੇਖਿਆ, ਜਿੱਥੋਂ ਬੜੀ ਮੁਸ਼ਕਲ ਨਾਲ ਤੈਨੂੰ ਚੁੱਕ ਕੇ ਇੱਥੇ ਲਿਆਂਦਾ। ਨਸੀਮ ਪੱਥਰ ਦਾ ਪੱਥਰ ਹੋ ਗਈ ਸੁਣ ਕੇ, ਨਾ ਉਹਦੀ ਅੱਖ 'ਚੋਂ ਅੱਥਰੂ ਨਿਕਲੇ, ਨਾ ਬੁੱਲਾਂ 'ਚੋਂ ਕੋਈ ਬੋਲ। ਉਹਦੀਆਂ ਅੱਖਾਂ ਇਸ ਤਰ੍ਹਾਂ ਤਾੜੇ ਲੱਗੀਆਂ ਸਨ ਜਿਵੇਂ ਇਹਨਾਂ 'ਚ ਪੱਥਰ ਦੇ ਦੋ ਬੰਟੇ ਟਿਕਾਏ ਹੋਏ ਹੋਣ। 5 ਕੁ ਮਿੰਟ ਇਸ ਖਾਮੋਸ਼ੀ 'ਚ ਬੀਤ ਗਏ ਅਤੇ ਜਦ ਉਹਦੇ ਅੰਦਰੋਂ ਕੋਈ ਅਸਹਿ ਜਿਹਾ ਉਬਾਲ ਉੱਠਿਆ ਤਾਂ ਇੱਕਦਮ ਇਹ ਕਹਿੰਦੀ ਹੋਈ ਉੱਠ ਕੇ ਖੜੀ ਹੋ ਗਈ, ਬਾਪੂ ਜੀ ਇੱਕ ਵਾਰੀ ਮੈਨੂੰ ਵੇਖ ਆਉਣ ਦਿਓ ਉਹਨਾਂ ਨੂੰ। ਉਹਦੇ ਮਗਰੇ ਸੋਟੀ ਸੰਭਾਲਦਾ ਬਾਬਾ ਵੀ ਉੱਠ ਖੜੋਤਾ ਅਤੇ ਕਹਿੰਦਾ ਹੋਇਆ ਉਹਦੇ ਨਾਲ ਹੋ ਤੁਰਿਆ, ਹੁਣ ਬੇਟਾ ਮੈਨੂੰ ਛੱਡ ਕੇ ਨਾ ਜਾ ਕਿਤੇ, ਚੱਲ ਮੈਂ ਵੀ ਚੱਲਣਾ ਵਾਂ। ਜਿਹੜੇ ਚਲੇ ਗਏ ਉਹਨਾਂ 'ਤੇ ਮੁੜ ਕੇ ਆਉਣਾ ਨਹੀਂ, ਪਰ ਤੂੰ ਬੱਚੀਏ ਤੂੰ ਮੈਨੂੰ ਹੁਣ ਤੀਕ ਨਾ ਛੱਡੀ, ਜਦ ਤੀਕ ਅੱਖਾਂ ਮੇਰੀਆਂ ਮੀਟੀਆਂ ਨਹੀਂ ਜਾਂਦੀਆਂ। ਬੜੀ ਸੰਭਾਲ ਅਤੇ ਚੌਕਸੀ ਨਾਲ ਬਾਬੇ ਨੂੰ ਸੱਟ ਫੇਟ ਤੋਂ ਬਚਾਉਂਦੀ ਹੋਈ ਨਸੀਮ ਉਹਦੀ ਬਾਂਹ ਫੜੀ ਖੁੰਦਰ ਦੇ ਮੂੰਹ ਵੱਲ ਟੁਰੀ ਜਾ ਰਹੀ ਸੀ। ਜਿਸ ਮਤਲਬ ਲਈ ਲੁਟੇਰਿਆਂ ਦਾ ਟੋਲਾ ਆਇਆ ਸੀ ਉਹਨੂੰ ਪੂਰਾ ਕਰਕੇ ਚੱਲਦਾ ਬਣਿਆ। ਲਹੂ ਦੇ ਘਾਣ ਅਤੇ ਲੋਥਾਂ ਦੇ ਢੇਰ ਲਾ ਕੇ ਮੁਸੀਬਤ ਮਾਰੇ ਵਤਨ ਛੋੜਾਂ ਦੀ ਰਾਸ ਪੂੰਜੀ ਲੁੱਟ ਕੇ ਜਿੰਨੀਆਂ ਕੁ ਜਵਾਨ ਕੁੜੀਆਂ ਮਿਲੀਆਂ ਉਹਨਾਂ ਨੂੰ ਚੁੱਕ ਕੇ ਤੁਰਦਾ ਬਣਿਆ। ਆਪਣੇ ਜਾਣੇ ਤਾਂ ਉਹਨਾਂ ਨੇ ਇਸ ਕਾਫਲੇ ਦਾ ਕੋਈ ਜੀਵ ਜਿਉਂਦਾ ਨਹੀਂ ਸੀ ਛੱਡਿਆ, ਪਰ ਰੱਬ ਸਬੱਬੀ ਨਸੀਮ ਨੇ ਬਾਬੇ ਦਾ ਡੇਰਾ ਐਸੀ ਥਾਂ 'ਤੇ ਜਾ ਕੀਤਾ ਸੀ ਜਿੱਥੇ ਕਿਸੇ ਦੀ ਨਜ਼ਰ ਨਾ ਪੈ ਸਕੇ। ਜਿਉਂ ਜਿਉਂ ਦੋਵੇਂ ਬਾਹਰ ਵੱਲ ਤੁਰਦੇ ਗਏ ਚਾਨਣ ਵਧੀਕ ਤੋਂ ਵਧੀਕ ਹੁੰਦਾ ਗਿਆ। ਅਖੀਰ ਦੋਵੇਂ ਉਸ ਥਾਂ ਜਾ ਪਹੁੰਚੇ ਜਿੱਥੇ ਨਸੀਮ ਬਹੁਤ ਕੁਝ ਵੇਖ ਕੇ ਗਈ ਸੀ। ਸਭ ਤੋਂ ਪਹਿਲਾਂ ਜਿਸ ਚੀਜ਼ ਉੱਤੇ ਉਹਨਾਂ ਦੀ ਨਜ਼ਰ ਪਈ, ਇੱਕ ਨਹੀਂ ਇਕੱਠੀਆਂ 4 ਲੋਥਾਂ ਸਨ। ਇੱਕ ਮਾਂ, 2 ਦੇ ਨੰਨੇ ਬੱਚੇ, ਇੱਕ ਅੱਧ ਖੜ ਉਮਰ ਦਾ ਆਦਮੀ ਜਿਹੜਾ ਸ਼ਾਇਦ ਤੀਵੀਂ ਦਾ ਪਤੀ ਹੋਏਗਾ। ਚੌਹਾਂ ਦੀਆਂ ਲਾਸ਼ਾਂ ਇੱਕ ਦੂਜੀ 'ਤੇ ਵਿਛੀਆਂ ਪਈਆਂ ਸਨ, ਜਿਸ ਤੋਂ ਜਾਪਦਾ ਸੀ ਮਰਨ ਤੋਂ ਪਹਿਲਾਂ ਇਹਨਾਂ ਭਾਗਿਆਂ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਇੱਕ ਦੂਜੇ ਉੱਤੇ ਝੁੱਕ ਕੇ ਆਪਣੇ ਆਪ ਉੱਤੇ ਮੌਤ ਦੇ ਵਾਰ ਝੱਲਣੇ ਚਾਹੇ ਸਨ।
ਚੌਂ ਨੂੰ ਹੀ ਇੰਨੀ ਬੁਰੀ ਤਰ੍ਹਾਂ ਵੱਡਿਆ ਟੁੱਕਿਆ ਗਿਆ ਸੀ ਕਿ ਨਸੀਮ ਇੱਕ ਤੱਕਣੀ ਤੋਂ ਵੱਧ ਇਸ ਬੇਹੱਸ ਨਜ਼ਾਰੇ ਨੂੰ ਵੇਖ ਨਾ ਸਕੀ। ਡਰ ਕੇ ਉਹਨੇ ਅੱਖਾਂ ਅੱਗੇ ਹੱਥ ਦੇ ਲਏ। ਖਾਸ ਕਰਕੇ ਜਨਾਨੀ ਦੀ ਹਾਲਤ ਅਸਲੋਂ ਹੀ ਡਰਾਉਣੀ ਬਣਾ ਦਿੱਤੀ ਗਈ ਸੀ। ਬਾਕੀ ਸਰੀਰ ਤੋਂ ਛੁੱਟ ਉਹਦੇ ਕੰਨ ਨੱਕ ਵੀ ਲਹੂ ਲੁਹਾਣ ਹੋਏ ਪਏ ਸਨ। ਜਿੱਥੋਂ ਪਤਾ ਲੱਗਦਾ ਸੀ ਨਿਰਦਈ ਲੁਟੇਰਿਆਂ ਨੇ ਵਿਚਾਰੀ ਦੇ ਗਹਿਣੇ ਉਤਾਰਨ ਵੇਲੇ ਸਖ਼ਤ ਬੇਸਬਰੀ ਅਤੇ ਬੇਦਰਦੀ ਤੋਂ ਕੰਮ ਲਿਆ ਹੋਏਗਾ। ਉੱਥੋਂ ਹਟ ਕੇ ਜਿਉਂ ਜਿਉਂ ਅਗਾਂਹ ਤੁਰਦੇ ਗਏ ਛੁੱਟ ਲਾਸ਼ਾਂ ਤੋਂ ਉਹਨਾਂ ਨੂੰ ਕੋਈ ਵੀ ਜਿਉਂਦਾ ਪ੍ਰਾਣੀ ਦਿਖਾਈ ਨਹੀਂ ਦਿੱਤਾ ਅਤੇ ਜਿਉਂ ਜਿਹੀ ਦੁਰਦਸ਼ਾ 'ਚ ਉਹਨਾਂ ਨੇ ਪਹਿਲੀ ਤੀਵੀਂ ਦੀ ਲਾਸ਼ ਵੇਖੀ ਸੀ। ਬਾਕੀ ਜਨਾਨੀਆਂ ਦੀ ਵੀ ਲਗਭਗ ਉਹੀ ਹਾਲਤ ਸੀ, ਜਿਨ੍ਹਾਂ ਵਿਚਾਰੀਆਂ ਨੇ ਚੋਰੀ ਚਕਾਰੀ ਦੇ ਡਰੋਂ ਆਪਣਾ ਸਾਰਾ ਗਹਿਣਾ ਹੱਥੀ ਕੰਨੀ ਪਾ ਕੇ ਉੱਪਰੋਂ ਕੱਪੜਿਆਂ ਨਾਲ ਕੱਜਿਆ ਮਿਟਿਆ ਸੀ ਤਾਂ ਜੋ ਚੋਰ ਉਹਨਾਂ ਦੀਆਂ ਗੰਢਾਂ ਪੋਟਲੀਆਂ ਲੈ ਵੀ ਜਾਣ ਤਾਂ ਘੱਟੋ ਘੱਟ ਤਾਂ ਉਹਨਾਂ ਪਾਸ ਬਚਿਆ ਰਹਿ ਸਕੇਗਾ। ਪਰ ਇਸ ਗਹਿਣੇ ਨੂੰ ਕਿਸ ਵਹਿਸ਼ੀਪੁਣੇ ਨਾਲ ਉਹਨਾਂ ਦੇ ਅੰਗਾਂ ਤੋਂ ਧੋਇਆ ਗਿਆ ਇਹ ਸਾਫ਼ ਦਿਸ ਰਿਹਾ ਸੀ। ਸਭ ਤੋਂ ਬਹੁਤੀ ਹੈਰਾਨੀ ਦੁੱਖ ਭਰੀ ਹੈਰਾਨੀ ਨਸੀਮ ਨੂੰ ਇਹ ਵੇਖ ਕੇ ਹੋਈ ਕਿ ਇਹਨਾਂ ਲਾਸ਼ਾਂ 'ਚ ਬੱਚੇ ਸਨ, ਬੁੱਢੀਆਂ ਅਤੇ ਅੱਧ ਖੜੂ ਉਮਰ ਦੀਆਂ ਜਨਾਨੀਆਂ ਸਨ, ਮਰਦ ਵੀ ਸਨ। ਪਰ ਉਹ ਜਿਹੜੀਆਂ ਪੰਜ ਸੱਤ ਕੁਆਰੀਆਂ ਅਤੇ ਸੱਜਵਿਆਈਆਂ ਮੁਟਿਆਰਾਂ ਉਹਦੇ ਨਾਲ ਸਾਰੇ ਰਾਹ ਆਪਣੇ ਦੁੱਖ ਦਰਦਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਆਈਆਂ ਸਨ, ਉਹਨਾਂ ਦਾ ਕਿਤੇ ਵੀ ਥੋ ਥਿੱਤਾ ਨਹੀਂ ਸੀ। ਬਾਬੇ ਤੋਂ ਅੱਗੇ ਅੱਗੇ ਤੁਰਦੀ ਹੋਈ ਨਸੀਮ ਹਰ ਇੱਕ ਲੋਥ ਨੂੰ ਡੂੰਘੇ ਧਿਆਨ ਨਾਲ ਤੱਕਦੀ ਜਾ ਰਹੀ ਸੀ, ਪਰ ਰੁਕਮਣ ਕਿਤੇ ਨਹੀਂ ਸੀ। ਛੇਕੜੋ ਇਸ ਨਤੀਜੇ 'ਤੇ ਪੁੱਜੀ ਕਿ ਬਾਬੇ ਦੇ ਕਹੇ ਅਨੁਸਾਰ ਉਹਨੂੰ ਵੀ ਦੂਸਰੀਆਂ ਜਵਾਨ ਕੁੜੀਆਂ ਦੇ ਨਾਲ ਹੀ ਲਿਜਾਇਆ ਗਿਆ। ਇਹਨਾਂ ਦਿਲ ਤੋੜਵੇਂ ਦ੍ਰਿਸ਼ਾਂ ਨੂੰ ਵੇਖਦੇ ਵੇਖਦੇ ਅਖੀਰ ਉਹ ਦੋਵੇਂ ਖੁੰਦਰ ਤੋਂ ਬਾਹਰ ਨਿਕਲ ਆਏ। ਬਾਹਰ ਚਿੱਟਾ ਚਾਨਣ ਸੀ, ਬੱਦਲ ਪਾੜ ਚੁੱਕੇ ਸੀ, ਪਥਰੀਲੇ ਮੈਦਾਨ 'ਚ ਲਾਸ਼ਾਂ ਜਿਉਂ ਦੀਆਂ ਤਿਉਂ ਮੌਜੂਦ ਸਨ। ਬਾਪੂ ਨੂੰ ਦੁਬਾਰਾ ਲਾਸ਼ਾਂ ਵੇਖ ਕੇ ਹੋਰ ਦੁੱਖ ਹੋਏਗਾ ਇਹ ਸੋਚ ਕੇ ਨਸੀਮ ਨੇ ਬਾਬੇ ਨੂੰ ਉਸੇ ਉੱਚੇ ਪੱਥਰ ਦੀ ਓਟ 'ਚ ਬਿਠਾ ਦਿੱਤਾ ਜਿੱਥੇ ਖਲੋ ਕੇ ਉਹਨੇ ਪ੍ਰਭਾਤ ਵੇਲੇ ਖੂਨੀ ਨਜ਼ਾਰਾ ਤੱਕਿਆ ਸੀ ਕਿ ਆਪ ਉਧਰੇ ਟੁਰ ਪਈ। ਬਾਬੇ ਦੀ ਦਿੱਤੀ ਹੋਈ ਕਟਾਰ ਉਹਨੇ ਫਿਰ ਡੱਬ 'ਚੋਂ ਕੱਢ ਕੇ ਹੱਥ 'ਚ ਫੜ ਲਈ। ਸਭ ਤੋਂ ਪਹਿਲਾਂ ਉਹਦੀ ਨਜ਼ਰ ਚੌਧਰੀ ਫਜ਼ਲ ਕਰੀਮ ਦੇ ਪੁੱਤਰ ਫਤਿਹ ਉਹਦੇ ਦੋਵਾਂ ਸਾਥੀਆਂ ਦੀਆਂ ਲੁੱਥਾਂ 'ਤੇ ਪਈ, ਜਿਹੜੇ ਵਿਚਾਰੇ ਇਹਨਾਂ ਦੀਆਂ ਜਾਨਾਂ ਬਚਾਉਣ ਲਈ ਘਰੋਂ ਨਿਕਲੇ ਸਨ, ਪਰ ਇਹਨਾਂ ਨੂੰ ਬਚਾਉਂਦੇ ਬਚਾਉਂਦੇ ਆਪ ਹੀ ਮੌਤ ਦਾ ਖਾਜਾ ਬਣ ਗਏ ਸੀ। ਨਸੀਮ ਨੇ ਵਾਰੋ ਵਾਰੀ ਇਹਨਾਂ ਸਭਨਾਂ ਨੂੰ ਉਸ ਸ਼ਰਧਾ ਅਤੇ ਭਗਤੀ ਭਾਵ ਨਾਲ ਤੱਕਿਆ ਜਿਸ ਨਾਲ ਉਹ ਆਪਣੇ ਕਿਸੇ ਪੀਰ ਮੁਰਸ਼ਦ ਨੂੰ ਹੀ ਤੱਕ ਸਕਦੀ ਸੀ। ਉਹਦੀਆਂ ਅੱਖਾਂ ਇਸ ਵੇਲੇ ਫਰਨ ਫਰਨ ਵਹਿ ਰਹੀਆਂ ਸਨ। ਘੜੀ ਮੁੜੀ ਇਹੋ ਪਛਤਾਵਾ ਉਹਦੇ ਕਲੇਜੇ 'ਚ ਘਾਹ ਕਰ ਰਿਹਾ ਸੀ ਕਿ ਜੇ ਪਤਾ ਹੁੰਦਾ ਕਿ ਇਹਨਾਂ ਵਿਚਾਰਿਆਂ ਨੇ ਅਜਾਈ ਮਾਰੇ ਜਾਣਾ ਤਾਂ ਕਿਉਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਤੁਰਦੇ? ਸਾਡੇ ਉੱਤੇ ਤਾਂ ਬਿਪਤਾ ਬਣੀ ਸੀ ਅਤੇ ਅਸੀਂ ਝੱਲਣੀ ਸੀ, ਪਰ ਇਹ ਵਿਚਾਰੇ ਅਤੇ ਆਪਣੇ ਟੁੱਟਦੇ ਦਿਲ ਨੂੰ ਸੰਭਾਲਦੀ ਅਗਾਂਹ ਤੁਰ ਪਈ। ਜਿਨ੍ਹਾਂ ਦੋਵਾਂ ਹਸਤੀਆਂ ਦੀ ਭਾਲ 'ਚੋਂ ਨਿਕਲੀ ਸੀ ਉਹਨਾਂ ਨੂੰ ਢੂੰਡਣ 'ਚ ਉਹਨੂੰ ਕੁਝ ਵੀ ਖੇਚਲ ਨਹੀਂ ਕਰਨੀ ਪਈ। ਬੂਟੇ ਸ਼ਾਹ ਅਤੇ ਅਜੀਜ਼ ਦੇ ਸਰੀਰ ਲਾਗੇ ਲਾਗੇ ਫੈਲੇ ਪਏ ਸਨ, ਗੋਲੀਆਂ ਅਤੇ ਬਰਛੀਆਂ ਨਾਲ ਵਿੰਨੇ ਹੋਏ। ਦੋਵੇਂ ਲੋਥਾਂ ਨਾਲੋਂ ਨਾਲ ਸਨ, ਮਾਨੋ ਮਰਨ ਵੇਲੇ ਵੀ ਉਹ ਇੱਕ ਦੂਜੇ ਤੋਂ ਦਰਾਡੇ ਹੋਣਾ ਬਰਦਾਸ਼ਤ ਨਹੀਂ ਸਨ ਕਰ ਸਕੇ। ਬੁਰਜ ਵਾਂਗ ਢਹਿ ਪਿਆ ਨਸੀਮ ਦਾ ਸਰੀਰ ਇਹਨਾਂ ਦੋਵਾਂ ਕੜੀ ਜਿੱਡੇ ਜਵਾਨਾਂ ਦੀਆਂ ਲੋਥਾਂ ਉੱਤੇ, ਬਿਨਾਂ ਇਸ ਗੱਲ ਦੀ ਸੋਚ ਵਿਚਾਰ ਕੀਤਿਆਂ ਕਿ ਲਹੂ ਨਾਲ ਉਹਦੇ ਕੱਪੜੇ ਵੀ ਦਾਗੀ ਹੋ ਜਾ। ਵੀਰ ਵੇ ਮੇਰੇ ਵੀਰਾਂ ਦੀ ਇਹ ਜੋੜੀਏ, ਪੁਕਾਰਦੀ ਹੋਈ ਉਹ ਕਦੀ ਇੱਕ ਦੇ ਗਲ ਨਾਲ ਲਿਪਟ ਜਾਂਦੀ, ਕਦੀ ਦੂਜੇ ਦੇ, ਮਾਂ ਨੂੰ ਵਾਸਤੇ ਪਾ ਪਾ ਕੇ ਇਹਨਾਂ ਦੋਵਾਂ ਸੁੱਤੇ ਸ਼ੇਰਾਂ ਨੂੰ ਜਗਾ ਰਹੀ ਸੀ, ਪਰ ਨਾ ਕਿਸੇ ਜਾਗਣਾ ਸੀ ਨਾ ਕੋਈ ਜਾਗਿਆ। ਅਖੀਰ ਸਿਸਕੀਆਂ ਭਰਦਿਆਂ ਭਰਦਿਆਂ ਜਦ ਉਹਨੂੰ ਬਾਬੇ ਦਾ ਖਿਆਲ ਆਇਆ ਜਿਹਨੂੰ ਉਹ ਇਕੱਲਿਆਂ ਛੱਡ ਆਈ ਸੀ, ਤਾਂ ਉਸੇ ਤਰ੍ਹਾਂ ਕੂੰਜ ਵਾਂਗ ਕੁਰਲਾਂਦੀ ਉੱਠ ਕੇ ਪਿਛਾਂ ਮੁੜ ਪਈ। ਇਸ ਵੇਲੇ ਅੱਖਾਂ 'ਚੋਂ ਵਹਿ ਰਹੇ ਹੰਝੂਆਂ ਦੇ ਕਾਰਨ ਉਹਨੂੰ ਰਸਤਾ ਦਿਸਣਾ ਔਖਾ ਹੋ ਰਿਹਾ ਸੀ। ਬਾਬੇ ਪਾਸ ਪਹੁੰਚਦਿਆਂ ਤੀਕ ਉਹਦਾ ਆਪਣੇ 'ਤੇ ਕਾਬੂ ਜਾਂਦਾ ਰਿਹਾ। ਹੁਣ ਤੀਕ ਜਿਹੜਾ ਧੀਰਜ ਅਤੇ ਹੌਸਲਾ ਉਹਦੇ ਦਿਲ ਨੂੰ ਥੰਮੀ ਖੜਾ ਸੀ ਉਹ ਬੇਕਾਰ ਹੋ ਗਿਆ। ਉਹਦੀਆਂ ਚੀਕਾਂ ਨਾਲ ਮੈਦਾਨ ਗੂੰਜ ਉੱਠਿਆ। ਜੋ ਕੁਝ ਉਹ ਅੱਖਾਂ ਨਾਲ ਤੱਕ ਕੇ ਆਈ ਸੀ ਜ਼ਬਾਨ ਨਾਲ ਬਾਬੇ ਅੱਗੇ ਪ੍ਰਗਟਾਉਣਾ ਚਾਹਿਆ, ਪਰ ਛੁੱਟ ਲੰਮੇ ਲੰਮੇ ਹਟਕੋਰਿਆਂ ਤੋਂ ਹੋਰ ਕੁਝ ਉਹਦੀ ਜ਼ਬਾਨੋਂ ਨਿਕਲ ਨਾ ਸਕਿਆ। ਉੱਧਰ ਬਾਬੇ ਦਾ ਰੰਗ ਢੰਗ ਇਸ ਵੇਲੇ ਨਸੀਮ ਨੂੰ ਬਹੁਤ ਹੀ ਅਨੋਖਾ ਮਾਲੂਮ ਹੋ ਰਿਹਾ ਸੀ, ਜਿਵੇਂ ਕਿਸੇ ਤਰ੍ਹਾਂ ਦਾ ਹਰਕ ਸੋਗ ਉਹਦੇ ਦਿਲ ਨੂੰ ਛੋਹ ਨਹੀਂ ਗਿਆ ਹੁੰਦਾ। ਉਹਦੀਆਂ ਤੁਕਾਂ ਦਾ ਉਚਾਰਨ ਉਸੇ ਤੇਜ਼ੀ ਅਤੇ ਠਰਮੇ ਨਾਲ ਜਾਰੀ ਸੀ, ਰੱਖੇ ਰੱਖਣਹਾਰ। ਬਾਬੇ ਨੇ ਉੱਚੀ ਸਾਰੀ ਇੱਕ ਸਾਹ ਲਿਆ ਅਤੇ ਫਿਰ ਨਸੀਮ ਦੀਆਂ ਰੋਂਦੀਆਂ ਅੱਖਾਂ ਵੱਲ ਤੱਕ ਕੇ ਕਹਿਣ ਲੱਗਾ, ਉਹਦਾ ਭਾਣਾ ਇਹੋ ਸੀ ਬੇਟਾ, ਧੀਰਜ ਕਰ, ਭਾਣੇ ਨੂੰ ਕੋਈ ਨਹੀਂ ਮੇਟ ਸਕਦਾ, ਕੋਈ ਨਹੀਂ ਮੇਟ ਸਕਦਾ। ਪਰ ਇਸ ਦਿਲਬਰੀ ਨੇ, ਇਸ ਗਿਆਨ ਨੇ ਨਸੀਮ ਉੱਤੇ ਉਲਟਾ ਅਸਰ ਕੀਤਾ। ਉਹਦੇ ਗਲੇ ਦੀ ਆਵਾਜ਼ ਅਤੇ ਅੱਖਾਂ ਦੇ ਪਾਣੀ ਨੇ ਹੋਰ ਜ਼ੋਰ ਫੜ ਲਿਆ। ਇਸੇ ਨੀਮ ਬੇਹੋਸ਼ੀ ਜਿਹੀ ਹਾਲਤ ਵਿੱਚ ਉਹ ਬਾਬੇ ਦੀ ਗੋਦ 'ਚ ਢਹਿ ਪਈ। ਬਾਬੇ ਦੇ ਹੱਥ ਨਸੀਮ ਦੇ ਸਿਰ 'ਤੇ ਪਿੱਠ 'ਤੇ ਫਿਰ ਰਹੇ ਸਨ।
ਨਸੀਮ ਦੀਆਂ ਸਿਸਕੀਆਂ ਹੌਲੀ ਹੌਲੀ ਘੱਟ ਰਹੀਆਂ ਸਨ, ਜਿਹੜੀਆਂ ਘੱਟਦੀਆਂ ਘੱਟਦੀਆਂ ਅਖੀਰ ਖਾਮੋਸ਼ੀ ਅਖਤਿਆਰ ਕਰ ਗਈਆਂ। ਹੁਣ ਨਸੀਮ ਦੀਆਂ ਪਲਕਾਂ ਮਿਲੀਆਂ ਹੋਈਆਂ ਸਨ। ਬਾਬੇ ਦੇ ਹੱਥ ਬਰਾਬਰ ਉਹਦੀ ਪਿੱਠ 'ਤੇ ਫਿਰ ਰਹੇ ਸਨ, ਜਿਨ੍ਹਾਂ ਦੇ ਸਰੂਰ ਭਰੇ ਨਿੱਘ ਨਾਲ ਨਸੀਮ ਦੀ ਸੁਰਤ ਕਿਸੇ ਅੱਤ ਡੂੰਘੀ ਬੇਖੁਦੀ 'ਚ ਉਤਰਦੀ ਜਾ ਰਹੀ ਸੀ। ਸਾਰੇ ਦੁੱਖ ਦਰਦ 'ਤੇ ਇਹਨਾਂ ਕੁਝ ਘੰਟਿਆਂ 'ਚ ਵੇਖੇ ਹੋਏ ਜੁਗਾਂ ਜਿੱਡੇ ਉਲਟ ਫੇਰ ਦਾ ਅਸਰ ਉਹਦੇ ਹਿਰਦੇ ਦੀ ਪੱਟੀ ਤੋਂ ਗਲਤ ਅੱਖਰਾਂ ਵਾਂਗ ਮਿਟ ਚੁੱਕਾ ਸੀ। ਨਸੀਮ ਦੀ ਰੂਹ ਇਸ ਵੇਲੇ ਬਾਬੇ ਦੇ ਮੂੰਹ ਉਚਾਰੀਆਂ ਜਾ ਰਹੀਆਂ ਤੁਕਾਂ ਰੱਖੇ ਰੱਖਣਹਾਰ ਵਿੱਚੋਂ ਕਿਸੇ ਅਨੰਤ ਦੇ ਅਟੁੱਟ ਸੁਆਦ ਦਾ ਅਨੁਭਵ ਕਰ ਰਹੀ ਸੀ। ਮਾਨੋ ਇਹਨਾਂ ਤੁਕਾਂ ਦਾ ਇੱਕ ਇੱਕ ਅੱਖਰ ਉਹਦੇ ਹਿਰਦੇ 'ਚ ਅੰਮ੍ਰਿਤ ਦੀਆਂ ਨਿਆਂ ਬਣ ਕੇ ਪ੍ਰਵੇਸ਼ ਕਰੀ ਜਾ ਰਿਹਾ ਸੀ। ਨਸੀਮ ਸਾਰੀ ਦੀ ਸਾਰੀ ਇਸ ਵੇਲੇ ਕਿਸੇ ਹੌਲੇ ਅਤੇ ਅੱਤ ਕੋਮਲ ਜਿਹੇ ਖੀਵੇਪਨ ਦੇ ਰਸ ਮੰਡਲ 'ਚ ਗੁਆਚ ਚੁੱਕੀ ਸੀ। ਬਾਬੇ ਦਾ ਫਿਰਦਾ ਫਿਰਦਾ ਹੱਥ ਰੁਕ ਗਿਆ ਜਦ ਉਹਨੇ ਨਸੀਮ ਦੇ ਲੰਮੇ ਲੰਮੇ ਸਵਾਸਾਂ ਤੋਂ ਉਹਦੇ ਸੁੱਤੀ ਹੋਣ ਦਾ ਅਨੁਮਾਨ ਲਾਇਆ। ਮਤੇ ਹੱਥ ਦੀ ਹਰਕਤ ਦੇ ਕਾਰਨ ਉਹਦੀ ਨੀਂਦਰ ਨਾ ਉਚਾਟ ਹੋ ਜਾਏ। ਉਹ ਜਾਣਦਾ ਸੀ ਕਈਆਂ ਰਾਤਾਂ ਦੇ ਉਹ ਨੀਂਦੇ ਅਤੇ ਥੱਕੇਵੇਂ ਦੀ ਭੰਨੀ ਹੋਈ ਨਸੀਮ ਇਸ ਵੇਲੇ ਨੀਂਦਰ ਦੀ ਮਿੱਠੀ ਪੀਂਘ ਝੂਟ ਰਹੀ ਸੀ। ਉਸੇ ਤਰ੍ਹਾਂ ਜਿੱਕਣ ਕੋਈ ਦੁੱਧ ਚੁੰਘਦਾ ਬੱਚਾ ਆਪਣੀ ਮਾਂ ਦੀ ਛਾਤੀ ਨਾਲ ਲੱਗ ਕੇ ਸੌਂ ਜਾਂਦਾ ਹੈ। ਹੱਥ ਰੁਕ ਜਾਣ 'ਤੇ ਵੀ ਬਾਬੇ ਦੀ ਜ਼ਬਾਨ ਦੀ ਰਵਾਨੀ ਉਵੇਂ ਜਾਰੀ ਸੀ, ਰੱਖੇ ਰੱਖਣ ਹਾਰ। ਅਖੀਰਲਾ ਅੰਗ ਬਾਈਵਾਂ। ਬੱਦਲ ਛਣ ਚੁੱਕੇ ਸਨ ਅਤੇ ਸੂਰਜ ਦੀ ਲਹੂ ਰੰਗੀ ਲਾਲੀ ਹੁਣ ਅੱਗ ਦੀਆਂ ਲਾਟਾਂ ਵਰਗੀ ਸ਼ਕਲ 'ਚ ਬਦਲਦੀ ਜਾ ਰਹੀ ਸੀ। ਨਸੀਮ ਅਜੇ ਤੀਕ ਬਾਬੇ ਦੀ ਗੋਦ 'ਚ ਸੁੱਤੀ ਹੋਈ ਸੀ, ਜਿਹਦੇ ਭਾਰ ਨਾਲ ਬਾਬੇ ਦੀਆਂ ਲੱਤਾਂ ਵਿੱਚ ਹਜ਼ਾਰਾਂ ਕੀੜੀਆਂ ਦੇ ਤੁਰਨ ਵਾਂਗ ਤਕਲੀਫ ਹੋ ਰਹੀ ਸੀ। ਪਰ ਫਿਰ ਵੀ ਲੱਗਦੀ ਵਾਹ ਉਹ ਲੱਤਾਂ ਨੂੰ ਹਿੱਲਣ ਤੋਂ ਰੋਕ ਰਿਹਾ ਸੀ ਤਾਂ ਜੋ ਬੱਚੀ ਦੀ ਨੀਂਦਰ 'ਚ ਵਿਘਨ ਨਾ ਪਏ। ਅਖੀਰ ਜਦ ਨਸੀਮ ਨੇ ਆਪਣੇ ਆਪ ਹੀ ਅੱਖਾਂ ਖੋਲੀਆਂ ਤਾਂ ਮਮਤਾ 'ਚ ਭਿੱਜੀ ਹੋਈ ਸੁਰ 'ਚ ਬਾਬਾ ਬੋਲਿਆ, ਉੱਠ ਬੇਟਾ, ਇਹ ਸੌਣ ਦਾ ਵੇਲਾ ਨਹੀਂ। ਜਿਨ੍ਹਾਂ ਨੂੰ ਮੌਤ ਲੈ ਗਈ ਉਹ ਤਾਂ ਸਾਰੇ ਤਸੀਹਾਂ ਫਿਕਰਾਂ ਤੋਂ ਛੁੱਟ ਗਏ, ਪਰ ਅਸੀਂ ਅਜੇ ਜਿਉਂਦੇ ਹਾਂ, ਸਾਨੂੰ ਹੁਣੇ ਤੋਂ ਬਚ ਕੇ ਨਿਕਲਣ ਦਾ ਕੋਈ ਉਪਰਾਲਾ ਕਰਨਾ ਚਾਹੀਦਾ। ਨਸੀਮ ਇਸ ਤਰ੍ਹਾਂ ਅੱਖਾਂ ਫੁਲਾਈ ਉਸ ਵੱਲ ਤੱਕ ਰਹੀ ਸੀ ਜਿਵੇਂ ਬਾਬੇ ਦੀਆਂ ਗੱਲਾਂ ਉਹਨੂੰ ਕੰਨਾਂ ਥਾਣੀ ਨਹੀਂ ਸੁਣੀਆਂ ਜਾ ਰਹੀਆਂ, ਸੀਨਾ ਚੀਰ ਕੇ ਉਹਦੇ ਅੰਦਰ ਦਾਖਲ ਹੋ ਰਹੀਆਂ ਨੇ। ਇਹਨਾਂ ਗੱਲਾਂ ਨੂੰ ਸੁਣਦਿਆਂ ਨਸੀਮ ਦੀ ਫਰਾਮੋਸ਼ੀ ਦੀਆਂ ਵਾਦੀਆਂ 'ਚ ਗੁਆਚੀ ਰੂਹ ਜਿਵੇਂ ਆਪਣੇ ਅਸਲ ਟਿਕਾਣੇ ਮੁੜ ਆਈ। ਬੀਤ ਚੁੱਕੀ ਘਟਨਾ ਇੱਕ ਖੌਫਨਾਕ ਜਿਹੀ ਤਸਵੀਰ ਬਣ ਕੇ ਉਹਦੀਆਂ ਅੱਖਾਂ ਅੱਗੇ ਉੱਗੜਨੀ ਸ਼ੁਰੂ ਹੋ ਗਈ। ਉੱਪਰੋਂ ਥਲੀ ਜਿਸ ਤਰ੍ਹਾਂ ਤੋਪ ਦੇ ਕਈ ਗੋਲੇ ਪਾਟਦੇ ਹਨ, ਨਸੀਬ ਦੇ ਅੰਦਰੋਂ ਆਵਾਜ਼ਾਂ ਪੈਦਾ ਹੋਣ ਲੱਗੀਆਂ। ਅਜੀਜ਼ ਵੀਰ ਮਾਰਿਆ ਗਿਆ, ਵੱਡਾ ਭਾ ਕਤਲ ਕਰਤਾ ਗਿਆ, ਰੁਕਮਣ ਭਾਬੀ ਨੂੰ ਚੁੱਕ ਕੇ ਲੈ ਗਏ, ਬਾਪੂ ਦਾ ਉਹ ਟਰੰਕ ਜਿਸ ਬਾਬਤ ਆਉਣ ਲੱਗਿਆਂ ਚੌਧਰੀ ਨੇ 20-25 ਹਜ਼ਾਰ ਦੀ ਜੋਖੋਂ ਕਹਿ ਕੇ ਸੰਭਾਲ ਕੀਤਾ ਸੀ ਉਹ ਵੀ ਚੁਰਾਇਆ ਗਿਆ, ਅਤੇ ਨਾਲੇ ਮੇਰਾ ਉਹ ਛੋਟਾ ਟਰੰਕ ਵੀ। ਰੋਣਾ ਪੁੱਤਰ, ਬਾਬੇ ਨੇ ਆਪਣਾ ਕੰਬਦਾ ਹੱਥ ਉਹਦੇ ਸਿਰ 'ਤੇ ਫੇਰਦਿਆਂ ਕਿਹਾ, ਕਿਹੜੀ ਗੱਲ ਨੂੰ ਰੋਨੀ ਹੈ ਝੱਲੀਏ, ਇਸ ਦੁਨੀਆਂ 'ਚ ਕੌਣ ਹੈ ਕਿਸੇ ਦਾ, ਸਾਡਾ ਉਹਨਾਂ ਨਾਲ ਇੰਨਾ ਹੀ ਸੰਬੰਧ ਸੀ, 4 ਦਿਨਾਂ ਦਾ ਲੈਣਾ ਦੇਣਾ ਸੀ, ਚੁੱਕਦਾ ਕਰਕੇ ਚੱਲਦੇ ਬਣੇ। ਇਹ ਦੁਨੀਆਂ ਚੱਲਦੀ ਸਰਾਂ ਬੇਟਾ, ਕਿਸੇ ਨੇ 4 ਦਿਨ ਅੱਗੇ, ਕਿਸੇ ਨੇ ਪਿੱਛੇ, ਇੱਥੋਂ ਜਾਣਾ ਹੈ ਪੁੱਤਰੀ, ਬੰਦ ਕਰ ਇਹ ਰੋਣਾ ਧੋਣਾ ਅਤੇ ਉਸ ਦਾਤੇ ਦੀ ਦਰਗਾਹ 'ਚ ਸਿਰ ਝੁਕਾ ਕੇ ਸਿਜਦਾ ਕਰ। ਸਿਜਦਾ ਕਰ ਤੋਂ ਅੱਗੇ ਬਾਬਾ ਕੀ ਕੁਝ ਕਹਿ ਗਿਆ ਨਸੀਮ ਦੇ ਕੰਨ ਨਹੀਂ ਸੁਣ ਸਕੇ। ਇਸ ਸਿਜਦਾ ਸ਼ਬਦ ਨੇ ਉਹਦੀਆਂ ਸਾਰੀਆਂ ਅੰਤਰੀਮ ਸ਼ਕਤੀਆਂ ਨੂੰ ਕਿਸੇ ਹੋਰ ਪਾਸੇ ਮੋੜ ਦਿੱਤਾ। ਥੋੜ੍ਹੀ ਦੇਰ ਬਾਅਦ ਨਸੀਮ ਬਾਬੇ ਨੂੰ ਮੋਢੇ ਦਾ ਸਹਾਰਾ ਦਿੱਤੀ ਇੱਕ ਪਾਸੇ ਤੁਰੀ ਜਾ ਰਹੀ ਸੀ। ਬਾਬਾ ਉਹਦੇ ਕਦਮਾਂ ਨਾਲ ਕਦਮ ਮੇਲ ਕੇ ਤੁਰਦਾ ਹੋਇਆ ਕੀ ਕਹਿੰਦਾ ਆ ਰਿਹਾ, ਸਾਰੇ ਗਿਆਨ ਗੋਸ਼ਟ 'ਚ ਕੇਵਲ ਇਹ ਇੱਕ ਸਿਜਦਾ ਕਰ ਹੀ ਉਹਦੇ ਹਿਰਦੇ ਦੀ ਪੱਟੀ 'ਤੇ ਚਮਕਦਾ ਰਹਿ ਗਿਆ, ਹੋਰ ਕੁਝ ਨਹੀਂ। ਨਸੀਮ ਦਾ ਸਿਰ ਝੁਕਿਆ ਹੋਇਆ ਸੀ, ਕਿਸੇ ਇੱਟਾਂ ਪੱਥਰਾਂ ਦੀ ਇਬਾਦਤ ਗਾਹ 'ਚ ਨਹੀਂ, ਕਿਸੇ ਉਸ ਰੂਹਾਨੀ ਇਬਾਦਤ ਗਾਹ 'ਚ ਜਿਹਦਾ ਥੌ ਉਹਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਅਲਮਸਤ ਫਕੀਰ ਨੇ ਦਿੱਤਾ ਸੀ। ਅੰਦਰ ਤੇਰੇ ਕਾਦਰ ਵਸਦਾ, ਉਹਨੂੰ ਸਿਜਦਾ ਕਰਿਆ ਕਰ। ਹਿਰਦੇ 'ਚ ਗੂੰਜਦੀ ਗੂੰਜਦੀ ਕਦੋਂ ਉਹ ਰੂਹਾਨੀ ਗੀਤ ਦੀ ਸਦਾ ਉਸਦੇ ਗਲੇ ਥਾਣੀ ਲੰਘਦੀ ਹੋਠਾਂ 'ਚ ਆ ਪ੍ਰਗਟ ਹੋਈ। ਨਸੀਮ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਉਪਰਾਮਤਾ ਅਤੇ ਉਦਾਸੀ ਦੀਆਂ ਮਾਰੂ ਘਾਟੀਆਂ 'ਚ ਠੋਕਰਾਂ ਖਾ ਖਾ ਕੇ ਲੰਘ ਚੁੱਕਾ ਨਸੀਮ ਦਾ ਮਨ ਇਸ ਵੇਲੇ ਕਿਸੇ ਅਮਨ ਦੀ ਦੁਨੀਆਂ 'ਚ, ਕਿਸੇ ਟਿਕਾਓ ਦੇ ਸਕੂਨ ਦੇ ਆਲਮ 'ਚ ਅਟਖੇਲੀਆਂ ਲੈ ਰਿਹਾ ਸੀ। ਮੋਇਆਂ ਦੇ ਗਮ ਅਤੇ ਜਿਉਂਦਿਆਂ ਦਾ ਸਹਿਮ, ਇਹ ਸਭ ਕੁਝ ਇਸ ਵੇਲੇ ਨਸੀਮ ਦੇ ਅਲਾਪੇ ਜਾ ਰਹੇ ਗੀਤ ਦੇ ਨਾਲ ਨਾਲ ਉਹਦੇ ਹਿਰਦੇ 'ਚੋਂ ਨਿਕਲ ਕੇ ਆਕਾਸ਼ ਦੇ ਫੈਲਾਓ 'ਚ ਰਲਦਾ ਜਾਂਦਾ ਸੀ। ਖੁੰਦਰ 'ਚ ਦਾਖਲ ਹੁੰਦਿਆਂ ਹੁੰਦਿਆਂ ਨਸੀਮ ਨੇ ਅਨੁਭਵ ਕੀਤਾ ਜਿਵੇਂ ਉਹਦੇ ਹਿਰਦੇ ਦੇ ਆਕਾਸ਼ 'ਚੋਂ ਦੁੱਖਾਂ ਦੇ ਸਾਰੇ ਬੱਦਲ ਛਣ ਚੁੱਕੇ ਹਨ। ਹੌਕਿਆਂ 'ਤੇ ਹਾਵਿਆਂ ਦੀ ਚੱਕੀ 'ਚ ਪੀਠਾ ਜਾ ਰਿਹਾ ਉਹਦਾ ਆਪਾ
इस वेले किसी विकास च जगमगा रहा सी। उदियां अखां च निराशता की थां दृढ़ता चमक रही सी। उदे कदमां च शिथिलता की थां बरसाती नाले वर्गी रवानी सी। नसीम दियां अखां जदों तां उठ के बाबे दियां अखां च जा गड्डियां तां उहने महसूस कीता कि दोहां दे होंठ फरक रहे ते गला कुछ उचार रहा है, अल्लाह ही अल्लाह करिया कर ते ठंडे दम ना भरिया कर, अंदर तेरे कादर वसदा उहनूं सिजदा करिया कर। हौली हौली संभल संभल के दोवें खुंदर च टुरे जा रहे सन ते गीत दी मस्ती च झूम रहे सन। मौत जिन्हें उन्हां दे रस्ते च कदम कदम ते लहू ते लोथां दी नुमाइश ला रखी सी, इस वेले ना उन्हां दे कदमां विच ते ना ही आवाज़ च कोई रुकावट पा रही सी। मानो लोथां नाल अट्टी हुई इस खोह विच होण दे थां उह किसी उड्डन खटोले च बैठे आकाश च उड रहे सन। गीत जद खात्मे दे नैणां दी किश्ती विच चलिया ते पहुंचिया तां नसीम उत्ते इक गूढ़े विस्माद दा रंग छाया होया सी। उहनूं अपनी हीनता ते दीनता दा अहसास भुल चुका सी, मानो सारी दुनिया नूं बदल देण दी शक्ति उहदे अंदर मौजूद होवे। किन्नी अनोखी ते हैरानी भरी है इह कुदरत, कुदरत दी इह खेड, जदकि किसी की इको छो नाल किसी की हाहाकार गीतां च बदल जांदी है, जदकि मौत दे परछावियां हेठ ना केवल मिठी नींदे सुत्ता जा सकता है सगों वजद चाके गाया भी जा सकता है। जरूर यह कोई गैबी ताकत है जिदे असरां नाल सूली ते टंगिया होया मंसूर अनहल हक दा गीत छो सकिया सी। तियारे दे दंदिया नाल उलीके जा रहे मतीदास दे मूँह आरा प्यारा लगत है दी सुरीली धुनी निकल सकती सी। की यह दिख ते अगोचर शक्ति मानवता दी समझ तो परे दी चीज़ नहीं? अलौकिक शक्ति दे इसे सूरे दी कोई किरण इस वेले इन्हां दोवां वतन छोड़ां दी आत्मा उत्ते कितों आ पई जापती सी। गीत दे खात्मे ने जिवें बाबे दी रूह नूं रस मंडल च धू के बाहर लिया सुटिया। उह इक वारी नज़र भर के नसीम वल तकिया किसी ऐसे भाव नाल मानो उहदी दुनिया इस वेले सुकड़दी सुकड़दी केवल एक 18 साल दी बच्ची मात्र बन के उहदियां अखां अगे बाकी रह गई होवे। होर कुछ भी नहीं, कादर दी सारी कायनात जिवें इस छोटे जे कोमल जे जिसम च बदल गई होवे। जिन्ना चिर इस गीत दा उचारण जारी रहा नसीम नूं पता नहीं सी लग्या उह किस पासे किस मतलब लई टुरी जा रही है, पर इहदे मुकदिआं ही जद उहने इधर उधर नज़र दौड़ा के तकिया तां उहने खुंदर च जाण दे थां अपने आप नूं बाबे समेत फिर उहनां दी लोथां विचाले खड़ी तकिया जिन्हां उत्ते उह वीर वीर कूकदी हुई हुण तों थोड़ी देर पहलां हंझू वहा के गई सी। नसीम एक बारी फिर उन्होंने लोथां कोल बैठ गई ते तद तीक बैठी रही जद तीक बाबे ने बाहों फड़ के उन्हें दोबारा खड़िया नहीं करता। तो नसीम जद उठ खड़ोती तो गम दियां छिद्र चुकियां घटावां फिर उहदे दिल ते छा गईआं। इत्थों जाण दा सवाल उलझनदार सी, पर इदों भी वड्डी उलझण इस गल दी सी कि इन्हां लोथां दा की कीता जाए, इन्हां नूं इदां ही छड्ड के तुर पिया जाए। इस गल नूं दोहां चों किसे दा भी दिल बर्दाश्त ना कर सकिया। अखीर यह फैसला होया कि जिस तरह भी हो सके सड़क तीक पहुँचा जाए। इन्ना उन्होंने पता सी कि सड़क तो अक्सर मिलटरी दियां लारियां ते ट्रक लंघते रहिंदे हन जिन्हां दी आवाजाई इन्हां फसादां दे दिनां च काफ़ी हो गई सी। चकवाल आदि थावां ते रिफ्यूजी कैंप कायम सन ते लारियां ट्रकां राहीं पिंडां विचों मुसीबत मारियां नूं लद लद के उन्हां च पहुँचाया जांदा सी। लाशां नूं भी मिलटरी दी मदद नाल टिकाणे लाया जांदा सी। सो इसे फैसले ते अपड़ के दोवें सड़क तीक पहुंचण लई तैयार हो पई। खतरा अजे भी काफ़ी सी क्योंकि कोई पता नहीं सी किहड़े वेले कोई होर टोला लंघदा लंघदा इन्हां नूं खत्म कर जाए, पर उह दोवें इन्हां खतरियां तों हुण लापरवाह हो चुके सन। मौत दे राज विच, मौत दी दुनिया विच, मौत दे ही साए हेठ खलोतियां शायद मौत उन्नी डरौनी नहीं रहिंदी जिन्नी उहदे सामराज तों बाहर हुंदे होए असीं महसूस करदे हां। दोवें इस फैसले अनुसार खुंदर वल मुड़ पए तां जो उत्थों कपड़ा लत्ता समेट के लै आउण, पर 5-10 कदम जाके बाबे दे कदम एक वारी फिर रुक गए। पर खुंदर दे मूँह अगे पई हुई इक लाश नूं 2-3 मरियल जे कुत्ते खराब करदे उन्हें तके। सीमा कदम रोक के बाबे ने कहा, पुत्तर जे असीं चले गए तां मगरों इलां कुत्तियां ने इन्हां दी बुरी हालत कर देनी है, फिर की कीता जाए बापू जी? नसीम ने सवाल किया। मेरी सलाह, बाबे ने इधर उधर तकदियां क्या, कोई हथियार वेखां जे किते लभ पवे। बिना पुछिया हथियार दा इस वेले की काम, नसीम सारियां लाशां दे आले दुआले फिरदी हुई भाल करन लगी ते उहनूं बहुत ही खोज ना करनी पई।
ਛੇਤੀ ਇੱਕ ਟੁੱਟੀ ਹੋਈ ਬਰਛੀ, ਦੋ ਕੁਹਾੜੀਆਂ, ਇੱਕ ਛੁਰਾ ਵੀ ਉਹਨੂੰ ਲੱਭ ਪਿਆ। ਇੱਕ ਕਟਾਰ ਉਹਦੇ ਆਪਣੇ ਕੋਲ ਵੀ ਸੀ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਬਾਬੇ ਪਾਸ ਪਹੁੰਚੀ, ਜਿਹੜਾ ਫਿਰ ਬੂਟੇ ਸ਼ਾਹ ਅਤੇ ਅਜੀਜ਼ ਦੀਆਂ ਲੋਥਾਂ ਕੋਲ ਜਾ ਬੈਠਾ ਸੀ। ਬਸ ਇਹਨਾਂ ਕੁਹਾੜੀਆਂ ਨਾਲ ਕੰਮ ਬਣ ਜਾਏਗਾ, ਕਹਿ ਕੇ ਬਾਬੇ ਨੇ ਇੱਕ ਆਪ ਫੜ ਲਈ, ਦੂਜੀ ਨਸੀਮ ਨੂੰ ਫੜਨ ਲਈ ਕਿਹਾ। ਟੋਇਆ ਪੁੱਟਣ ਦੀ ਲੋੜ ਨਹੀਂ ਸੀ, ਥਾਂ ਥਾਂ ਵੱਡੇ ਵੱਡੇ ਅਤੇ ਕਾਫ਼ੀ ਡੂੰਘੇ ਡੂੰਘੇ ਪਹਾੜੀ ਘੁਰੇ ਬਣੇ ਹੋਏ ਸਨ। ਇਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਘੁਰਾ ਜਿਹੜਾ ਹੈ ਵੀ ਨੇੜੇ ਸੀ, ਵੇਖ ਕੇ ਬਾਬੇ ਨੇ ਨਸੀਮ ਨੂੰ ਕਿਹਾ, ਪੁੱਤਰ। ਉਹਨੇ ਨਸੀਮ ਨੂੰ ਆਪਣੀ ਵਿਉਂਤ ਸਮਝਾ ਦਿੱਤੀ। ਹੁਣ ਦੋਵੇਂ ਸੜਕ ਵੱਲ ਜਾਣ ਦਾ ਖਿਆਲ ਵਿੱਚੇ ਛੱਡ ਕੇ ਇੱਕ ਲੰਮੇ ਕੰਮ 'ਚ ਜੁੱਟ ਪਏ। ਸਰਹੰਦਿਓਂ ਦੋਵੇਂ ਜਣੇ ਲੋਥਾਂ ਨੂੰ ਫੜ ਕੇ ਚੁੱਕਦੇ ਅਤੇ ਲਿਆ ਲਿਆ ਕੇ ਉਸ ਘੁਰੇ 'ਚ ਸੁੱਟੀ ਜਾਂਦੇ। ਕੰਮ ਬੜੇ ਤਕੜੇ ਦਿਲ ਅਤੇ ਸਰੀਰ ਦੇ ਕਰਨ ਵਾਲਾ ਸੀ ਅਤੇ ਇਹਨੂੰ ਕਰ ਰਹੇ ਸਨ ਕੌਣ? ਇੱਕ 17 ਵਰ੍ਹਿਆਂ ਦਾ ਬਿਰਧ ਅਤੇ ਇੱਕ 18 ਵਰ੍ਹਿਆਂ ਦੀ ਸੋਲ ਜੀ ਬਾਲੜੀ। ਪਤਾ ਨਹੀਂ ਕਿੱਥੋਂ ਇਹਨਾਂ ਦੋਹਾਂ ਵਿੱਚ ਇੰਨੀ ਤਾਕਤ ਆ ਗਈ ਕਿ ਬਿਨਾਂ ਕਿਸੇ ਤਰ੍ਹਾਂ ਦੀ ਹਿਚਕਚਾਹਟ ਤੋਂ ਅਤੇ ਬਿਨਾਂ ਥਕਾਵਟ ਦੇ ਅਹਿਸਾਸ ਤੋਂ ਇਹ ਦੋਵੇਂ ਤਦ ਇਸ ਕੰਮ 'ਚ ਜੁਟੇ ਰਹੇ ਜਦਤੀ ਖੁੰਦਰ ਦੇ ਅੰਦਰ ਅਤੇ ਬਾਹਰ ਦੀਆਂ ਸਾਰੀਆਂ ਲੋਥਾਂ ਸਾਂਭੀਆਂ ਨਾ ਗਈਆਂ। ਇਸ ਕੰਮ 'ਚ ਘੱਟੋ ਘੱਟ 4-5 ਘੰਟੇ ਵਕਤ ਲੱਗ ਗਿਆ। ਦੋਵੇਂ ਕਾਫ਼ੀ ਥੱਕ ਗਏ ਸਨ, ਭੁੱਖ ਤ੍ਰੇਹ ਨੇ ਵੀ ਕਾਫ਼ੀ ਗਲਬਾ ਪਾ ਲਿਆ ਸੀ। ਇੱਥੋਂ ਛੁੱਟ ਲੋਥਾਂ ਨੂੰ ਢੋਂਦਿਆਂ ਢੋਂਦਿਆਂ ਦੋਹਾਂ ਦੇ ਕੱਪੜੇ ਲਹੂ ਨਾਲ ਲੱਥਪੱਥ ਹੋ ਗਏ ਸਨ। ਇਸ ਕੰਮ ਤੋਂ ਵਿਹਲੇ ਹੋ ਕੇ ਦੋਹਾਂ ਨੇ ਜਦਕਿ ਕਈਆਂ ਡੰਗਾਂ ਦੇ ਭੁੱਖੇ ਧਿਆਏ ਸਨ, ਲਾਗੇ ਵਹਿੰਦੇ ਇੱਕ ਚੋਏ 'ਚੋਂ ਹੱਥ ਪੈਰ ਅਤੇ ਮੂੰਹ ਧੋਤੇ ਅਤੇ ਥੋੜ੍ਹੀ ਦੇਰ ਲਈ ਬੈਠ ਗਏ। ਚਲੋ ਬਾਪੂ ਜੀ, ਕਹਿ ਕੇ ਨਸੀਮ ਝੱਟ ਉੱਠ ਖੜੋ। ਹੁਣ ਉਸਨੂੰ ਸਮਝ ਆਈ ਕਿ ਬਾਬੇ ਨੇ ਕੁਹਾੜੀਆਂ ਕੀ ਕਰਨੀਆਂ ਸਨ। ਬੂਹੀ ਦੇ ਝਾੜ ਬੜੇ ਬੜੇ ਸੰਘਣੇ ਖੜੋਤੇ ਸਨ, ਦੋਹਾਂ ਨੇ ਕੁਹਾੜੀਆਂ ਨਾਲ ਵੱਢਣੇ ਸ਼ੁਰੂ ਕਰ ਦਿੱਤੇ। 2 ਕੁ ਘੰਟਿਆਂ ਦੀ ਮਿਹਨਤ ਨਾਲ ਉਹਨਾਂ ਨੇ ਬੂਹੀ ਦਾ ਇੱਕ ਅੱਛਾ ਤਕੜਾ ਢੇਰ ਲਾ ਦਿੱਤਾ, ਫਿਰ ਥੱਬੇ ਭਰ ਭਰ ਕੇ ਉਹਨੂੰ ਉਸੇ ਘੁਰੇ 'ਚ ਸੁੱਟਣਾ ਸ਼ੁਰੂ ਕਰ ਦਿੱਤਾ। ਲਾਸ਼ਾਂ ਜਦ ਚੰਗੀ ਤਰ੍ਹਾਂ ਬੂਹੀ ਨਾਲ ਢੱਕੀਆਂ ਗਈਆਂ, ਕਿਤੋਂ ਵੀ ਕਿਸੇ ਦਾ ਕੋਈ ਅੰਗ ਨੰਗਾ ਨਾ ਰਿਹਾ, ਤਾਂ ਦੋਹਾਂ ਨੇ ਕੁਹਾੜੀਆਂ ਹੱਥੋਂ ਰੱਖ ਦਿੱਤੀਆਂ। ਬਾਬੇ ਨੇ ਨਸੀਮ ਦੇ ਹੱਥ ਵੇਖੇ ਲਾਲ ਸੂਏ ਹੋ ਰਹੇ ਸਨ ਅਤੇ ਥਾਂ ਥਾਂ ਉਹਨਾਂ 'ਤੇ ਛਾਲੇ ਉੱਭਰ ਆਏ ਸਨ, ਜਿਨ੍ਹਾਂ ਨੂੰ ਵੇਖ ਕੇ ਬਾਬੇ ਦਾ ਦਿਲ ਭਰ ਆਇਆ। ਥੱਕ ਗਈ ਹੈ ਬੱਚੜੀ? ਉਹਨੇ ਡੂੰਘੇ ਪਿੱਤਰੀ ਮੂੰਹ 'ਚ ਭਰ ਕੇ ਕਿਹਾ। ਪਰ ਸ਼ਾਮਾਂ ਪੈ ਚੱਲੀਆਂ ਨੇ ਪੁੱਤਰੀ, ਬਾਬੇ ਦੀਆਂ ਅੱਖਾਂ 'ਚ ਤਰਸ ਰਲਵਾਂ ਪਿਆਰ ਛਲਕ ਰਿਹਾ ਸੀ। ਆਰਾਮ ਕਰਨ ਦਾ ਹੁਣ ਵੇਲਾ ਨਹੀਂ, ਜੇ ਕਿਸੇ ਤਰ੍ਹਾਂ ਅਸੀਂ ਰਾਤ ਤੋਂ ਪਹਿਲਾਂ ਟੁਰਨਾਲੀ ਪਹੁੰਚ ਜਾਂਦੇ ਤਾਂ ਚੰਗਾ ਸੀ, ਉੱਥੋਂ ਖੌੜ ਨੂੰ ਜਾਣ ਵਾਲੀ ਸੜਕ ਨੇੜੇ ਹੀ ਲੱਗਦੀ ਹੈ, ਮਤੇ ਕੋਈ ਮਿਲਟਰੀ ਦੀ ਲਾਰੀ ਮਿਲ ਜਾਏ ਉੱਥੇ ਜਾ ਕੇ। ਚਲੋ ਬਾਪੂ ਜੀ, ਕਹਿ ਕੇ ਨਸੀਮ ਝੱਟ ਤਿਆਰ ਹੋ ਖਲੋਤੀ। ਬਾਬਾ ਆਪਣੀ ਬੇਰਹਿਮੀ ਉੱਤੇ ਸ਼ਰਮਸਾਰ ਸੀ, ਪਰ ਤੁਰ ਪੈਣ ਤੋਂ ਬਿਨਾਂ ਹੁਣ ਕੋਈ ਚਾਰਾ ਨਹੀਂ ਸੀ। ਜਦ ਇਹ ਦੋਵੇਂ ਖੁੰਦਰ 'ਚੋਂ ਆਪਣੀਆਂ ਦੋਵੇਂ ਗੰਢੜੀਆਂ ਚੁੱਕ ਕੇ ਬਾਹਰ ਨਿਕਲ ਰਹੇ ਸਨ, ਸਾਰੇ ਦਿਨ ਦਾ ਥੱਕਿਆ ਹੋਇਆ ਸੂਰਜ ਵੀ ਆਪਣਾ ਸਫ਼ਰ ਖਤਮ ਕਰਕੇ ਦੁਨੀਆਂ ਵਾਲਿਆਂ ਨੂੰ ਸਿਆਹੀ ਦੇ ਸਮੁੰਦਰ 'ਚ ਡੋਬ ਕੇ ਪਛੋ ਨੂੰ ਜਾ ਰਿਹਾ ਸੀ। ਰਸਤਾ ਅੱਤ ਦਰਜੇ ਦਾ ਔਖਾ ਅਤੇ ਉਗੜ ਦੁਗੜਾ ਸੀ। ਸੰਘਣੇ ਝਾੜਾਂ ਅਤੇ ਉੱਚੇ ਉੱਚੇ ਟਿੱਬਿਆਂ 'ਚੋਂ ਲੰਘਦੇ ਹੋਏ ਇਹ ਦੋਵੇਂ ਰਾਹੀ ਇੱਕ ਛੋਟੀ ਅਸਪਸ਼ਟ ਜਿਹੀ ਪਗਡੰਡੀ ਉੱਤੇ ਤੁਰੇ ਜਾ ਰਹੇ ਸਨ। ਹਨੇਰਾ ਜਿਉਂ ਜਿਉਂ ਵੱਧਦਾ ਜਾਂਦਾ ਸੀ, ਸਫ਼ਰ ਤਿਉਂ ਤਿਉਂ ਬੋਝਲ ਅਤੇ ਕਠਿਨ ਹੁੰਦਾ ਜਾ ਰਿਹਾ ਸੀ। ਇਹਨਾਂ ਰਸਤਿਆਂ ਦੀਆਂ ਸੇਧਾਂ ਭਾਵੇਂ ਬਾਬੇ ਦੀਆਂ ਵੇਖੀਆਂ ਭਾਲੀਆਂ ਸਨ, ਇਸ ਇਲਾਕੇ ਦਾ ਚੱਪਾ ਚੱਪਾ ਜ਼ਮੀਨ ਉਹਦੀ ਲਤਾੜੀ ਹੋਈ ਸੀ, ਫਿਰ ਵੀ ਅੱਖ ਦੀ ਹੀਣਤਾ ਕਰਕੇ ਉਹ ਬੇਬਸ ਸੀ। ਕੇਵਲ ਇੰਨਾ ਹੀ ਉਹਨੇ ਨਸੀਮ ਨੂੰ ਸਮਝਾ ਦਿੱਤਾ ਸੀ। ਖੁੰਦਰ ਤੋਂ ਨਿਕਲ ਕੇ ਖੱਬੇ ਹੱਥ ਇਸੇ ਨਿੱਕੀ ਪਗਡੰਡੀ ਉੱਤੇ ਟੁਰੀ ਚੱਲੇ, ਜੇ ਜ਼ਰਾ ਵੀ ਪਗਡੰਡੀ ਦੀ ਲੀਕ ਖੁੰਝ ਗਈ ਤਾਂ ਫਿਰ ਇਸ ਬੀਆਬਾਨ ਜੰਗਲ 'ਚ ਕੋਈ ਪਤਾ ਨਹੀਂ ਰਹੇਗਾ ਕਿ ਉਹ ਕਿਹੜੇ ਪਾਸੇ ਜਾ ਨਿਕਲਣ। ਇਹ ਪਗਡੰਡੀ ਤਦ ਤੀਕ ਨਹੀਂ ਛੱਡਣੀ ਜਦ ਤੀਕ ਇਹ ਸੁਹਾ ਨੂੰ ਪਾਰ ਕਰਨ ਤੋਂ ਬਾਅਦ ਬੋੜ ਵਰਗਾ ਇੱਕ ਵੱਡਾ ਸਾਰਾ ਪਿੱਪਲ ਉਹਨਾਂ ਨੂੰ ਦਿਖਾਈ ਨਾ ਦੇਣ ਲੱਗ ਪਏ। ਇਹੋ ਪਿੱਪਲ ਸੀ ਜਿਹਨੇ ਉਹਨਾਂ ਨੂੰ ਦੱਸਣਾ ਸੀ ਕਿ ਹੁਣ ਉਹ ਟੁਰਨਾਲਾਂ ਦੀ ਹੱਦ 'ਚ ਆ ਪਹੁੰਚੇ ਹਨ। ਦੋਵਾਂ ਪਾਸ ਇੱਕ ਇੱਕ ਗੰਢੜੀ ਸੀ। ਬਾਬੇ ਨੇ ਤਾਂ ਬੁਚਕੇ ਵਾਂਗ ਪਿੱਠ ਪਿੱਛੇ ਬੰਨ੍ਹੀ ਸੀ, ਪਰ ਨਸੀਮ ਨੇ ਆਪਣੀ ਗੰਢ ਸਿਰ 'ਤੇ ਚੁੱਕੀ ਸੀ। ਦੋਵਾਂ 'ਚੋਂ ਸ਼ਾਇਦ ਕਿਸੇ ਨੂੰ ਵੀ ਇਸ ਗੱਲ ਦਾ ਖਿਆਲ ਨਹੀਂ ਸੀ ਕਿ ਉਹਨਾਂ ਦੇ ਕੱਪੜੇ ਲਹੂ ਨਾਲ ਭਰੇ ਹੋਏ ਸਨ। ਇਸ ਵੇਲੇ ਨਸੀਮ ਲਈ ਬੜੀ ਚੌਕਸੀ ਦਾ ਵੇਲਾ ਸੀ। ਇੱਕ ਹੱਥ ਉਹਨੇ ਸਿਰ ਵਾਲੀ ਗੰਢੜੀ ਨੂੰ ਪਾਇਆ, ਦੂਜੇ ਹੱਥ ਨਾਲ ਉਹਨੇ ਬਾਬੇ ਦੇ ਹੱਥ ਨੂੰ ਜਿਹੜਾ ਉਹਦੇ ਮੋਢੇ 'ਤੇ ਟਿਕਿਆ ਸੀ ਘੁੱਟ ਕੇ ਫੜਿਆ ਸੀ। ਇੱਕ ਪਾਸੇ ਜੇ ਉਹਨੂੰ ਬਾਬੇ ਦੇ ਡਿੱਗ ਪੈਣ ਦਾ ਡਰ ਸੀ, ਦੂਜੇ ਪਾਸੇ ਇਹ ਖਤਰਾ ਵੀ ਉਸ ਲਈ ਘੱਟ ਨਹੀਂ ਸੀ ਕਿ ਮਤੇ ਹਨੇਰੇ 'ਚ ਪਗਡੰਡੀ ਛੁੱਟ ਜਾਏ। ਸੱਜੇ ਹੱਥ 'ਚ ਆਪਣੀ ਡੰਗੋਰੀ ਥੰਮੀ, ਖੱਬਾ ਹੱਥ ਨਸੀਮ ਦੇ ਮੋਢੇ 'ਤੇ ਟਿਕਾਈ, ਬਾਬਾ ਬੜੀ ਸੰਭਾਲ ਨਾਲ ਤੁਰਿਆ ਜਾ ਰਿਹਾ ਸੀ। ਉਹਦੀਆਂ ਇਹ ਤੁਕਾਂ ਜੰਗਲ ਦੇ ਕਾਲੇ ਸੰਨਾਟੇ ਨੂੰ ਚੀਰ ਰਹੀਆਂ ਸਨ। ਰਾਮ ਰਾਮ ਕਹਿਤੇ ਰਹੋ, ਧਰੇ ਰਹੋ ਮਨ ਧੀਰ, ਕਾਰਜ ਆਪ ਸਵਾਰੇਂਗੇ ਸ਼੍ਰੀ ਰਾਮ ਚੰਦਰ ਰਘਵੀਰ। ਮੀਲਾਂ ਤੱਕ ਜੰਗਲ ਹੀ ਜੰਗਲ ਸੀ, ਅੱਤ ਡਰਾਉਣਾ ਬੇਰਸ ਜੰਗਲ।
ਨਸੀਮ ਇਸ ਵੇਲੇ ਬਾਬੇ ਦੇ ਦੋਹਰੇ ਦੇ ਉਚਾਰਨ ਵਿੱਚ ਬਰਾਬਰ ਦੀ ਹਿੱਸੇਦਾਰ ਬਣੀ ਸੀ। ਜਿਉਂ ਹੀ ਜੰਗਲ ਦੀ ਡਰਾਉਣੀ ਝਾਕੀ ਨਾਲ ਉਹਦਾ ਦਿਲ ਸਹਿਮਣ ਲੱਗਦਾ, ਧਰੇ ਰਹੋ ਮਨ ਧੀਰ ਦਾ ਉਚਾਰਨ ਉਹਦੇ ਡਰ ਭਾਉ ਨੂੰ ਦੂਰ ਨਸਾ ਦਿੰਦਾ। ਅਚਾਨਕ ਹੀ ਠੰਡੀ ਅਤੇ ਨਮਦਾਰ ਹਵਾ ਦਾ ਇੱਕ ਬੁੱਲਾ ਨਸੀਮ ਦੇ ਚਿਹਰੇ 'ਤੇ ਪਿਆ। ਇਹਦੇ ਨਾਲ ਹੀ ਉਹਦੇ ਕੰਨਾਂ 'ਚ ਸ਼ਾਂ ਸ਼ਾਂ ਦਾ ਮੱਧਮ ਜਿਹੀ ਆਵਾਜ਼ ਸੁਣਾਈ ਦਿੱਤੀ, ਮਾਨੋ ਇਸ ਬੀਹੜ ਜੰਗਲ 'ਚ ਬੈਠਾ ਕੋਈ ਸੰਗੀਤ ਦਾ ਦੇਵਤਾ ਆਪਣੇ ਤੰਬੂਰੇ ਦੀਆਂ ਤਾਰਾਂ ਨੂੰ ਟੁਣਕਾਰਦਾ ਹੋਇਆ ਕਿਸੇ ਰੱਬੀ ਗੀਤ ਦੀ ਦਾਤ ਵੰਡ ਰਿਹਾ। ਬਾਪੂ ਜੀ, ਨਸੀਮ ਨੇ ਬਾਬੇ ਦੀ ਕਾਰਜ ਆਪ ਸਵਾਰੇਂਗੇ ਤੁਕ ਨੂੰ ਵਿਚਾਲੀ ਡੱਕਦਿਆਂ ਪੁੱਛਿਆ, ਇਹ ਕਾਹਦੀ ਆਵਾਜ਼ ਹੈ? ਸੁਹਾਂ ਦੀ ਏ ਪੁੱਤਰ, ਬਾਬੇ ਨੇ ਉੱਤਰ 'ਚ ਕਿਹਾ। ਸੁਣ ਕੇ ਖਿੜ ਉੱਠਿਆ ਨਸੀਮ ਦਾ ਦਿਲ, ਉਹਦੇ ਕਦਮਾਂ 'ਚ ਤੇਜ਼ੀ ਆ ਗਈ। ਬਰਾਬਰ ਉਹਦਾ ਦਿਲ ਦੁਹਰਾ ਰਿਹਾ ਸੀ, ਮੇਰਾ ਸੁਹਾਂ, ਮੇਰੇ ਬਚਪਨ ਦਾ ਸਾਥੀ, ਮੇਰੀਆਂ ਖੇਡਾਂ ਦਾ ਸਾਥੀ, ਮੇਰਾ ਸੁਹਾਂ। ਹੋਰ ਥੋੜ੍ਹੀ ਦੇਰ ਬਾਅਦ ਨਸੀਮ ਆਪਣੀ ਗੰਢੜੀ ਨੂੰ ਇੱਕ ਪਾਸੇ ਰੱਖੀ, ਸੁਹਾਂ ਦੇ ਕੰਢੇ ਬੈਠੀ ਉਹਦੇ ਨਿਰਮਲ ਪਾਣੀ ਨਾਲ ਖੇਡ ਰਹੀ ਸੀ। ਬਾਬਾ ਵੀ ਆਪਣਾ ਬੁਚਕਾ ਖੋਲ੍ਹ ਕੇ ਸਾਹ ਲੈਣ ਲਈ ਇੱਕ ਟਿੱਬੇ ਨਾਲ ਢੋ ਲਾ ਕੇ ਆਪਣੇ ਦੋਹਰੇ ਨੂੰ ਦੁਹਰਾਈ ਜਾ ਰਿਹਾ ਸੀ। ਨਿੱਕੇ ਜਿਹੇ 5 ਸਾਲਾਂ ਦੇ ਜਾਣੇ ਬੱਚੇ ਵਾਂਗ ਨਸੀਮ ਸੁਹਾਂ ਦੇ ਵਹਿੰਦੇ ਪਾਣੀ ਨੂੰ ਹੱਥਾਂ 'ਤੇ ਉਛਾਲਦੀ ਹੋਈ ਦਿਲ ਹੀ ਦਿਲ 'ਚ ਜਿਵੇਂ ਉਸ ਨਾਲ ਗੱਲਾਂ ਕਰ ਰਹੀ ਸੀ। ਮੇਰੇ ਸੁਹਾਂ ਦਿਆਂ ਪਾਣੀਆਂ, ਤੂੰ ਚੱਕਰੀ ਵਿੱਚੋਂ ਲੰਘ ਕੇ ਆਇਆ, ਤੂੰ ਸਾਡੇ ਘਰਾਂ ਦੀਆਂ ਕੰਧਾਂ ਨਾਲੋਂ ਛੋਹ ਕੇ ਲੰਘਿਆ ਸੈਂ, ਮੈਂ ਤੈਨੂੰ ਕਦੇ ਹੀ ਨਹੀਂ ਭੁੱਲਾਂਗੀ ਵੇ ਮੇਰਿਆ ਚੰਗਿਆ ਮਿੱਠਿਆ ਸੁਹਾਂ, ਕਿ ਕਦੀ ਫਿਰ ਵੀ ਮੈਂ ਤੇਰੇ ਕੰਢਿਆਂ 'ਤੇ ਆ ਬੈਠਾਂਗੀ, ਕਦੀ ਫਿਰ ਵੀ ਮੈਂ ਸਹੇਲੀਆਂ ਨਾਲ ਰਲ ਕੇ ਤੇਰੇ 'ਚ ਤਰਾਂਗੀ। ਮੇਰਾ 'ਤੇ ਅਚਾਨਕ ਹੀ ਹੱਥ ਦੀ ਕਿਸੇ ਛੋਹ ਨੇ ਅਤੇ ਇੱਕ ਆਵਾਜ਼ ਨੇ ਨਸੀਮ ਦੇ ਨਿਰਵਾਕ ਬੋਲੀ 'ਚ ਬੋਲੇ ਜਾ ਰਹੇ ਵਾਰਤਾਲਾਪ ਨੂੰ ਬੰਦ ਕਰਤਾ। ਬਾਬਾ ਉਹਦਾ ਹੱਥ ਹਿਲਾਉਂਦਾ ਹੋਇਆ ਕਹਿ ਰਿਹਾ ਸੀ, ਝੱਲੀ ਕੁੜੀ, ਛੱਡ ਬੇਟਾ ਇਹਨਾਂ ਫਜ਼ੂਲ ਖਿਆਲਾਂ ਨੂੰ, ਉੱਠ, ਅਜੇ ਅਸਾਂ ਕਾਫ਼ੀ ਪੈਂਡਾ ਕਰਨਾ ਹੈ। ਨਸੀਮ ਦੇ ਸੁਪਨਿਆਂ ਦੀ ਲੜੀ ਟੁੱਟ ਗਈ, ਉੱਠ ਕੇ ਖੜੀ ਹੋ ਗਈ ਅਤੇ ਗੰਢੜੀ ਨੂੰ ਸੰਭਾਲਦੀ ਹੋਈ ਬਾਬੇ ਵੱਲ ਤੱਕ ਕੇ ਪੁੱਛਣ ਲੱਗੀ, ਬਾਪੂ ਜੀ ਅਸੀਂ ਕਿੱਥੇ ਜਾ ਰਹੇ ਹਾਂ? ਬੇਟਾ ਆਪਣੇ ਬੁਚਕੇ ਨੂੰ ਗੰਢ ਦਿੰਦਿਆਂ ਬਾਬੇ ਨੇ ਉੱਤਰ ਦਿੱਤਾ, ਇਸ ਪਾਣੀ ਨੂੰ ਪੁੱਛਾਂ ਭਲਾ ਕਿੱਥੇ ਜਾ ਰਿਹਾ ਹੈ, ਕੀ ਇਹ ਦੱਸ ਸਕਦਾ ਤੈਨੂੰ? ਪਰ ਬਾਪੂ ਜੀ, ਨਸੀਮ ਨੇ ਜਿਵੇਂ ਬੇਹੋਸ਼ੀ 'ਚ ਬੜਬੜਾ ਰਹੀ ਹੋਵੇ ਇੱਕ ਠੰਡਾ ਸਾਹ ਭਰ ਕੇ ਪੁੱਛਿਆ, ਅਸੀਂ ਫਿਰ ਕਦੀ ਨਹੀਂ ਆਵਾਂਗੇ ਆਪਣੇ ਵਤਨ? ਬਾਬੇ ਨੇ ਇੱਕ ਝੁਣਖਣੀ ਖਾਧੀ, ਉਹਨੇ ਚਾਹਿਆ ਕਿ ਸਿਰ ਦੀ ਹਰਕਤ ਦੇ ਇਸ਼ਾਰੇ ਨਾਲ ਅਥਵਾ ਜ਼ਬਾਨ ਨੂੰ ਇੱਕ ਨੰਨਾ ਅੱਖਰ ਬੋਲ ਕੇ ਕੁੜੀ ਦੇ ਸਵਾਲ ਦਾ ਜਵਾਬ ਦੇ, ਪਰ ਇਹ ਅੱਖਰ ਕਿਸੇ ਹੋਰ ਸ਼ਕਲ 'ਚ ਵੱਟ ਕੇ ਉਹਦੇ ਬੁੱਲਾਂ 'ਚੋਂ ਨਿਕਲਿਆ। ਉਹਦਾ ਭੱਦਾ ਅਤੇ ਬੇਸੁਰਾ ਗਲਾ ਲਾਪ ਉੱਠਿਆ, ਅੱਲਾ ਹੀ ਅੱਲਾ ਕਰਿਆ ਕਰ, ਠੰਡੇ ਦਮ ਨਾ ਭਰਿਆ ਕਰ। ਨਸੀਮ ਨੂੰ ਆਪਣਾ ਪ੍ਰਸ਼ਨ ਭੁੱਲ ਚੁੱਕਾ ਸੀ, ਸਲਵਾਰ ਦੇ ਪਹੁੰਚੇ ਗੋਡਿਆਂ 'ਤੇ ਚੜ੍ਹਾ ਕੇ ਉਹ ਬਾਬੇ ਨੂੰ ਪੂਰੀ ਸੰਭਾਲ ਨਾਲ ਫੜੀ ਸੁਹਾਂ ਦੇ ਪਾਣੀ ਨੂੰ ਚੀਰ ਦੀ ਪਰਲੇ ਕੰਢੇ ਜਾ ਰਹੀ ਸੀ। ਸੁਹਾਂ ਦੀ ਮੱਧਮ ਸ਼ਾਂ ਸ਼ਾਂ 'ਤੇ ਕੁਦਰਤੀ ਤੰਬੂਰੇ ਦੀ ਸੁਰ 'ਚ ਰਲ ਕੇ ਉਹਦਾ ਗੀਤ ਅੱਲਾ ਹੀ ਅੱਲਾ ਕਰਿਆ ਕਰ ਇੱਕ ਸਵਰਗੀ ਸਮਾਂ ਬਣ ਰਿਹਾ ਸੀ। ਸੁਹਾਂ ਪਾਰ ਕਰਕੇ ਅਤੇ 2-3 ਫਰਲਾਂਗ ਅਗਾਂਹ ਜਾ ਕੇ ਨਸੀਮ ਨੇ ਦੁਰਾਡੇ ਜਿਹੇ ਇੱਕ ਗੂੜੇ ਹਨੇਰੇ ਦਾ ਢੇਰ ਜਿਹਾ ਤੱਕਿਆ, ਇਹੋ ਸੀ ਬਾਬੇ ਦਾ ਦੱਸਿਆ ਹੋਇਆ ਉਹ ਪਿੱਪਲ। ਹੋਰ ਕੁਝ ਕਦਮ ਅੱਗੇ ਜਾ ਕੇ ਨਸੀਮ ਨੇ ਵੇਖਿਆ, ਪਿੱਪਲ ਦੇ ਫੈਲੇ ਹੋਏ ਟਾਹਣ ਹਨੇਰੀ ਰਾਤ 'ਚ ਬੜੀ ਡਰਾਉਣੀ ਜਿਹੀ ਸ਼ਕਲ ਵਿੱਚ ਹਿੱਲ ਰਹੇ ਸਨ। ਹਵਾ ਕਾਫ਼ੀ ਤੇਜ਼ ਵਗਣ ਲੱਗ ਪਈ ਸੀ, ਜਿਹਦੀਆਂ ਹੈਬਤਨਾਕ ਆਵਾਜ਼ਾਂ ਮੌਤ ਦਾ ਸੁਨੇਹਾ ਬਣ ਕੇ ਜਿਵੇਂ ਵਸਤੂਆਂ ਵੱਲ ਭੱਜੀਆਂ ਜਾ ਰਹੀਆਂ ਸਨ। ਦੋਵੇਂ ਮੁਸਾਫਰ, ਜਿਨ੍ਹਾਂ ਨੂੰ ਆਪਣੀ ਮੰਜ਼ਿਲ ਦਾ ਕੋਈ ਪਤਾ ਨਹੀਂ, ਇਸ ਹਨੇਰੀ ਅਤੇ ਨਿਰਾਸ਼ ਦੁਨੀਆ 'ਚ ਬਿਨਾਂ ਕਿਸੇ ਸੇਧ ਨਿਸ਼ਾਨੇ ਤੋਂ ਤੁਰੇ ਜਾ ਰਹੇ ਸਨ, ਜਿਹੜੇ ਦੂਰੋਂ ਵੇਖਣ ਵਾਲੇ ਨੂੰ 2 ਕਾਲੇ ਜਿਹੇ ਪਰਛਾਵੇਂ ਦਿਖਾਈ ਦਿੰਦੇ ਸਨ, ਜਿਨ੍ਹਾਂ ਦੀਆਂ ਵਿਸਮਾਦ ਭਰੀਆਂ ਅੱਖਾਂ ਇਸ ਵੇਲੇ ਕਲਪਨਾ ਹੀ ਕਲਪਨਾ ਦੁਆਰਾ ਬੀਤ ਚੁੱਕੇ ਘੰਟਿਆਂ ਦੇ ਪਰਲੈਕਾਰੀ ਦੁਖਾਂਤ ਨੂੰ ਵੇਖਦੀਆਂ ਜਾ ਰਹੀਆਂ ਸਨ। ਬਾਬੇ ਦੀ ਸੋਟੀ ਰਾਹ ਦੇ ਪੱਥਰਾਂ 'ਤੇ ਵੱਜ ਵੱਜ ਕੇ ਇੱਕ ਬੇਰਸ ਜਿਹੀ ਆਵਾਜ਼ ਪੈਦਾ ਕਰਦੀ ਜਾਂਦੀ ਸੀ ਅਤੇ ਇਹਦੇ ਨਾਲ ਨਾਲ ਹੀ ਉਹਦੇ ਮੂੰਹੋਂ ਨਿਕਲਦੀ ਹੋਈ ਇੱਕ ਠੰਡੀ ਅਤੇ ਕੰਬਦੀ ਆਵਾਜ਼ ਇੱਕ ਜੰਗਲ 'ਚ ਗੂੰਜਦੀ ਜਾ ਰਹੀ ਸੀ, ਰੱਖੇ ਰੱਖਣ ਹਾਰ ਆਪ ਬਾਰੇ। ਧੰਨਵਾਦ। ਸਮਾਪਤ। ਅੱਗੇ ਦੇਖੋ ਦੂਸਰਾ ਹਿੱਸਾ, ਅੱਗ ਦੀ ਖੇਡ। ਅੱਗ ਦੀ ਖੇਡ ਵੀ ਅਪਲੋਡਡ ਹੈ ਇਸੇ ਚੈਨਲ ਦੇ ਉੱਤੇ। ਧੰਨਵਾਦ।